हाँ जी, सत श्री अकाल जी सारिआं नूं। पॉडकास्ट विच सारिआं दा स्वागत है। आस करदे आ सारे चढ़दी कला विच होंगे। मैनूं लगदा हुंदा ना कदे कदे भई अपनी जिंदगी 'च आपां नूं चार तरीके दी जिहड़ी हैल्थ आ उह होणी बहुत जरूरी है इक खुशहाल जिंदगी लई। अपनी मैंटल हैल्थ हो गई, फिजिकल हैल्थ हो गई, स्पिरिचुअल हैल्थ हो गई ते फाइनैंशियल हैल्थ हो गई। हुण हो की रिहा कि आपणे अज दे भज दौड़ दे टाइम दे विच आपां पैसे दे पिछे भज्जे तुरे फिरदे आ, फाइनैंशियल हैल्थ तां आपां कर लैंदे आ ठीक, ਅਤੇ ਆਪਣੀ ਪਿੱਛੇ ਕੀ ਰਹਿ ਜਾਂਦੀ ਆ ਮੈਂਟਲ ਹੈਲਥ ਅਤੇ ਫਿਜੀਕਲ ਹੈਲਥ। ਸਪਿਰਚੁਅਲ ਹੈਲਥ ਦੀ ਤਾਂ ਮੈਂ ਕਹਿੰਦਾ ਆਪਾਂ ਗੱਲ ਨਾ ਕਰੀਏ, ਤਾਂ ਉਹ ਫਿਰ ਕਿਸੇ ਦਿਨ ਕਰਾਂਗੇ। ਸੋ ਅੱਜ ਆਪਾਂ ਮੈਂਟਲ ਹੈਲਥ ਫਿਜੀਕਲ ਹੈਲਥ ਨੂੰ ਮੇਨ ਰੱਖ ਕੇ ਗੱਲਾਂ ਬਾਤਾਂ ਕਰਾਂਗੇ। ਅਤੇ ਮੇਰੇ ਨਾਲ ਹੋਣਗੇ ਬਾਈ ਹੈਰੀ ਮੰਡੇਰ ਹੋਣੀ। ਬਾਈ ਨੂੰ ਤੁਸੀਂ ਇੰਸਟਾਗ੍ਰਾਮ, ਯੂਟਿਊਬ, ਟਿਕਟੋਕ ਦੇ ਸਾਰੇ ਪਾਸੇ ਦੇਖਦੇ ਹਾਂ, ਬਾਈ ਨੂੰ ਕੋਈ ਇੰਟਰੋਡਕਸ਼ਨ ਦੀ ਲੋੜ ਨਹੀਂ। ਆਓ ਬਾਈ ਦਾ ਕਰਦੇ ਹਾਂ ਸਵਾਗਤ ਅਤੇ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਬਾਈ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਧੰਨਵਾਦ ਵੀਰੇ ਗੁਰਜੰਤਰ ਸ਼ੋਅ ਦੇ ਸੱਦਣ ਲਈ ਅਤੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਈ ਜਦੋਂ ਆਪਾਂ ਨਾ ਜਵਾਨ ਹੁੰਦੇ ਹਾਂ ਨਾ, ਆਪਣੇ ਘਰਦਿਆਂ ਨੂੰ ਹੁੰਦਾ ਵੀ ਮੁੰਡਾ ਸਾਡਾ ਹੋਵੇ ਸੈੱਟ, ਕੋਈ ਕੰਮ ਕਰ ਲੱਗੇ। ਤੁਸੀਂ ਆਏ ਹਾਂ ਫਿਟਨੈਸ ਲਾਈਨ ਦੇ ਵਿੱਚ, ਹੈ ਨਾ, ਬਹੁਤ ਆਪਣੇ ਘੱਟ ਹੁਣ ਤਾਂ ਚਲੋ ਆਉਣ ਲੱਗ ਪਏ, ਜਿਸ ਟਾਈਮ ਤੁਸੀਂ ਸਟਾਰਟ ਕੀਤਾ ਸੀ ਬਹੁਤ ਘੱਟ ਮੁੰਡੇ ਇਹ ਕੰਮ ਕਰ ਰਹੇ ਸੀ। ਸੋ ਤੁਹਾਡਾ ਫਿਟਨੈਸ ਦੇ ਵਿੱਚ ਆਉਣ ਦਾ ਕੀ ਮੋਟੀਵੇਸ਼ਨ ਸੀ, ਜਾਂ ਕਦੋਂ ਸਟਾਰਟ ਕੀਤਾ ਫਿਟਨੈਸ ਦੇ ਵਿੱਚ ਆਉਣ ਦਾ, ਜਦੋਂ ਤੁਸੀਂ ਕਾਲਜ ਸੀਗੇ ਉਦੋਂ ਸਟਾਰਟ ਕੀਤਾ ਜਾਂ ਕਿੱਦਾਂ? ਫਿਟਨੈਸ ਗੁਰਜਿੰਦਰ ਵੀਰੇ, ਪਹਿਲਾਂ ਤੋਂ ਹੀ ਨਾ ਮੇਰੇ ਫਾਦਰ ਨੇ ਕਬੱਡੀ ਖੇਡਦੇ ਸੀ ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ, ਤੁਹਾਨੂੰ ਪਤਾ ਇੱਕ ਪਲੇਅਰ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਇੱਦਾਂ ਹੀ ਹੁੰਦੀਆਂ, ਹੈ ਨਾ, ਵੀ ਤੁਸੀਂ ਵਧੀਆ ਖਾਓ, ਐਕਸਰਸਾਈਜ਼ ਕਰੋ। ਮੇਰੇ ਫਾਦਰ ਹਮੇਸ਼ਾ ਕਹਿੰਦੇ ਹੁੰਦੇ ਸੀ, ਅਸੀਂ ਕਬੱਡੀ ਖੇਡਦੇ ਸੀ, ਪਰ ਉਹ ਹਮੇਸ਼ਾ ਕਹਿੰਦੇ ਸੀ, ਉਹ ਕਹਿੰਦੇ ਜਦੋਂ ਬੰਦਾ ਫਿੱਟ ਹੁੰਦਾ, ਉਹ ਕਹਿੰਦੇ ਮੈਂ ਤੁਹਾਨੂੰ ਕਬੱਡੀ ਖੇਡਣ ਨੂੰ ਨਹੀਂ ਕਹਿੰਦਾ, ਕਹਿੰਦੇ ਜਦੋਂ ਬੰਦਾ ਫਿੱਟ ਹੁੰਦਾ ਉਹ ਕੋਈ ਵੀ ਗੇਮ ਕਰ ਲਵੇ। ਉਹਨਾਂ ਦਾ ਕਹਿਣ ਦਾ ਇਹ ਮਤਲਬ ਸੀ, ਉਹ ਕਹਿੰਦੇ ਇੱਕ ਵਾਰ ਮੈਨੂੰ ਕਹਿੰਦੇ ਕਿਸੇ ਕੋਚ ਨੇ 100 ਮੀਟਰ ਭੱਜਦੇ ਨੂੰ ਦੇਖਿਆ ਸੀ, ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੂੰ ਕਰਦਾ ਕੀ ਆ, ਕਹਿੰਦੇ ਮੈਂ ਕਬੱਡੀ 'ਚ, ਅਤੇ ਉਹਨੇ ਵੀ ਯਾਰ ਤੂੰ ਭੱਜਦਾ ਬੜਾ ਤੇਜ਼ ਆ, ਉਹਨੇ ਵੀ ਤੁਹਾਡੀ ਫਿਟਨੈਸ ਜੇ ਹੈਗੀ ਆ ਤਾਂ ਹਰ ਇੱਕ ਗੇਮ ਦੇ ਵਿੱਚ ਤੁਸੀਂ ਵਧੀਆ ਪਰਫੋਰਮ ਕਰੇਂਗੇ। ਸੋ ਇਹੀ ਸੀਗਾ ਉਹਨਾਂ ਦੀਆਂ ਗੱਲਾਂ ਤੋਂ ਸ਼ੌਂਕ, ਬਸ ਬ੍ਰੇਨ ਦੇ ਵਿੱਚ ਸਮਝ ਲਓ ਕਿ ਇੱਕ ਤਰ੍ਹਾਂ ਦੀ ਉਹਨਾਂ ਦੀ ਗੱਲਾਂ, ਜਿਵੇਂ ਵਧੀਆ ਖਾਓ, ਐਕਸਰਸਾਈਜ਼ ਕਰੋ, ਉਹ ਬਹਿ ਗਈਆਂ। ਫਿਰ ਅਸੀਂ ਕਬੱਡੀ ਖੇਡਣ ਲੱਗ ਗਏ, ਚਲੋ ਜਿੰਨਾ ਸ਼ੌਂਕ ਸੀਗਾ ਮੇਰੇ ਛੋਟੇ ਬ੍ਰਦਰ ਨੂੰ ਜ਼ਿਆਦਾ ਸੀ, ਪਿੰਕੇ ਜਰਗ ਨੂੰ, ਮੈਨੂੰ ਘੱਟ ਸੀ, ਪਰ ਉਹੀ ਸ਼ੌਂਕ ਜਿਹੜਾ ਕਬੱਡੀ ਦਾ ਸੀ, ਵਧੀਆ ਖਾਣ ਪੀਣ ਛੋਟੇ ਹੁੰਦੇ ਨੇ ਦੇਖਿਆ ਸੀਗਾ ਦਿਮਾਗ 'ਚ ਗੱਲਾਂ, ਫਿਰ ਉਹੀ ਗੱਲਾਂ ਕਰਕੇ ਮੈਂ ਹੁਣ ਜੋ ਜੇ ਆਪਾਂ ਫਿਟਨੈਸ ਦੇ ਵਿੱਚ ਹਾਂ, ਵੀਡੀਓ ਬਣਾਉਂਦੇ ਹਾਂ ਜਾਂ ਕੋਚਿੰਗ ਦਿੰਦੇ ਹਾਂ, ਉਹ ਮੇਨ ਕਾਰਨ ਸੀਗਾ ਕਿ ਘਰ 'ਚ ਗੱਲਾਂ ਹੀ ਇੱਦਾਂ ਦੀਆਂ ਸਪੋਰਟਸ ਵਾਲੀਆਂ ਚੱਲਦੀਆਂ ਸੀ। ਫੈਮਿਲੀ ਤੋਂ ਜਾਣੀ ਕਿ ਮਿਲੀ ਆ ਨਾ, ਜਿੱਦਾਂ ਕਹਿੰਦੇ ਨੇ ਡਾਕਟਰ ਦਾ ਮੁੰਡਾ ਡਾਕਟਰ ਗਾਂ ਬਣਨਾ ਚਾਹੁੰਦਾ, ਹੈ ਨਾ, ਜੇ ਆਪਾਂ ਨੂੰ ਫਿਟਨੈਸ ਵਾਲੇ ਪੇਰੈਂਟਸ ਹੋਣਗੇ ਓਬਵੀਅਸਲੀ ਉਹ ਆਪਾਂ ਨੂੰ ਉੱਧਰ ਨੂੰ, ਹੈ ਨਾ, ਤੋਰਨਗੇ। ਪਰ ਕਬੱਡੀ ਤੋਂ ਲੈ ਕੇ, ਹੈ ਨਾ, ਵਿਜੀਬਲ ਸਿਕਸ ਪੈਕ ਆਉਣ ਤੱਕ ਤਾਂ ਸਫ਼ਰ ਤਾਂ ਬਹੁਤ ਉਹ ਆ, ਕਿਉਂ ਕਬੱਡੀ ਵਾਲਿਆਂ ਨੂੰ ਆਪਾਂ ਨੂੰ ਹੁੰਦਾ ਵੀ ਜਾਂ ਜੂਨ ਜੇ ਹੋਵੇ ਨਾ, ਉਹਨਾਂ ਨੂੰ ਸਿਕਸ ਪੈਕ ਨਾਲ ਬੜਾ ਮਤਲਬ ਨਹੀਂ ਹੁੰਦਾ। ਇੱਧਰ ਨੂੰ ਫਿਰ ਕਿੱਦਾਂ ਆਉਣ ਦੀ ਬਣਿਆ? ਕਬੱਡੀ ਦਾ, ਹਾਂ, ਪਹਿਲਾਂ ਕਬੱਡੀ ਦਾ ਹੀ ਸ਼ੌਂਕ ਸੀਗਾ ਅਤੇ ਉਸ ਤੋਂ ਬਾਅਦ ਚਲੋ ਵਿਆਹ ਹੋ ਗਿਆ, ਸ਼ੌਂਕ ਘੱਟ ਗਿਆ, ਪਰ ਸਰੀਰ ਥੋੜ੍ਹਾ ਘਣਾ ਵਧੀਆ ਉੱਦਾਂ ਹੀ ਤਕੜਾ ਹੀ ਰੱਖਿਆ ਸੀ, ਕਿਉਂਕਿ ਕਬੱਡੀ 'ਚ ਜਾਨ ਚਾਹੀਦੀ ਹੁੰਦੀ ਆ ਤੁਹਾਨੂੰ ਅਤੇ ਥੋੜ੍ਹੀ ਜਿਹੀ ਸਪੀਡ ਵੀ ਚਾਹੀਦੀ ਆ, ਪਰ ਉਦੋਂ ਆਹ ਨਹੀਂ ਸੀ ਕੰਮ, ਹੈ ਨਾ, ਵੀ ਸਿਕਸ ਪੈਕ ਇੱਕ ਮਨ 'ਚ, ਜਿਵੇਂ ਹੁਣ ਕਈ ਐਕਟਰ ਦੇਖੀ ਦੀ ਸੀ, ਮੋਸਟਲੀ ਸਲਮਾਨ ਖਾਨ ਨੂੰ ਮੈਂ ਛੋਟਾ ਹੁੰਦਾ ਉਹਦਾ ਮੈਂ ਫੈਨ ਬਹੁਤ ਸੀਗਾ, ਪਿੰਕਾ ਸੀਗਾ ਫੈਨ, ਛੋਟਾ ਭਰਾ ਮੇਰਾ ਸਨੀ ਦਿਓਲ ਦਾ। ਅੱਛਾ, ਸਾਡੀ ਦੋਨਾਂ ਦੀ ਕਿਵੇਂ ਲੜਾਈ ਹੋ ਜਾਂਦੀ ਸੀ ਪਿੱਛੇ, ਹੈ ਨਾ, ਵੀ ਛੋਟਿਆਂ ਹੁੰਦਿਆਂ ਨੂੰ ਵੀ ਇੱਕ ਖਿੱਚ ਸੀਗੀ, ਪਰ ਉਹ ਪਤਾ ਨਹੀਂ ਸੀ ਯਾਰ ਵੀ ਐਪ ਕਿਵੇਂ ਆਉਣਗੇ, ਲੋਕਾਂ 'ਤੇ ਦੇਖੀ ਜਾਂਦੇ ਸੀ, ਹੈ ਨਾ, ਵੀ ਉੱਦਾਂ ਯਾਰ ਸਾਡੇ ਕਿਵੇਂ ਆਉਣਗੇ, ਕਿਉਂਕਿ ਕਟਿੰਗ 'ਤੇ ਸਰੀਰ ਨਹੀਂ ਸੀਗਾ, ਕਬੱਡੀ ਲਈ ਸਰੀਰ ਤਕੜਾ ਬਥੇਰਾ ਸੀਗਾ, ਕਿਹੜਾ ਮੇਰਾ 1 ਕੁਇੰਟਲ 4 ਕਿਲੋ ਵੀ ਵੇਟ ਹੋ ਗਿਆ। ਅੱਛਾ, 1 ਕੁਇੰਟਲ 4 ਮੇਰਾ ਹਾਈਐਸਟ ਵੇਟ ਹੋਇਆ ਹੋਇਆ ਅਤੇ ਹੁਣ ਮੇਰਾ ਨੋਰਮਲੀ ਰਹਿੰਦਾ 80 ਕੁ ਕਿਲੋ, ਪਰ ਉਹ ਬਸ ਦੇਖ ਦੇਖ ਕੇ ਫਿਰ ਚੀਜ਼ਾਂ ਸਿੱਖੀਆਂ, ਫਿਰ ਮਿਹਨਤ ਕਰੀ, ਡਾਇਟ ਦਾ ਪਤਾ ਲੱਗਿਆ, ਕਿਉਂਕਿ ਪਹਿਲਾਂ ਡਾਇਟ ਖਰਾਬ ਨਹੀਂ ਸੀ, ਖੁੱਲ੍ਹੀ ਡਾਇਟ ਸੀਗੀ ਕਿ ਯਾਰ ਕੋਈ ਮਿਹਨਤ ਉਣ ਕੇ ਨਹੀਂ ਖਾਣਾ, ਮਿਹਨਤ ਕਰਨੀ ਆ, ਖਾਣਾ ਪੂਰਾ ਰੱਜ ਗਿਆ। ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਯਾਰ ਫਿਟਨੈਸ ਦੇ ਵਿੱਚ ਤਾਂ ਇਕੱਲੀ ਇਕੱਲੀ ਚੀਜ਼ ਤੁਹਾਨੂੰ ਮਿਣ ਕੇ ਖਾਣੀ ਪੈਂਦੀ ਆ ਅਤੇ ਤੁਹਾਨੂੰ ਆਹ ਕਾਰਡੀਓਜ਼ ਇੱਦਾਂ ਕਰਨੀਆਂ ਨੇ, ਐਪ ਦੇ ਵਰਕ ਕੋਲ ਇੱਦਾਂ ਕਰਨਾ। ਸੋ ਇੱਕ ਟੋਟਲ, ਹੁਣ ਤਾਂ ਚਲੋ ਆਪਾਂ ਦੇਖਦੇ ਹਾਂ ਐਥਲੀਟ ਵੀ ਕਬੱਡੀ ਵਾਲੇ ਵੀ ਮੁੰਡੇ ਵਧੀਆ ਸਰੀਰ ਨੇ, ਵੀ ਚਲੋ ਹੁਣ ਆਪਾਂ ਨੂੰ ਨੌਲੇਜ ਆ ਗਈ ਖਾਣਾ ਕਿਵੇਂ ਆ, ਬਸ ਉਹ ਚੀਜ਼ ਤੋਂ ਹੌਲੀ ਹੌਲੀ ਜਿਵੇਂ ਜਿਵੇਂ ਨੌਲੇਜ ਆਈ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਹਾਂ ਜੇ ਕੁਛ ਖਾਣਾ ਤਾਂ ਇਹ ਨਹੀਂ ਕਿ ਬਹੁਤ ਸਾਰਾ ਖਾਈ ਚੱਲੋ, ਵੀ ਜੇ ਮਿਹਨਤ ਵੀ ਕਰਨੀ ਆ ਇਹ ਨਹੀਂ ਕਿ ਬਹੁਤ ਸਾਰੀ ਹੀ ਕਰੀ ਚੱਲੋ, ਥੋੜ੍ਹਾ ਹਫ਼ਤੇ ਦੇ ਵਿੱਚ 3 ਜਾਂ 4 ਦਿਨ ਲਾ ਕੇ ਵੀ ਵਧੀਆ ਬੋਡੀ ਬਣ ਜਾਂਦੀ ਆ। ਸੋ ਨੌਲੇਜ ਨਾਲੇ ਫਿਰ ਬੰਦਾ ਜਿੱਦਾਂ ਦਾ ਵੀ ਚਾਹੁੰਦਾ, ਚਾਹੇ ਉਹ ਭਲਵਾਨੀ ਟਾਈਪ ਸਰੀਰ ਬਣਾਉਣਾ, ਕਬੱਡੀ ਲਈ ਤੁਸੀਂ 100 ਮੀਟਰ ਲਾਉਣੀ ਤਾਂ ਤੁਹਾਨੂੰ ਉੱਦਾਂ ਦਾ ਸਰੀਰ ਚਾਹੀਦਾ ਫਲੈਕਸੀਬਲ, ਡਾਇਟ ਵੀ ਤੁਹਾਡੀ ਉੱਦਾਂ ਦੀ, ਤੁਸੀਂ ਬਹੁਤ ਜ਼ਿਆਦਾ ਵੇਟ ਲੈ ਕੇ 100 ਮੀਟਰ ਵਿੱਚ ਨਹੀਂ ਭੱਜ ਸਕਦੇ, ਸਪੀਡ ਚਾਹੀਦੀ ਆ। ਸੋ ਇੱਦਾਂ ਹੀ ਇਹ ਮਤਲਬ ਚੀਜ਼ ਲਈ ਵੀ ਇੱਕ ਅੱਡ ਡਾਇਟ 'ਤੇ
ਗੇਮ ਦਾ ਥੋੜਾ ਜਿਹਾ ਤੁਹਾਨੂੰ ਸਮਝਣੀ ਪੈਂਦੀ ਆ ਵੀ ਹਾਂ ਉਹ ਸਾਡੀ ਡਾਈਟ ਤੇ ਸਾਡੀ ਐਕਸਰਸਾਈਜ਼ ਕਿੱਦਾਂ ਲਾਉਣੀ ਆ। ਉਹ ਨਾ ਜਿੱਦਾਂ ਆਪਾਂ ਜਦੋਂ ਸਿਕਸ ਪੈਕਸ ਐਪਸ ਦੀ ਗੱਲ ਕਰਦੇ ਹਾਂ ਆਪਾਂ ਕੀ ਕਰਦੇ ਹਾਂ ਮੁੰਡੇ ਵੀ ਮੈਂ ਵੀ ਵਿੱਚੇ ਹੁੰਦਾ ਸੀ ਯੂਟਿਊਬ 'ਤੇ ਜਾ ਕੇ ਹੈ ਨਾ ਫੁੱਲ ਡੇ ਆਫ ਈਟਿੰਗ ਬੋਡੀ ਬਿਲਡਰਾਂ ਦੀ ਦੇਖੀ ਜਾਣੀ ਹੈ ਨਾ 6-6 ਮੀਲਾਂ ਛਕੀ ਜਾਂਦੇ ਹੈ ਨਾ ਜਾਂ ਹੋਰ ਬੜੀਆਂ ਫੈਂਸੀ ਡਾਈਟਾਂ ਆ ਗਈਆਂ ਉਹ ਕਰ ਲਓ ਆਹ ਸਪਲੀਮੈਂਟ ਲੈ ਲਓ ਆਹ ਕਰ ਲਓ। ਸੋ ਜਿਹੜਾ ਇੰਟਰਮੀਟਿੰਗ ਫਾਸਟਿੰਗ ਸੀ ਇਹ ਤੁਹਾਨੂੰ ਕਿੱਦਾਂ ਆਪੇ ਸਟਾਰਟ ਕੀਤੀ ਕਿਉਂ ਜਿਹੜਾ ਬੰਦਾ ਕਬੱਡੀ ਖੇਡਦਾ ਅਤੇ ਇੰਟਰਮੀਟਿੰਗ ਫਾਸਟਿੰਗ ਕਰੇ ਉਹ ਗੱਲ ਉਹ ਨਹੀਂ ਪੈਂਦੀ ਵੀ ਭੁੱਖਾ ਰਹਿ ਕੇ ਯਾਰ ਕਿੱਥੇ ਖੇਡਿਆ ਜਾਣਾ ਜੀ ਆਪਾਂ ਉਸ ਸਾਈਕੀ ਦੀ ਗੱਲ ਕਰੀਏ ਫਿਰ ਉਹ ਇੰਟਰਮੀਟਿੰਗ ਫਾਸਟਿੰਗ ਤੁਸੀਂ ਕਿੱਦਾਂ ਚੂਜ਼ ਕੀਤੀ ਵੀ ਆਹ ਬੈਸਟ ਡਾਈਟ ਆ। ਇੰਟਰਮੀਟਿੰਗ ਫਾਸਟਿੰਗ ਦੇਖੋ ਹਾਂ ਮੈਂ ਸ਼ੁਰੂ ਤੋਂ ਹੀ ਪਹਿਲਾਂ ਜਿਵੇਂ ਕਬੱਡੀ ਵਾਲੇ ਖਾਂਦੇ ਸੀ ਕਬੱਡੀ ਵਾਲੇ ਜ਼ਿਆਦਾਤਰ ਐਥਲੀਟ ਜਿਹੜੇ ਉਹ 6 ਮੀਲਾਂ ਨਹੀਂ ਫੋਲੋ ਕਰਦੇ ਉਹ 3 ਕੁ ਕਰਦੇ ਨੇ ਸਵੇਰਾ ਲੰਚ ਰਾਤ ਦਾ ਨਾ ਜਾਂ ਜਿਵੇਂ ਖੇਡਦੇ ਨੇ ਉਦੋਂ ਤਾਂ ਮੀਲਾਂ ਉਹਨਾਂ ਦੀਆਂ ਬਹੁਤ ਘੱਟ ਹੀ ਹੁੰਦੀਆਂ ਨੇ ਸਵੇਰੇ ਮਾੜੀ ਮੋਟੀ ਹਲਕੀ ਖਾ ਕੇ ਜਾਂਦੇ ਨੇ ਵੀ ਖੇਡਣਾ ਸ਼ਾਮ ਨੂੰ ਬਾਅਦ ਬਿਗਰ ਮੀਲ ਹੁੰਦੀ ਆ ਪਰ ਜਦੋਂ ਬੋਡੀ ਬਿਲਡਿੰਗ 'ਚ ਆਏ ਫਿਰ ਉੱਥੇ ਦੇਖੇ ਆਹੀ ਕੁਛ ਸੀਗਾ ਨਾ ਵੀ ਯਾਰ 6 ਮੀਲਾਂ ਅਤੇ ਫਿਰ ਨੈਚੁਰਲ ਬੋਡੀ ਬਿਲਡਰ ਦਾ ਸ਼ੋਅ ਵੀ ਕਰਿਆ ਅਤੇ ਉਹਦੇ ਵਿੱਚ ਜਦੋਂ ਮੈਂ ਇੱਕ ਇੰਟਰਨੈਸ਼ਨਲ ਕੋਚ ਤੋਂ ਡਾਈਟਿੰਗ ਲਈ ਉਹਨੇ ਮੇਰਾ ਨਾ ਲੋਅ ਕਾਰਬ ਲਾ ਤੇ ਕਾਰਬ ਉਹਨੇ ਮੇਰੇ ਲੋਅ ਕਰਤੇ ਮੀਲਾਂ ਸਟਿਲ 6 ਸੀਗੀਆਂ ਪਰ ਜਦੋਂ ਜਦੋਂ ਮੇਰੀ ਬੋਡੀ ਨੂੰ ਘੱਟ ਫੂਡ ਮਿਲਣ ਲੱਗਿਆ ਉਹ ਰਿਸਪੋਂਸ ਵਧੀਆ ਦੇਣ ਲੱਗ ਗਈ ਕਿਉਂਕਿ ਮੈਂ ਕਾਫ਼ੀ ਆਪਣੇ 'ਤੇ ਜਿਹੜੀ ਬੋਡੀ ਫੈਟ ਆ ਸਟੋਰ ਕਰੀ ਹੋਈ ਸੀ ਉੱਥੋਂ ਅਤੇ ਐਂਡ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਥੋੜ੍ਹੇ ਕਾਰਬ ਅਪ ਕਰ ਦਿੰਦੇ ਨੇ ਫੂਡ ਵਧਾਉਂਦੇ ਨੇ ਕਾਰਬ ਅਪ ਜਿਵੇਂ ਨੋਰਮਲ ਰੋਟੀ ਪਾਸਤਾ ਉਹ ਕਹਿੰਦੇ ਨੇ ਵੀ ਪਹਿਲਾਂ ਘੱਟ ਖਾਓ ਵਜ਼ਨ ਘੱਟਦਾ ਬਾਕੀ ਪ੍ਰੋਟੀਨ ਹਾਈ ਰੱਖੋ ਅਤੇ ਉਸ ਤੋਂ ਬਾਅਦ ਫਿਰ ਉਹ ਐਂਡ 'ਤੇ ਕਾਰਬ ਹਾਈ ਕਰ ਦਿੰਦੇ ਨੇ ਉਹ ਫਿਰ ਇੱਕ ਸਟੋਰ ਹੁੰਦਾ ਮਸਲ ਦੇ ਵਿੱਚ ਪ੍ਰੋਪਰ ਉੱਥੋਂ ਮੈਨੂੰ ਇੱਕ ਉਹਨੇ ਮੈਨੂੰ ਹੋਰ ਗੱਲ ਕਹੀ ਸੀ ਗੁਰਜਿੰਦਰ ਵੀਰੇ ਉਹ ਕਹਿੰਦਾ ਵੀ ਫਾਸਟ ਕਾਰਡੀਓ ਕਰੋ ਮੈਂ ਯਾਰ ਮੈਨੂੰ ਜ਼ਿਆਦਾ ਫਾਸਟ ਦਾ ਮਤਲਬ ਸੀ ਮੈਂ ਯਾਰ ਇੱਕ ਤਾਂ ਕਹਿੰਦਾ ਤੇਜ਼ ਕਰੋ ਮੈਂ ਉਹਨੂੰ ਪੁੱਛਿਆ ਮੈਂ ਫਾਸਟ ਕਾਰਡੀਓ ਬਾਈ ਕੀ ਹੁੰਦੀ ਆ ਉਹ ਕਹਿੰਦਾ ਵੀ ਐਂਪਟੀ ਸਟਮਕ ਮੈਂ ਕਿਹਾ ਯਾਰ ਇਹਦੇ ਪਿੱਛੇ ਵੀ ਕੀ ਰਾਜ ਆ ਵੀ ਇਹ ਐਂਪਟੀ ਸਟਮਕ ਕਿਉਂ ਗਿਆ ਫਿਰ ਮੈਂ ਬਹੁਤ ਹੋਰ ਐਥਲੀਟ ਸੁਣੇ ਉੱਥੋਂ ਇੱਕ ਮੇਰੇ ਬ੍ਰੇਨ ਨੇ ਗੱਲ ਫੜੀ ਕਿ ਜਿਹੜੀ ਐਂਪਟੀ ਸਟਮਕ 'ਚ ਕਾਰਡੀਓ ਆ ਵੀ ਉਦੋਂ ਨਾਲ ਤਾਂ ਮੇਰੀ ਬੋਡੀ ਸਹੀ ਫੀਲ ਕਰਦੀ ਹੈ ਨਾਲੇ ਮੈਨੂੰ ਰਿਜ਼ਲਟ ਇੰਨੇ ਆਏ ਵੀ ਦਿਨਾਂ 'ਚ ਐਬ ਕਲੀਅਰ ਹੋ ਗਏ ਜਿਹੜੇ ਕਿ ਸੁਪਨੇ ਸੀ ਇੱਕ ਯਾਰ ਵੀ ਐਬ ਬਣ ਜਾਣਾ ਉੱਥੋਂ ਮੈਂ ਕਿਹਾ ਵੀ ਕਿਉਂ ਨਾ ਵੀ ਇਹ ਵਿੰਡੋ ਨੂੰ ਹੁਣ ਵਧਾਈਏ ਪਹਿਲਾਂ ਮੈਂ ਕੀ ਕਰਦਾ ਸੀ ਐਂਪਟੀ ਸਟਮਕ ਕਾਰਡੀਓ ਕਰੀ ਜਿਵੇਂ ਆਪਾਂ ਭੁੱਖੇ ਡਿੱਡ ਕਹਿੰਦੇ ਹਾਂ ਉਦੋਂ ਬਾਅਦ ਆ ਕੇ ਮੀਲ ਜਦੀ ਰਾਈਟ ਵੇ ਲੈ ਲੈਂਦਾ ਸੀ ਫਿਰ ਮੈਂ ਸੋਚਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਬਲੱਡ ਸ਼ੂਗਰ ਹਾਂ ਦਾ ਸਵੇਰੇ ਨੋਰਮਲ ਹੁੰਦਾ ਖਾਧਾ ਨਹੀਂ ਹੁੰਦਾ ਦੈਨ ਮੈਂ ਕਿਹਾ ਇਹਨੂੰ ਵਿੰਡੋ ਨੂੰ ਹੋਰ ਅੱਗੇ ਲੈ ਕੇ ਜਾਈਏ ਕਿਉਂਕਿ ਮੈਨੂੰ ਮੈਂ ਪਹਿਲਾਂ ਵੀਡੀਓ 'ਚ ਵੀ ਵੀਰੇ ਗੁਰਜਿੰਦਰ ਗੱਲ ਕਰੀਏ ਮੈਨੂੰ ਨਾ ਢਿੱਡ ਦੀ ਪ੍ਰੋਬਲਮ ਬਹੁਤ ਸੀਗੀ ਕਿਉਂਕਿ ਮੈਂ ਖਾਂਦਾ ਬਹੁਤ ਜ਼ਿਆਦਾ ਸੀ ਕਿ 6 ਮੀਲਾਂ ਮੈਂ ਵਾਰ ਵਾਰ ਜ਼ਿਆਦਾ ਖਾਂਦਾ ਸੀ ਕਰੇਵਿੰਗਸ ਬਹੁਤ ਸੀਗੀਆਂ ਮੈਨੂੰ ਕਿਉਂਕਿ ਜੋ ਵੀ ਬੋਡੀ ਬਿਲਡਿੰਗ ਕਰਦਾ ਉਹਨੂੰ ਇੱਕ ਆਮ ਬੰਦੇ ਨਾਲੋਂ ਇਹ ਬੰਦੇ ਰਿਲੇਟ ਕਰਨਗੇ ਜ਼ਿਆਦਾ ਬੰਦਾ ਡਾਈਟਿੰਗ 'ਤੇ ਹੁੰਦਾ ਉਹਨੂੰ ਆਮ ਬੰਦੇ ਨੂੰ ਜ਼ਿਆਦਾ ਕਰੇਵਿੰਗ ਹੁੰਦੀ ਕਰੇਵਿੰਗ ਜ਼ਿਆਦਾ ਭੁੱਖ ਲੱਗਦੀ ਸੋ ਕਦੇ ਔਨ ਕਦੇ ਔਫ ਕਦੇ ਔਨ ਕਦੇ ਔਫ ਹੈ ਨਾ ਬੋਡੀ ਬਿਲਡਿੰਗ ਤੋਂ ਬਾਅਦ ਫਿਰ ਹੋਰ ਹੋ ਗਿਆ ਕਿਉਂਕਿ ਮੈਨੂੰ ਥੋੜ੍ਹੇ ਟਾਈਮ ਲਈ ਮੈਂ ਫੂਡ ਤੋਂ ਦੂਰ ਰਿਹਾ ਸ਼ੂਗਰ ਤੋਂ ਦੂਰ ਰਿਹਾ ਜਦੋਂ ਸ਼ੁਰੂ ਕੀਤੀ ਫਿਰ ਬਹੁਤ ਕਰੇਵਿੰਗ ਫਿਰ ਮੈਂ ਕਿਹਾ ਵੀ ਕਿਉਂ ਨਾ ਫਾਸਟਿੰਗ ਕਰੀ ਜਾਵੇ ਅਤੇ ਉਹ ਵਿੰਡੋ ਵਧਾਈ ਮੈਂ 14 ਦੀ ਕਰੀ 16 ਦੀ ਕਰੀ ਮੈਨੂੰ ਹੋਰ ਗੁੱਡ ਫੀਲ ਹੋਣ ਲੱਗ ਗਿਆ ਕਿਉਂਕਿ ਮੈਂ ਪ੍ਰੈਕਟੀਕਲ 'ਤੇ ਯਕੀਨ ਕਰਦਾ ਹੁਣ ਮੈਂ ਇਹ ਨਹੀਂ ਕਹਿੰਦਾ ਕਿ 6 ਮੀਲ ਵਾਲੀ ਡਾਈਟ ਗਲਤ ਆ ਜਾਂ ਪਿਓਰ ਵੈਜ ਹੁਣ ਮੈਂ ਪਿਓਰ ਵੈਜ ਡਾਈਟ 'ਤੇ ਵੀ ਹੋਇਆ ਉਹਦਾ ਰੀਜ਼ਨ ਇਹ ਹੈ ਕਿ ਮੈਂ ਖੁਦ ਟਰਾਈ ਕਰਨਾ ਚਾਹੁੰਦਾ ਕਿਉਂਕਿ ਬਹੁਤ ਲੋਕ ਨੇ ਵੀਰੇ ਉਹ ਕਹਿੰਦੇ ਨੇ ਨੋਨ ਵੈਜ ਵਧੀਆ ਲੋਕ ਕਹਿੰਦੇ ਨੇ ਪਿਓਰ ਵੈਜ ਵਧੀਆ ਕਈ ਕਹਿੰਦੇ ਨੇ ਵੀ ਕੁਛ ਆਹ ਪਿਓਰ ਵੈਜ ਵੀ ਨਾ ਖਾਓ ਹੈ ਨਾ ਤੁਸੀਂ ਵੀਗਨ ਕਹਿੰਦੇ ਉਹ ਤਾਂ ਹੋ ਜਾਓ ਪਰ ਮੈਂ ਕਰਦਾ ਵੀ ਖੁਦ ਤੋਂ ਟਰਾਈ ਕਰੂਗੀ ਆਪਣੀ ਬੋਡੀ ਕੀ ਕਹਿੰਦੀ ਆ ਸੋ ਤਾਂ ਕਰਕੇ ਮੈਂ ਫਾਸਟਿੰਗ ਟਰਾਈ ਕਰੀ ਉਸ ਤੋਂ ਬਾਅਦ ਇਹਦੇ 'ਤੇ ਪੜਿਆ ਬਹੁਤ ਡਾਕਟਰਸ ਪੜ੍ਹੇ ਫਿਰ ਇਹਦੀ ਚੀਜ਼ ਦੇਖੀ ਕਿ ਹਾਂ ਐਂਪਟੀ ਸਟਮਕ 'ਚ ਕੀ ਹੁੰਦਾ ਥੋੜ੍ਹਾ ਬਲੱਡ ਸ਼ੂਗਰ ਕੰਟਰੋਲ 'ਚ ਹੁੰਦਾ ਕਿੱਦਾਂ ਹਾਰਮੋਨ ਰੋਲ ਪਲੇ ਕਰਦੇ ਆ ਆਪਣੇ ਸੋ ਤੁਹਾਡੀ ਬੋਡੀ ਵੀ ਫੂਡ ਨੂੰ ਵਧੀਆ ਹਾਜ਼ਮ ਕਰਦੀ ਆ ਕਿਉਂਕਿ ਤੁਸੀਂ ਆਪਣਾ ਟਾਈਮ ਨੂੰ ਬੰਨ ਲੈਂਦੇ ਹੋ ਜਿਵੇਂ ਹੁਣ ਨੋਰਮਲ ਤੁਸੀਂ ਦੇਖੋਗਾ ਕਿ ਬਹੁਤ ਬੰਦੇ ਪਹਿਲਾਂ ਕਹਿੰਦੇ ਰਹੇ ਨੇ ਕਿ ਸ਼ਾਮ ਦਾ ਰਾਤ ਦੀ ਰੋਟੀ ਪਹਿਲਾਂ ਖਾ ਲਓ ਪਹਿਲਾਂ ਖਾ ਲਓ 2-3 ਘੰਟੇ ਪਹਿਲਾਂ ਖਾ ਲਓ ਤੁਹਾਡਾ ਵਜ਼ਨ ਘਟਣ ਲੱਗ ਜੂ ਹਾਲਾਂਕਿ ਉਹਨਾਂ ਨੂੰ ਫਾਸਟਿੰਗ ਦਾ ਨਹੀਂ ਪਤਾ ਸੀ ਪਰ ਉਹੀ ਚੀਜ਼ ਸੀ ਕਿ ਜਦੋਂ ਤੁਸੀਂ 7 ਵਜੇ ਖਾ ਲਿਆ ਪੈਣਾ ਤੁਸੀਂ 10 ਵਜੇ 3 ਘੰਟੇ ਤੁਹਾਡਾ ਉਦੋਂ ਹੀ ਵਰਤ ਹੋ ਗਿਆ ਸਵੇਰੇ ਤਾਂ ਰਾਤ ਤੁਸੀਂ ਕੱਢਣੀ ਆ ਸਵੇਰੇ ਤੁਸੀਂ ਖਾਂਦੇ ਵੀ ਉੱਠ ਕੇ ਵੀ ਖਾਏਗਾ ਐਟਲੀ ਤੁਹਾਡੇ 11-12-13-14 ਘੰਟੇ ਤਾਂ ਹੋ ਜਾਂਦੇ ਆ ਸੋ ਇਹਦੇ ਪਿੱਛੇ ਪੜ੍ਹਿਆ ਬਹੁਤ ਆ ਮੈਂ ਨੋਰਮਲ ਵੀਰਾਂ ਨੂੰ ਐਕਸਪਲੇਨ ਵੀ ਕਰਦਾ ਰਿਹਾ ਨਾ ਕਿ ਇਹਦੇ ਪਿੱਛੇ ਬੋਡੀ ਵਰਕ ਕਿਵੇਂ ਕਰਦੀ ਆ ਉਹ ਸਾਇੰਸ ਨੂੰ ਸਿੰਪਲ ਮਤਲਬ ਸਮਝਾ ਕੇ ਸੋ ਇੱਥੋਂ ਇੱਕ ਫਾਸਟਿੰਗ ਫਿਰ ਮੇਰੀ ਜਿਹੜੀ ਲਾਈਫ 'ਚ ਆਈ ਮੈਂ ਉਹ ਅੱਗੇ ਦੱਸਣ ਲੱਗਿਆ ਫਿਰ ਉਹ ਕਾਫੀ ਵੀਰਾਂ ਨੂੰ ਉਹਨਾਂ ਨੇ ਟਰਾਈ ਕਰੀ ਉਹ ਕਹਿੰਦੇ ਫਿਰ ਵੀ ਬਹੁਤ ਵਧੀਆ ਰਿਜ਼ਲਟ ਨੇ ਫਿਰ ਇੱਦਾਂ ਕੰਮ ਅੱਗੇ ਵਧਿਆ ਹਾਂ ਮੈਂ ਵੀ ਸਾਨੂੰ 3 ਕੁ ਸਾਲ ਪਹਿਲਾਂ ਸਾਤੋਂ ਪਲੈਨ ਲਿਆ ਸੀ ਨਾ ਅਤੇ ਉਦੋਂ ਮੈਂ ਇੱਦਾਂ ਕਰਦੇ ਹੁੰਦੇ 6 ਮੀਲਾਂ ਖਾ ਲਈਆਂ ਕਦੇ ਕੁਛ ਖਾ ਲਿਆ ਕੁਛ ਹੈ ਨਾ ਬੜਾ ਰਿਜ਼ਲਟ ਮਿਲਦੇ ਨਹੀਂ ਹੁੰਦੇ ਚਲੋ ਹੁਣ ਵੀ ਹਜੇ ਮੈਂ ਬੜਾ ਸੀਰੀਅਸ ਨਹੀਂ ਹੈਗਾ ਪਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਘੱਟੋ ਘੱਟ 16 ਘੰਟੇ ਦੀ ਫਾਸਟਿੰਗ ਕੀਤੀ ਜਾਵੇ ਉਹਨਾਂ ਪਿੱਛੇ ਹੁਣ ਚਲੋ ਛੁੱਟੀਆਂ ਸੀ ਵੱਧ ਘੱਟ ਖਾਧਾ ਜਾਂਦਾ ਵਿਆਹ 'ਤੇ ਵੀ ਸੀਗੇ ਹੈ ਨਾ ਪਰ ਅੱਜ ਵੀ ਕੱਲ੍ਹ ਵਿਆਹ 'ਤੇ ਸੀਗੇ ਕੱਲ੍ਹ ਲੇਟ ਖਾਧਾ ਅਤੇ ਅੱਜ ਮੇਰੀ ਕੋਸ਼ਿਸ਼ ਸੀਗੀ ਵੀ ਫਾਸਟ ਕੀਤਾ ਜਾਵੇ ਅਤੇ ਮੈਨੂੰ ਪਤਾ
ਤੇ ਇਹ ਜਿੱਦਾਂ ਹੁਣ ਚਲੋ ਸਵਾਲ ਹੋ ਗਿਆ ਵੀ ਜਿਨ੍ਹਾਂ ਨੇ ਫੈਟ ਲੂਜ਼ ਕਰਨੀ ਆ ਹੈ ਨਾ ਜਾਂ ਸਰੀਰ ਪਤਲਾ ਕਰਨਾ ਉਹਨਾਂ ਲਈ ਤਾਂ ਠੀਕ ਆ ਹੁਣ ਕਈ ਹੁੰਦੇ ਆ ਵੀ ਕਹਿ ਦਿੰਦੇ ਯਾਰ ਖਸਾ ਅਸੀਂ ਹੈਗੇ ਕਿਹੜੀ ਹੱਡੀ ਵਾਲੇ ਹਾਂ ਪਹਿਲੇ ਹੀ ਪਤਲੇ ਹਾਂ ਮੋਟੇ ਤਾਂ ਅਸੀਂ ਹੋਣਾ ਨਹੀਂ ਹੋਰ ਅਸੀਂ ਭੁੱਖੇ ਰਹਿ ਗਏ ਕਿੱਥੇ ਮਾਸ ਹੈ ਨਾ ਚੜ੍ਹ ਜੂ ਸਾਡੇ ਚਮਨ ਅਤੇ ਉਹਨਾਂ ਲਈ ਵੀ ਫਾਸਟਿੰਗ ਇਹ ਹਾਂਜੀ ਜਿਵੇਂ ਹੁਣ ਫਾਸਟਿੰਗ ਜਦੋਂ ਫਾਸਟਿੰਗ ਇੱਕ ਕਰ ਤਰ੍ਹਾਂ ਦਾ ਸ਼ਬਦ ਆਉਂਦਾ ਮੈਂ ਇਹਨੂੰ ਨਾ ਟਾਈਮਿੰਗ ਦੇ ਵਿੱਚ ਕਨਵਰਟ ਕਰਤਾ ਮੇਰੇ ਮੋਸਟਲੀ ਤਿੰਨ ਪਲੈਨ ਮੈਂ ਆਪਣੇ ਕਲਾਇੰਟ ਨੂੰ ਦਿੰਦਾ ਹੁੰਦਾ ਜਿਹਦੇ ਵਿੱਚ ਇੱਕ ਤਾਂ ਸ਼ੁਰੂ ਤੋਂ ਜਿਹੜੇ ਤੁਸੀਂ ਪਤਲੇ ਬੰਦੇ ਦੀ ਗੱਲ ਕਰੀ ਆ ਉਹਨਾਂ ਲਈ ਮੈਂ ਕਹਿਣਾ ਹੁੰਦਾ ਕਿ ਤੁਸੀਂ 14 ਘੰਟੇ ਦੀ ਫਾਸਟ ਕਰੋ ਬਸ ਤੁਸੀਂ ਉਦੋਂ ਜ਼ਿਆਦਾ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਫਰਕ ਇਹੀ ਆ ਇੱਕ ਤਾਂ ਹੁੰਦੀ ਆ ਗੁਰਜਿੰਦਰ ਵੀਰੇ ਵੀ ਸਟੋਰ ਫੈਟ ਜੋ ਕਿ ਤੁਸੀਂ ਭਾਰੀ ਬੰਦੇ ਦੀ ਗੱਲ ਕਰੀ ਉਹਨਾਂ ਦੀ ਬੋਡੀ ਤਿਆਰ ਜਿਹੜੀ ਹੁੰਦੀ ਆ ਉਹ ਇੱਕ ਫੂਡ ਆ ਉਹਨਾਂ ਲਈ ਫਾਸਟਿੰਗ ਵਰਕ ਕਰਦੀ ਆ 16-18 ਵੀ ਕਰ ਸਕਦੇ 20 ਘੰਟੇ ਦੀ ਫਾਸਟ ਕਰਦੇ ਨੇ ਲੋਕ ਕਿਉਂਕਿ ਬੋਡੀ 'ਤੇ ਐਨਰਜੀ ਆ ਬੋਡੀ ਵਰਤ ਲੈਂਦੀ ਆ ਪਰ ਜਿਹੜੇ ਪਤਲੇ ਵੀਰਾਂ ਦੀ ਗੱਲ ਤੁਸੀਂ ਕਰੀ ਆ ਦੇਖੋ ਥੋੜ੍ਹੀ ਬੋਡੀ ਨੇ ਗਰੋ ਕਰਨਾ ਜਿੰਨਾ ਉਹ ਫੂਡ ਹੈਂਡਲ ਕਰਦੀ ਆ ਜੇ ਤੁਸੀਂ 14-10 ਦੀ ਫਾਸਟਿੰਗ ਵੀ ਕਰਦੇ ਹੋ ਇੱਕ ਤਾਂ ਪਤਲੇ ਬੰਦੇ ਲਈ ਪਲੱਸ ਪੁਆਇੰਟ ਇਹ ਆ ਕਿ ਤੁਹਾਡਾ 13-14 ਘੰਟੇ ਤੁਹਾਡਾ ਜਿਹੜੇ ਮੇਦੇ ਨੂੰ ਡਾਈਜੈਕਸ਼ਨ ਨੂੰ ਰੈਸਟ ਮਿਲਦੀ ਆ ਕਿਉਂਕਿ ਜੇ ਤੁਸੀਂ ਗਰੋ ਕਰਨਾ ਤੁਹਾਡਾ ਫੂਡ ਵਧੀਆ ਹਾਜ਼ਮ ਉਹ ਫੇਰ ਹੀ ਕਰੇਂਗੇ ਉਹ ਸੋ 10 ਘੰਟੇ 'ਚ ਖਾਣਾ 3 ਮੀਲਾਂ ਵੀ ਜੇ ਖਾਂਦੇ ਹਾਂ ਬਹੁਤ ਹੁੰਦੀਆਂ ਨੇ ਉਹਦੇ ਨਾਲ ਜੇ ਪ੍ਰੋਪਰ ਤੁਸੀਂ ਐਕਸਰਸਾਈਜ਼ ਕੰਬਾਈਨ ਕਰਦੇ ਹੋ ਤੁਸੀਂ ਜਿੰਨਾ ਮਰਜ਼ੀ ਖਾ ਲਓ ਜੇ ਤੁਸੀਂ ਮਸਲ ਦੇ ਵਰਕ ਨਹੀਂ ਕਰੇਂਗੇ ਉਹਨੂੰ ਸਿਗਨਲ ਨਹੀਂ ਦੇਵੇਂਗੇ ਬ੍ਰੇਨ ਨੂੰ ਕਿ ਆਹ ਮਸਲ ਟੁੱਟ ਰਿਹਾ ਇਹਨੂੰ ਮੈਂ ਗਰੋ ਕਰਨਾ ਫਿਰ ਉਹ ਗਰੋ ਨਹੀਂ ਹੋਊਗਾ ਸੋ ਫੂਡ ਦੇ ਨਾਲ ਨਾਲ ਜਿਮ ਫੂਡ 10 ਘੰਟੇ 'ਚ ਬਹੁਤ ਹੁੰਦਾ ਇਹ ਗੱਲ ਮੈਂ ਤਾਂ ਕਰਦਾ ਕਿ ਮੈਂ ਦਰਖਤ ਦੀ ਐਗਜ਼ਾਮਪਲ ਦਿੰਦਾ ਇੱਕ ਛੋਟਾ ਬੂਟਾ ਜੇ ਉਹਨੂੰ ਆਪਾਂ ਜਿੰਨਾ ਕੁ ਉਹਨੇ ਗਰੋ ਹੋਣਾ ਪਾਣੀ ਲੈਣਾ ਉਹਨੇ ਉਨਾ ਹੀ ਲੈਣਾ ਜੇ ਆਪਾਂ 6 ਮੀਲਾਂ 'ਚ ਬਹੁਤ ਸਾਰਾ ਫੂਡ ਇੱਕ ਪਤਲੇ ਬੰਦੇ ਨੂੰ ਦੇਵਾਂਗੇ ਕਿਉਂਕਿ ਲੋਜੀਕਲ ਆ ਗੱਲ ਆ ਬਣਦੀ ਆ ਵੀ ਜੇ ਵੇਟ ਗੇਨ ਕਰਨਾ ਤਾਂ ਜ਼ਿਆਦਾ ਖਾਓ ਪਰ ਇਸ਼ੂ ਇਹ ਆ ਕਿ ਥੋੜ੍ਹੀ ਬੋਡੀ ਨੂੰ ਉਨਾ ਫੂਡ ਹੈਂਡਲ ਨਹੀਂ ਕਰਨਾ ਕਿਉਂਕਿ ਇੱਕ ਤਾਂ ਤੁਸੀਂ ਕੋਈ ਬਾਹਰੋਂ ਇੱਦਾਂ ਦੀ ਚੀਜ਼ ਨਹੀਂ ਲੈਂਦੇ ਕੋਈ ਗਰੋਥ ਹਾਰਮੋਨ ਕੋਈ ਟੈਸਟੋਸਟੇਰੋਨ ਜਾਂ ਇੱਦਾਂ ਦੀ ਚੀਜ਼ ਕਿ ਜਿਹੜੀ ਤੁਹਾਡੀ ਬੋਡੀ ਨੂੰ ਗਰੋ ਕਰ ਰਹੀ ਆ ਬੋਡੀ ਬਿਲਡਿੰਗ 'ਚ ਜ਼ਿਆਦਾ ਕਿਉਂ ਗਰੋਕ ਚਾਹੇ ਉਹ ਪਤਲੇ ਨੇ ਚਾਹੇ ਉਹ ਬੜਾ ਸਾਈਜ਼ ਆ ਉਹ ਕਿਉਂ ਜ਼ਿਆਦਾ ਖਾਂਦੇ ਨੇ ਰਾਤ ਨੂੰ ਵੀ ਕਈ ਵਾਰ 7 ਮੀਲਾਂ ਵੀ ਕਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜਿੰਮ ਲਾਈਆ ਮਸਲ ਬੜੇ ਨੇ ਕਿ ਫੂਡ ਦੀ ਲੋੜ ਆ ਬੋਡੀ ਫੂਡ ਨੂੰ ਹੈਂਡਲ ਕਰ ਰਹੀ ਹੁੰਦੀ ਆ ਕਾਰਬ ਖਾਂਦੇ ਨੇ ਪ੍ਰੋਟੀਨ ਖਾਂਦੇ ਨੇ ਜਾਂ ਫਿਰ ਫੈਟ ਖਾਂਦੇ ਨੇ ਬੋਡੀ ਬਰਨ ਕਰਦੀ ਆ ਉੱਤੇ ਜਿਹੜਾ ਵਰਕਆਊਟ ਹੁੰਦਾ ਬਹੁਤ ਜ਼ਿਆਦਾ ਉਹਨਾਂ ਦਾ ਹਾਰਡ ਹੁੰਦਾ ਹਾਰਡਕੋਰ ਹੁੰਦਾ ਸੋ ਆਪਣੇ ਬੰਦੇ ਉਹਨਾਂ ਨੂੰ ਦੇਖ ਕੇ ਦੇਖਦੇ ਨੇ ਕਿ ਹਾਂ ਅਸੀਂ ਪਤਲੇ ਹਾਂ ਕਿਤੇ ਸਾਡਾ ਜ਼ਿਆਦਾ ਖਾਣ ਨਾਲੇ ਗਰੋ ਹੋ ਜੂ ਸੋ ਐਂਡ 'ਤੇ ਤੁਹਾਡੇ ਕੁਐਸਚਨ ਦਾ ਆਨਸਰ ਇਹੀ ਆ ਕਿ ਚਾਹੇ ਪਤਲੇ ਵੀ ਹੋ 14 ਘੰਟੇ ਦੀ ਫਾਸਟਿੰਗ ਕਰ ਲਓ 10 ਘੰਟੇ 'ਚ 3 ਮੀਲਾਂ ਬਹੁਤ ਜ਼ਿਆਦਾ ਤੁਸੀਂ ਜ਼ੋਰ ਲਾ ਰਹੇ ਹੋ 4 ਕਰ ਲਓ ਦੈਟਸ ਨੋਟ ਆ ਪ੍ਰੋਬਲਮ ਪਰ ਜੇ ਵਾਰ ਵਾਰ ਤੁਹਾਨੂੰ ਦਿਮਾਗ 'ਚ ਇਹੀ ਚੀਜ਼ ਆ ਕਿਉਂਕਿ ਅਸੀਂ ਇਹ ਚੀਜ਼ਾਂ ਕਰੀਆਂ ਨੇ ਅਸੀਂ 6-6 ਮੀਲਾਂ ਖਾ ਕੇ ਆਪਣਾ ਢਿੱਡ ਖਰਾਬ ਕਰਿਆ ਹੈ ਤੇ ਮਾਸ ਗੇਨਰ ਖਾ ਕੇ ਕਰਿਆ ਹੋਇਆ ਦੋ ਰੋਲ ਨੇ ਕਹਿੰਦਾ ਜ਼ਿਆਦਾ ਖਾਓ ਜਾਂ ਮਾਸ ਗੇਨਰ ਖਾਓ ਦੋਨੇ ਚੀਜ਼ਾਂ ਥੋੜ੍ਹੀ ਇਹਦੇ ਵਿੱਚ ਤਕੜੇ ਹੋਣ ਦੀ ਵੀ ਗੱਲ ਵੀ ਨਹੀਂ ਹੈਗੀ ਵੀਰੇ ਗੁਰਜਿੰਦਰ ਤੁਹਾਡਾ ਅੰਦਰੋਂ ਸਿਸਟਮ ਕਿੱਦਾਂ ਦਾ ਹੈਲਥੀ ਕਿੰਨੇ ਗਿਆ ਤੁਸੀਂ ਕਿੰਨੇ ਇਹ ਤਾਂ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਖਾਈ ਜਾਂਦੇ ਹਾਂ ਨਾ ਆਪਾਂ ਵੀ ਯਾਰ ਤੁੰਨ ਹੀ ਰੱਖੋ ਸਰੀਰ ਨੂੰ ਹੈ ਨਾ ਵੀ ਰੈਸਟ ਦਿਓ ਹੀ ਨਾ ਉੱਦਾਂ ਬੋਡੀ ਗਰੋ ਨਹੀਂ ਹੁੰਦੀ ਟਾਈਮ ਲੈ ਕੇ ਗਰੋ ਹੁੰਦੀ ਆ ਇਹ ਤਾਂ ਚਲੋ ਹੋ ਗਏ ਨਾ ਮੁੰਡਿਆਂ ਦੀ ਗੱਲ ਜਿੱਦਾਂ ਹੁਣ ਆਪਣੇ ਪਰਿਵਾਰਾਂ 'ਚ ਕੁੜੀਆਂ ਹੁੰਦੀਆਂ ਹੈ ਨਾ ਅਤੇ ਵਿਆਹ ਤੋਂ ਪਹਿਲਾਂ ਮੋਸਟਲੀ ਪਤਲੀਆਂ ਹੁੰਦੀਆਂ ਨਾ ਅਤੇ ਉਹਨਾਂ ਨੂੰ ਹੁੰਦਾ ਵੀ ਨਹੀਂ ਨਹੀਂ ਅਸੀਂ ਨਹੀਂ ਕਰਨੀ ਐਕਸਰਸਾਈਜ਼ ਤਾਂ ਬਹੁਤ ਘੱਟ ਆਪਣੇ ਹੈ ਨਾ ਕਮਿਊਨਿਟੀ ਦੇ ਵਿੱਚ ਕੁੜੀਆਂ ਕਰਦੀਆਂ ਚਲੋ ਹੁਣ ਮੂਹਰੇ ਆਉਣ ਲੱਗੀਆਂ ਨਾ ਅਤੇ ਉਹਨਾਂ ਲਈ ਵੀ ਕੀ ਫਾਸਟਿੰਗ ਉਹ ਵੀ ਕਰ ਸਕਦੀਆਂ ਨੇ ਜਿਹੜੀਆਂ ਕੁੜੀਆਂ ਨੇ ਹੈ ਨਾ ਭਾਵੇਂ ਹਲਕੀਆਂ ਹੁੰਦੀਆਂ ਛੋਟੀ ਉਮਰ 'ਚ ਹੈ ਨਾ 18-19-20 ਸਾਲ ਦੀਆਂ ਨਾ ਕੋਲਰ ਬੋਨਾਂ ਦੀਆਂ ਹੁੰਦੀਆਂ ਮੋਸਟਲੀ ਆਪਣੀ ਕੁੜੀਆਂ ਦੀਆਂ ਨਾ ਪਤਲੀਆਂ ਹੁੰਦੀਆਂ ਕਹਿ ਦਿੰਦੀਆਂ ਸਾਡਾ ਭਾਰ ਨਹੀਂ ਵੱਧਦਾ ਹੈ ਨਾ ਅਤੇ ਚਲੋ ਉਹਨਾਂ ਨੂੰ ਹੋਰ ਪ੍ਰੋਬਲਮਸ ਵੀ ਹੁੰਦੀਆਂ ਲੇਡੀਜ਼ ਵਾਲੀਆਂ ਪਰ ਉਹਨਾਂ ਦਾ ਵੇਟ ਨਹੀਂ ਕਹਿੰਦੀਆਂ ਸਾਡਾ ਗੇਨ ਹੁੰਦਾ ਉਹਨਾਂ ਲਈ ਵੀ ਫਾਸਟਿੰਗ ਉਹੀ ਆ ਇੱਕ ਤਰ੍ਹਾਂ ਦਾ ਕਾਇੰਡ ਆਫ ਆਪਣਾ ਸ਼ਬਦ ਆ ਜਾਂਦਾ ਕਿ ਫਾਸਟਿੰਗ ਫਾਸਟਿੰਗ ਦਾ ਮਤਲਬ ਆਪਾਂ ਨੂੰ ਲੱਗਦਾ ਕਿ ਯਾਰ ਭੁੱਖੇ ਰਹਿਣਾ ਜਿਵੇਂ ਮੈਂ ਕਿਹਾ ਵੀ ਜਿਹੜੀਆਂ ਵੀ ਪਤਲੀਆਂ ਕੁੜੀਆਂ ਨੇ ਜਿਹੜੀਆਂ ਤਾਂ ਓਵਰਵੇਟ ਕੁੜੀਆਂ ਨੇ 16-8 ਕਰਦੇ ਬੈਸਟ ਰਿਜ਼ਲਟ ਨੇ ਆਪਾਂ ਗੱਲ ਪਤਲੀ ਕੁੜੀ ਨਹੀਂ ਕਰਦੇ ਹਾਂ ਇੱਕ ਤਾਂ ਐਕਸਰਸਾਈਜ਼ ਸਾਰਿਆਂ ਨੂੰ ਕਰਨੀ ਚਾਹੀਦੀ ਆ ਕਿਉਂਕਿ ਕੁੜੀਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਆ ਕਿ ਜਿਹੜੇ ਸਟ੍ਰੈਸ ਬਹੁਤ ਹੁੰਦਾ ਸਟ੍ਰੈਸ ਹਾਰਮੋਨ ਹੁੰਦੇ ਆ ਜ਼ਿਆਦਾ ਕੁੜੀਆਂ ਕਈ ਕੁੜੀਆਂ ਕਹਿੰਦੇ ਨੇ ਅਸੀਂ ਖਾਂਦੇ ਹਾਂ ਬਹੁਤ ਘੱਟ ਹਾਂ ਸਲਿਮ ਫਿੱਟ ਦੇਖਣ ਨੂੰ ਲੱਗਦੇ ਨੇ ਪਰ ਹਾਰਮੋਨ ਸਾਰੇ ਅਨਬੈਲਸਡ ਹੁੰਦੇ ਨੇ ਕਿਉਂਕਿ ਸਟ੍ਰੈਸ ਆ ਐਕਸਰਸਾਈਜ਼ ਤੁਸੀਂ ਕਰਦੇ ਹੋ ਉਹ ਤੁਹਾਡੇ ਜਿਹੜਾ ਸਟ੍ਰੈਸ ਹਾਰਮੋਨ ਆ ਉਹਨੂੰ ਯੂਜ਼ ਕਰਦੀ ਆ ਐਕਸਰਸਾਈਜ਼ ਤੁਹਾਡੇ ਮਸਲ ਵਰਕ ਕਰਦੇ ਨੇ ਤੁਹਾਡਾ ਤੁਹਾਡੇ ਫੀਲ ਗੁੱਡ ਹਾਰਮੋਨ ਐਕਟੀਵੇਟ ਹੁੰਦੇ ਤੁਹਾਡਾ ਬ੍ਰੇਨ ਵਧੀਆ ਕੰਮ ਕਰਦਾ ਸੋ ਬ੍ਰੇਨ ਦਾ ਬਹੁਤ ਜ਼ਿਆਦਾ ਇਫੈਕਟ ਆ ਤੁਹਾਡੀ ਬੋਡੀ 'ਤੇ ਐਕਸਰਸਾਈਜ਼ ਦਾ ਐਕਸਰਸਾਈਜ਼ ਦਾ ਸਿਰਫ ਇਹ ਚੀਜ਼ ਨਾ ਆਪਾਂ ਸਮਝੀਏ ਕਿ ਅਸੀਂ ਕੋਈ ਬੋਡੀ ਟੋਨ ਅਪ ਜ਼ਿਆਦਾ ਕਰਨੀ ਆ ਜਾਂ ਅਸੀਂ ਗੁੱਟ ਲੱਗਣਾ ਜੇ ਤੁਸੀਂ ਪਤਲੇ ਵੀ ਐਕਸਰਸਾਈਜ਼ ਤਾਂ ਕਰੋ ਦੂਜੀ ਗੱਲ ਫਾਸਟਿੰਗ ਦੀ ਜੇ ਐਕਸਰਸਾਈਜ਼ ਕਰਦੇ ਹੋ ਹੈਵ ਟੂ ਆ ਤੁਹਾਨੂੰ ਜਿਵੇਂ ਮੈਂ ਕਿਹਾ ਵੀ 3 ਮੀਲਾਂ ਤਾਂ ਤੁਹਾਨੂੰ ਖਾਣੀਆਂ ਹੀ ਪੈਣੀਆਂ ਨੇ ਗਰੋ ਕਰ ਲਈ ਜੇ ਤੁਸੀਂ ਬਹੁਤ ਪਤਲੇ ਵੀ ਹੋ ਤਾਂ ਤੁਸੀਂ
14 ਦੀ ਫਾਸਟ ਹੀ ਕਰ ਲਓ ਦੈਟਸ ਇਟ 14 ਦਾ ਕੋਈ ਫਾਸਟ ਕੋਈ ਬੜਾ ਨਹੀਂ ਜੇ ਔਖਾ ਲੱਗਦਾ ਦੈਟਸ ਓਕੇ ਮੈਂ 12 ਵੀ ਕਹਿ ਦਿੰਦਾ ਕਈ ਵਾਰ ਕਿ ਐਟ ਲੀਸਟ 12 ਘੰਟੇ ਦਾ ਫਾਸਟ ਕੁਛ ਵੀ ਨਹੀਂ ਹੁੰਦਾ ਜੇ ਤੁਸੀਂ ਯਾਰ ਰਾਤ ਨੂੰ ਖਾਦਾ ਸਵੇਰ ਨੂੰ ਲਾਈਕ ਤੁਸੀਂ 8 ਵਜੇ ਖਾ ਕੇ ਸੌਂਦੇ ਹੋ ਸਵੇਰ ਦੇ 8 ਤੱਕ 12 ਘੰਟੇ ਹੋ ਗਏ ਦੈਟਸ ਇਟ ਤੇ ਬਾਕੀ ਜੋ ਖਾਣਾ ਉਹਦੇ ਵਿੱਚ ਨਿਊਟ੍ਰੀਸ਼ਨ ਵਾਲਾ ਫੂਡ ਹੋਣਾ ਚਾਹੀਦਾ ਕਿ ਜਿਹਨੇ ਥੋੜੀ ਬਾਡੀ ਗਰੋ ਕਰਨੀ ਹੁਣ ਜਿਵੇਂ ਇੱਕ ਮੁੰਡਾ ਮੈਨੂੰ ਕੱਲ੍ਹ ਪਰਸੋਂ ਗੱਲ ਹੋਈ ਸੀ ਉਹ ਕਹਿੰਦਾ ਬਾਈ ਕਹਿੰਦਾ ਹੁਣ ਮੈਂ ਲੱਡੂ ਖਾ ਲਿਆ ਕਹਿੰਦਾ ਮੈਂ ਕਿਹਾ ਵੀ ਵੀਰੇ ਲੱਡੂ ਦੇ ਵਿੱਚੋਂ ਤੁਹਾਨੂੰ ਕੀ ਨਿਊਟ੍ਰੀਸ਼ਨ ਮਿਲਣੀ ਆ ਐਂਪਟੀ ਕੈਲਰੀਜ਼ ਆ ਰਹੀ ਆ ਕੁਛ ਨਹੀਂ ਹੈਗਾ ਹਾਂ ਕਹਿੰਦਾ ਮੈਨੂੰ ਵੀਕਨ ਐਸਾ ਵੀ ਮੈਂ ਸ਼ੂਗਰ ਖਾ ਕੇ ਕਹਿੰਦਾ ਫੀਲ ਗੁੱਡ ਗਾ ਮੈਂ ਕਿਹਾ ਵੀ ਉਹ ਇੱਕ ਤਰ੍ਹਾਂ ਦਾ ਤੇਰਾ ਬ੍ਰੇਨ ਹਿੱਟ ਕਰਦਾ ਵੀ ਸ਼ੂਗਰ ਤੇਰੇ ਬ੍ਰੇਨ ਨੂੰ ਕਰਦੀ ਆ ਹਿੱਟ ਕੇਰਾ ਹਨਾ ਪਰ ਤੇਰੀ ਬਾਡੀ ਨੂੰ ਐਨਰਜੀ ਨਹੀਂ ਦਿੰਦੀ ਮੈਂ ਕਿਹਾ ਤੂੰ ਇੱਕ ਦੂਜਾ ਪਿੰਨੀਆਂ ਬਣਾ ਲਾ ਕੁਛ ਵਧੀਆ ਖਾ ਪਰ ਨਿਊਟ੍ਰੀਸ਼ਨ ਥੋੜ੍ਹੀ ਪ੍ਰੋਪਰ ਹੋਣੀ ਚਾਹੀਦੀ ਤੁਸੀਂ ਵੇਟ ਗੇਨ ਕਰਨਾ ਸੋ ਜਿੱਥੇ ਹੁਣ ਨਿਊਟ੍ਰੀਸ਼ਨ ਦੀ ਗੱਲ ਆਉਂਦੀ ਹੈ ਨਾ ਇੱਕ ਦਿਨ ਇਹਦੇ ਮੈਂ ਆਪਣੇ ਫਰੈਂਡ ਨਾਲ ਬੈਠਾ ਸੀ ਨਾ ਉਹ ਵੀ ਮੈਨੂੰ ਦੱਸਦਾ ਸੀ ਵੀ ਆਹ ਖਾਣਾ ਇੱਦਾਂ ਦਾ ਆਹ ਫੂਡ 'ਚੋਂ ਆਹ ਮਿਲਦਾ ਆਹ ਫੂਡ 'ਚੋਂ ਆਹ ਮਿਲਦਾ ਅਤੇ ਮੈਂ ਉਹਨੂੰ ਕਹਿ ਰਿਹਾ ਸੀ ਨਾ ਅਸੀਂ ਗੱਲੇ ਕਰ ਰਹੇ ਸੀ ਸਰ ਵੀ ਆਪਾਂ ਨੂੰ ਹੈ ਨਾ ਜੇ ਆਪਾਂ 12 ਕੁ ਤਰ੍ਹਾਂ ਦੇ ਫੂਡ ਚੂਜ਼ ਕਰ ਲਈਏ 4 ਕੁ ਸੋਰਸ ਪ੍ਰੋਟੀਨ ਦੇ 4 ਕੁ ਕਾਰਬਸ ਦੇ ਰੱਖ ਲਈਏ ਹੈ ਨਾ ਰੋਟੀ ਦਾਲ ਚੌਲ ਹੈ ਨਾ ਚਲੋ ਰੋਟੀ ਇੱਦਾਂ ਹੋ ਜਾਂਦੀ ਮੈਜ਼ਰ ਕਰਨੀ ਔਖੀ ਹੁੰਦੀ ਹੈ ਵੀ ਕਿੰਨੀ ਖਾਧੀ ਹੈ ਨਾ ਵੱਧ ਘੱਟ ਖਾਧੀ ਜਾਂਦੀ ਹੈ ਅਤੇ 1-2 ਵਧੀਆ ਗੁੱਡ ਫੈਟ ਹੁਣ ਬਦਾਮ ਅਤੇ ਘੇ ਦੇਸੀ ਘਿਓ ਹੈ ਨਾ ਅਤੇ ਉਹ ਉਨੇ ਕਰ ਜੇ ਆਪਾਂ ਫੂਡ ਨੂੰ ਕੰਬਾਈਨ ਕਰਕੇ ਅੱਗੇ ਪਿੱਛੇ ਥੋੜ੍ਹਾ ਬਹੁਤਾ ਘਾਟਾ ਵਧਾ ਖਾਈ ਜਾਈਏ ਅਤੇ ਗੱਲ ਸੌਟ ਆਊਟ ਆ ਸੋ ਕੀ ਰੈਕਮੈਂਡੇਸ਼ਨ ਆ ਜਿਹੜੇ ਹੁਣ ਅੱਜ ਕੱਲ੍ਹ ਦੇਸੀ ਘੇ ਛੱਡ ਰਹੇ ਆ ਦੇਸੀ ਘਿਓ ਗੱਲ ਤਾਂ ਉਹੀ ਹੈ ਨਾ ਵੀ ਆਉਣਾ ਮੁੜ ਕੇ ਆਪਾਂ ਘਿਓ 'ਤੇ ਆ ਘਿਓ 'ਤੇ ਆ ਜਿਹੜਾ ਹੁਣ ਘਿਓ ਆ ਘਿਓ ਸਭ ਤੋਂ ਵੱਧ ਪਾਪੂਲਰ ਫੂਡ ਆ ਇਸ਼ੂ ਕੀ ਹੁੰਦਾ ਮੇਨ ਇਸ਼ੂ ਕੀ ਆ ਮੈਂ ਬਾਹਰੋਂ ਬਹੁਤ ਕੁਛ ਖਾਂਦਾ ਹੈ ਨਾ ਮੈਂ ਟਿਮ ਖਾ ਲਿਆ ਮੈਂ ਹੋਰ ਬਾਹਰੋਂ ਫਾਸਟ ਫੂਡ ਖਾ ਲਿਆ ਉਸ ਤੋਂ ਬਾਅਦ ਜਦੋਂ ਪ੍ਰੋਬਲਮ ਆਉਂਦੀ ਆ ਫਿਰ ਆਪਾਂ ਘਿਓ ਦਾ ਕਸੂਰ ਕੱਢਦੇ ਹਾਂ ਜਦੋਂ ਤੁਸੀਂ ਕਈ ਚੀਜ਼ਾਂ ਕੰਬਾਈਨ ਕਰਦੇ ਹੋ ਤੁਹਾਨੂੰ ਪਤਾ ਨਹੀਂ ਵੀ ਕਿਹੜੀ ਚੀਜ਼ ਨੇ ਮੈਨੂੰ ਖਰਾਬ ਕਰਿਆ ਤੁਸੀਂ ਸੁਣਿਆ ਹੁੰਦਾ ਐਡਾਂ ਤੋਂ ਕਿਉਂਕਿ ਪਹਿਲਾਂ ਐਡਾਂ ਬਹੁਤ ਚੱਲੀਆਂ ਨੇ ਨਾ ਕਿ ਆਪਣੇ ਰਿਫਾਇੰਡ ਓਇਲ ਵੇਚਣ ਦੇ ਚੱਕਰ 'ਚ ਕੀ ਘਿਓ ਮਾੜਾ ਹੈ ਨਾ ਉਹਦੇ ਨਾਲ ਆਪਣੇ ਦਿਮਾਗ 'ਚ ਗੱਲ ਆਉਂਦੀ ਹੈ ਕਿ ਯਾਰ ਉਹ ਐਕਟਰ ਨੇ ਆਹ ਮਸ਼ਹੂਰੀ ਕਰੀ ਹੋਈ ਆ ਹੈ ਨਾ ਵੀ ਇਹ ਘਿਓ ਮਾੜਾ ਆਪਾਂ ਘਿਓ ਦਾ ਕਸੂਰ ਕੱਢ ਦਿੰਦੇ ਹਾਂ ਹਾਲਾਂਕਿ ਗੁੱਡ ਫੈਟ ਬਹੁਤ ਜ਼ਰੂਰੀ ਆ ਇਸ਼ੈਸ਼ਲ ਆਪਣੀ ਬੋਡੀ ਲਈ ਈਵਨ ਕਾਰਬ ਤੋਂ ਬਿਨਾਂ ਸ਼ੂਗਰ ਤੋਂ ਬਿਨਾਂ ਬੋਡੀ ਸਰਵਾਈਵਲ ਕਰ ਸਕਦੀ ਆ ਸਾਲਟ ਹੋ ਗਿਆ ਜਿਵੇਂ ਨੂਣ ਨੂੰ ਮਾੜਾ ਕਹਿੰਦੇ ਹਾਂ ਜਾਂ ਫਿਰ ਹੈਲਦੀ ਫੈਟ ਇਹ ਤੋਂ ਬਿਨਾਂ ਬੋਡੀ ਮਤਲਬ ਜ਼ਰੂਰੀ ਥੋੜ੍ਹੇ ਹਾਰਮੋਨ ਇਹਦੇ ਨਾਲ ਬਣਦੇ ਆ ਦੇਸੀ ਘਿਓ ਖਾਣਾ ਚਾਹੀਦਾ ਲਿਮਿਟਡ ਖਾਣਾ ਚਾਹੀਦਾ ਐਂ ਨਹੀਂ ਵੀ ਬਹੁਤ ਸਾਰਾ ਕਿਉਂਕਿ ਥੋੜ੍ਹੀ ਤੁਸੀਂ ਹਾਜ਼ਮ ਵੀ ਕਰਨਾ ਤੁਸੀਂ ਹੋਰ ਵੀ ਬਹੁਤ ਚੀਜ਼ਾਂ ਖਾਂਦੇ ਹੋ ਸਿੰਪਲ ਫੰਡਾ ਹੈ ਤਾਂ ਯਾਰ 5-4 ਕੁ ਫੂਡ ਜੇ ਆਪਾਂ ਪਿੱਕ ਕਰ ਲਈ ਜਿਵੇਂ ਤੁਸੀਂ ਕਿਹਾ ਸੀ ਗੁਰਜਿੰਦਰ ਵੀਰੇ ਕੋਈ ਐਡਾ ਰੌਕਟ ਸਾਇੰਸ ਨਹੀਂ ਕਾਰਬ ਨੋਰਮਲ ਦੇਖੋ ਬਰਾਊਨ ਰਾਈਸ ਕੀਨੂਆ ਸਵੀਟ ਪਟੈਟੋ ਰੈੱਡ ਪਟੈਟੋ ਜਾਂ ਆਪਾਂ ਕਹਿ ਸਕਦੇ ਹਾਂ ਰੋਟੀ ਠੀਕ ਆ ਹੋਲ ਵੀਟ ਖਾ ਲਓ ਕੋਈ ਨਹੀਂ ਹਫ਼ਤੇ 'ਚ 1-2 ਵਾਰ ਰੋਟੀ ਵੀ ਖਾ ਲਓ ਉਹਨਾਂ ਨੂੰ ਪ੍ਰੋਬਲਮ ਮਲਟੀਗ੍ਰੇਨ ਰੋਟੀ ਖਾ ਸਕਦੇ ਹੋ ਤਾਂ ਕਾਰਬ ਆਹ ਨੇ ਦਾਲਾਂ ਸਬਜ਼ੀਆਂ ਤੁਹਾਨੂੰ ਖਰਾਬ ਨਹੀਂ ਕਰਨਗੀਆਂ ਉਹ ਗੋਲ ਡਿਫਰੈਂਟ ਹੈ ਕਿ ਤੁਸੀਂ ਐਪ ਕੱਢਣੇ ਨੇ ਤੁਸੀਂ ਕੋਈ ਕੰਡੀਸ਼ਨਿੰਗ ਕਰਨੀ ਹੈ ਮੈਂ ਨੋਰਮਲ ਉਹ ਕਿਹਨੇ ਬੰਦੇ ਨੇ ਕਰਨੀ ਜਾਂ 100 ਚੋਂ ਕਿੰਨੇ ਕੁ ਪਰਸੈਂਟ ਨੇ ਉਹ ਬੰਦੇ ਬਹੁਤ ਘੱਟ ਬਹੁਤ ਘੱਟ 1-2 ਹੁੰਦੇ ਆ 1-2 ਹੁੰਦੇ ਆ ਹੁਣ ਤੁਸੀਂ ਕੀ ਕਰਨਾ ਆ ਕਾਰਬ ਮੈਂ ਤੁਹਾਨੂੰ ਕਹਿੰਦਾ ਫੈਟ ਜਿਵੇਂ ਬੀਜ ਨੇ ਕਿਹਾ ਬਦਾਮ ਓਲਿਵ ਆਇਲ ਦੇਸੀ ਘਿਓ ਠੀਕ ਆ ਇਹਨਾਂ 'ਚੋਂ ਤੁਹਾਨੂੰ ਦੁੱਧ ਪਨੀਰ ਦਹੀਂ ਘਰ ਦਾ ਮੱਖਣੀ ਬੈਸਟ ਆ ਇਹ 'ਚੋਂ ਫੈਟ ਆ ਗਈ ਤੁਹਾਨੂੰ ਬਾਕੀ ਜਿਹੜਾ ਹੈ ਰਹਿ ਗਿਆ ਆਪਣਾ ਵੈਜੀਟੇਬਲ ਉਹ ਜ਼ਰੂਰੀ ਨੇ ਆਪਣੇ ਲੋਕ ਇਹ ਘੱਟ ਖਾਂਦੇ ਨੇ ਇਹ ਬਹੁਤ ਪੰਗਾ ਹੁਣ ਦੇਖੋ ਦਾਲਾਂ ਖਾ ਲੈਂਦੇ ਹਾਂ ਠੀਕ ਆ ਵੈਜੀਟੇਬਲ ਜ਼ਰੂਰੀ ਨੇ ਮਿਕਸ ਖਾਓ ਕੁਛ ਵੀ ਖਾ ਲਓ ਕੁਛ ਵੀ ਬਣਾ ਲਓ ਜਿਵੇਂ ਵਿਆਹਾਂ 'ਚ ਮੈਂ ਕਹਿਣਾ ਹੁੰਦਾ ਕਿ ਤੁਸੀਂ ਚੱਕਦੇ ਨਾ ਮਿਕਸ ਵੈਜੀਟੇਬਲ ਦੀ ਸਬਜ਼ੀ ਪਰ ਉਹ ਥੋੜ੍ਹੀ ਜਿਹੀ ਜ਼ਿਆਦਾ ਤਲੀ ਹੁੰਦੀ ਆ ਤੁਸੀਂ ਬੋਇਲ ਕਰ ਲਓ ਬਾਅਦ 'ਚੋਂ ਸਾਲਟ ਵਗੈਰਾ ਪਾ ਕੇ ਖਾ ਲਓ ਹੁਣ ਦੇਖੋ ਪ੍ਰੋਟੀਨ ਦਾ ਪ੍ਰੋਟੀਨ ਮੈਂ ਜ਼ਰੂਰ ਮੈਨਸ਼ਨ ਕਰਨਾ ਠੀਕ ਆ ਤੁਹਾਨੂੰ ਮਿਲਕ 'ਚੋਂ ਆ ਜਾਂਦਾ ਪਨੀਰ 'ਚੋਂ ਆ ਜਾਂਦਾ ਪਰ ਉਹਦਾ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੋਰਸ ਕਿਹੜੇ ਵਧੀਆ ਨੇ ਹੁਣ ਦੇਖੋ ਜੇ ਤਾਂ ਪਿਓਰ ਵੈਜੀਟੇਬਲ ਨੂੰ ਪ੍ਰੋਟੀਨ ਦਾ ਸਹਾਰਾ ਲਓ ਕਿਉਂਕਿ ਉਹਦੇ ਵਿੱਚੋਂ ਚਲੋ ਇਹ ਆ ਕਿ ਤੁਹਾਨੂੰ ਘੱਟ ਸ਼ੂਗਰ ਅਤੇ ਫੈਟ ਨਾਲ ਪ੍ਰੋਟੀਨ ਗੁੱਡ ਆ ਜਾਂਦਾ ਬੈਲੈਂਸ ਹੋ ਜਾਂਦਾ ਥੋੜ੍ਹਾ ਜਿਹਾ ਅਪ ਚਲੇ ਜਾਂਦਾ ਪਰ ਉਹਦੇ ਵਿੱਚ ਤੁਸੀਂ ਪਨੀਰ ਦਹੀਂ ਘਰ ਦਾ ਦੁੱਧ ਵਗੈਰਾ ਪੀ ਸਕਦੇ ਹੋ ਥੋੜ੍ਹਾ ਬਹੁਤਾ ਸੋਇਆਬੀਨ ਤੋਂ ਲੈ ਸਕਦੇ ਹੋ ਜੇ ਨੋਨ ਵੈਜ ਖਾਂਦੇ ਹੋ ਤਾਂ ਚਿਕਨ ਫਿਸ਼ ਠੀਕ ਆ ਇਹ ਚੀਜ਼ਾਂ ਤੋਂ ਤੁਸੀਂ ਆਪਣਾ ਜਿਹੜਾ ਪ੍ਰੋਟੀਨ ਪੂਰਾ ਕਰੋ ਬਸ ਇੰਨਾ ਕੁ ਸਿੰਪਲ ਫੰਡਾ ਜਿਹੜੇ ਉਹ ਵੀ ਆਪਣੇ ਘਰ ਦੇ ਵੀ ਨੇ ਗੁਰਜਿੰਦਰ ਵੀਰੇ ਉਹਨਾਂ ਦੀ ਮੋਸਟਲੀ ਠੀਕ ਆ ਦਾਲਾਂ ਹੁੰਦੀਆਂ ਨੇ ਦੁੱਧ ਤੋਂ ਮਿਲ ਜਾਂਦਾ ਪਰ ਉਹ ਥੋੜ੍ਹਾ ਬਹੁਤਾ ਪਨੀਰ ਜਾਂ ਥੋੜ੍ਹੀ ਬਹੁਤੀ ਸੋਇਆਬੀਨ ਦਾਲਾਂ ਸਬਜ਼ੀਆਂ 'ਚੋਂ ਲੈ ਸਕਦੇ ਨੇ ਕੋਈ ਫਿਟਨੈਸ ਕੋਈ ਐਡੀ ਬੜੀ ਚੀਜ਼ ਨਹੀਂ ਮਿਹਨਤ ਕਰਕੇ ਆਹੀ ਚੀਜ਼ਾਂ ਨੇ ਆਹੀ ਫੂਡ ਨੇ ਮੇਰੀ ਹੁਣ ਪਿਛਲੇ 5-7 ਸਾਲ 'ਚੋਂ ਆਹੀ ਫੂਡ ਦੇਲ ਦੇਲੀ ਲਾਈਫ ਘੁੰਮਦੀ ਆ ਦੱਸ ਅਸਲ 'ਚ ਆਪਣਾ ਕੰਘਾ ਉਦੋਂ ਕਰਾ ਲੈਂਦੇ ਜਦੋਂ ਆਪਾਂ ਸੋਸ਼ਲ ਮੀਡੀਆ 'ਤੇ ਹਰੇਕ ਦੀ ਵੀਡੀਓ ਦੇਖ ਕੇ ਉਹਨੂੰ ਇੰਪਲੀਮੈਂਟ ਕਰਨ ਲੱਗ ਪੈਂਦੇ ਹਾਂ ਹੈ ਨਾ ਕਰਨਾ ਆਪਾਂ ਕੁਛ ਹੋਰ ਹੁੰਦਾ ਗੋਲ ਆਪਣਾ ਕੁਛ ਹੋਰ ਹੁੰਦਾ ਨਾ ਉਹਦੀ ਵੀ ਦੇਖ ਲਈ ਉਹ ਫਲਾਨੇ ਨੇ ਇੱਦਾਂ ਕਿਹਾ ਸੀ ਉਹ ਖਾਂਦਾ ਉਹ ਉਹ ਕਰਨਾ ਹੈ ਨਾ ਅਤੇ ਇੱਥੇ ਫਿਰ ਸਭ ਤੋਂ ਵੱਡੀ ਗੱਲ ਆਉਂਦੀ ਆ ਮਾਇੰਡ ਸੈੱਟ ਦੀ ਹੈ ਨਾ
ਮਾਇੰਡ ਸੈੱਟ ਕਿੰਨਾ ਕੁ ਇੰਪੋਰਟੈਂਟ ਹੈ ਤੁਹਾਨੂੰ ਲੱਗਦਾ ਲਾਈਫ ਦੇ ਵਿੱਚ? ਉੱਦਾਂ ਚਲੋ ਫਿਟਨੈਸ 'ਚ ਤਾਂ ਹੈਗਾ ਹੀ ਹੈਗਾ ਆ, ਉੱਦਾਂ ਜੇ ਜੇ ਆਪਾਂ ਲਾਈਫ ਸਟਾਈਲ ਨੂੰ ਦੇਖੀਏ ਆਪਣੇ ਲਾਈਫ ਨੂੰ, ਕਿਉਂ ਹੁਣ ਤੁਹਾਡੀਆਂ ਰੀਸੈਂਟਲੀ ਫਿਟਨੈਸ ਤੋਂ ਹਟ ਕੇ ਲਾਈਫ ਸਟਾਈਲ ਵੱਲ ਨੂੰ ਵੀ ਬਹੁਤ ਵੀਡੀਓਜ਼ ਆ ਰਹੀਆਂ ਹੈ ਨਾ, ਉਹ ਮੈਂ ਬਹੁਤ ਵਧੀਆ ਆ ਰਹੀਆਂ। ਸੋ ਜੇ ਆਪਾਂ ਮਾਇੰਡ ਸੈੱਟ ਦੀ ਗੱਲ ਕਰੀਏ ਵੀ ਰਾਈਟ ਮਾਇੰਡ ਸੈੱਟ ਹੋਣਾ ਕਿੰਨੀ ਕੁ ਜ਼ਰੂਰੀ ਆ? ਇਹ ਤਾਂ ਮੇਨ ਚੀਜ਼ ਆ। ਦੇਖੋ ਮੇਰਾ ਕੰਟੈਂਟ ਤੁਸੀਂ ਦੇਖਿਆ, ਤੁਸੀਂ ਆਲਰੇਡੀ ਮੈਂਸ਼ਨ ਕਰਤਾ ਕਿ ਫਿਟਨੈਸ ਤੋਂ ਥੋੜ੍ਹਾ ਜਿਹਾ ਇੱਧਰ ਨੂੰ ਕਿਉਂ ਆ ਰਿਹਾ, ਵੀ ਮੈਂ ਮੋਟੀਵੇਸ਼ਨ ਦੇਵਾਂ ਹੈ ਨਾ ਸਾਰਿਆਂ ਨੂੰ ਨਾਲ, ਕਿਉਂਕਿ ਜਦੋਂ ਵੀ ਕੋਈ ਕਲਾਇੰਟ, ਮੋਸਟਲੀ ਜ਼ਿਆਦਾਤਰ ਬੰਦੇ ਇੱਦੀ ਹੁੰਦੇ ਨੇ ਕਿ ਬਾਈ ਇੰਡੀਆ ਬਹੁਤ ਫਿੱਟ ਸੀਗੇ, ਹੈ ਨਾ, ਹਰ ਇੱਕ ਬੰਦੇ ਨੂੰ ਪਹਿਲਾਂ ਗੱਲ ਕਰੀਏ ਆਪਾਂ, ਹਰ ਇੱਕ ਬੰਦੇ ਨੂੰ ਇੰਨੀ ਡਾਇਟ ਦਾ ਤਾਂ ਪਤਾ, ਉਹ ਕਹਿੰਦੇ ਇੰਡੀਆ ਗੇਮ ਖੇਡਦੇ ਸੀ ਬਾਈ ਫਿੱਟ ਸੀ, ਇੱਥੇ ਆ ਕੇ ਜਾਂ ਕਈ ਵਿਆਹ ਕਰਾ ਕੇ ਹਾਊਸ ਵਾਈਫ ਵੀ ਕਹਿ ਦਿੰਦੀਆਂ ਨੇ। ਉਹ ਕੀ ਹੁੰਦਾ ਵੀ ਆਪਣਾ ਜਿਹੜਾ ਬ੍ਰੇਨ ਆ ਉਹ ਆਪਾਂ ਨੂੰ ਲੱਗਦਾ ਕਿ ਯਾਰ ਹੁਣ ਗਿਆ ਕੰਮ, ਹੈ ਨਾ, ਵੀ ਹੁਣ ਤਾਂ ਆਪਾਂ ਕੰਮ ਕਾਰ 'ਚ ਜਲ ਜਾਈਏ ਜਾਂ ਫਿਰ ਹੁਣ ਅਸੀਂ ਨਹੀਂ ਕਰ ਸਕਦੇ, ਜਾਂ ਫਿਰ ਇੰਡੀਆ ਸੀਗੇ ਠੀਕ ਆ ਕਰ ਲਿਆ ਯਾਰ ਪਰ ਹੁਣ ਨਹੀਂ, ਹੁਣ ਏਜ਼ ਹੋਰ ਹੋ ਗਈ, ਹੁਣ ਸਰੀਰ ਨਹੀਂ ਕੰਮ ਕਰਦਾ, ਫਿਰ ਜਿੰਮ ਜਾਣ ਦੀ ਟਰਾਈ ਕਰਦੇ ਇੰਨੇ ਟਾਈਮ ਬਾਅਦ ਛੱਡ ਕੇ ਐਕਸਰਸਾਈਜ਼ ਨਹੀਂ ਹੁੰਦੀ, ਫਿਰ ਲੱਗਦਾ ਕਿ ਨਹੀਂ ਹੁਣ ਨਹੀਂ ਹੋਣੀ, ਪਰ ਗੱਲਬਾਤ ਕੁਛ ਨਹੀਂ ਹੁੰਦੀ, ਇਹ ਮਾਇੰਡ ਸੈੱਟ ਆ। ਤੁਸੀਂ ਤੁਹਾਨੂੰ ਨਾ ਪਹਿਲੇ ਸੋਚ ਕੇ ਚੱਲਣਾ ਚਾਹੀਦਾ, ਕਿਉਂਕਿ ਹੁਣ ਬਹੁਤ ਵੀਰਾਂ ਦੇ ਨਾ ਸਰੀਰ ਹੁਣ ਕੰਮ ਕਾਰ ਵਧੀਆ ਨੇ ਪਰ ਉਹ ਕਹਿੰਦੇ ਯਾਰ ਬੋਡੀਆਂ ਸਾਡੀਆਂ ਵੀ ਹੁਣ ਡਾਕਟਰ ਦੇ ਚਲੇ ਗਏ ਵੀ ਆਹ ਹੋ ਗਿਆ, ਤੁਹਾਨੂੰ ਮਿਹਨਤ ਛੱਡਣੀ ਨਹੀਂ ਚਾਹੀਦੀ। ਦਿਨ ਦਾ ਮੈਂ ਸਿੰਪਲ ਟਿਪਸ ਦਿੰਦਾ, ਦਿਨ ਦੇ ਵਿੱਚ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਵਧੀਆ ਡਾਇਟ ਖਾ ਲਓ, ਸਪਾਟੇ ਵਗੈਰਾ ਲਾ ਲਓ, ਠੀਕ ਆ, 100-200-300 ਦਿਹਾੜੀ ਦਾ ਡੰਡ ਬੈਠ ਕੇ ਬਿਨਾਂ ਜਿੰਮ ਤੋਂ ਵੀ ਕਿਤੇ ਨਹੀਂ ਸਰੀਰ ਜਾਂਦਾ। ਉਹੀ ਹੈ ਨਾ, ਆਪਾਂ ਨੂੰ ਪਤਾ ਵੀ ਹੁੰਦਾ ਕਈ ਵੇਲੇ ਵੀ ਮੈਂ ਆਹ ਕੰਮ ਕਰੂੰਗਾ ਅਤੇ ਮੇਰੀ ਆਹ ਰਿਜ਼ਲਟ ਮੈਨੂੰ ਮਿਲਣਗੇ, ਪਰ ਕਿਤੇ ਨਾ ਕਿਤੇ ਜਿਹੜੇ ਐਕਸ਼ਨ ਟੇਕ ਕਰਿਆ ਨਾ ਆਪਾਂ ਐਕਸ਼ਨ ਨਹੀਂ ਲੈਂਦੇ, ਹੈ ਨਾ, ਉਹਦੇ ਵਿੱਚ ਮੋਟੀਵੇਸ਼ਨ ਦੀ ਕਮੀ ਕਹਿ ਲਓ, ਹੈ ਨਾ, ਅਤੇ ਜਾਂ ਡਿਸਿਪਲਿਨ ਦੀ ਕਹਿ ਲਓ, ਹੁਣ ਇਹਦੇ ਵਿੱਚ ਹੋ ਜਾਂਦਾ ਆਪਾਂ ਨੂੰ ਵੀ ਮੋਟੀਵੇਟਡ ਨਹੀਂ ਹੈਗਾ ਬੰਦਾ, ਹੈ ਨਾ, ਮੋਟੀਵੇਸ਼ਨ ਕਿਤੇ ਵੀਡੀਓ ਦੇਖ ਕੇ ਜਾਂ ਲੈ ਬੰਦਾ ਕਰ ਲੈਂਦਾ ਕੰਮ, ਹੈ ਨਾ, ਪਰ ਡਿਸਿਪਲਿਨ ਹੋਣਾ ਕਿੰਨਾ ਕੁ ਜ਼ਰੂਰੀ, ਉਹ ਵੀ ਜ਼ਰੂਰੀ ਹੈ ਕਿ ਨਹੀਂ? ਉਹ ਬਹੁਤ ਜ਼ਰੂਰੀ ਆ। ਥੋੜ੍ਹਾ ਜਿਹੜਾ ਬ੍ਰੇਨ ਆ ਇਹਨੂੰ ਆਪਾਂ ਆਪ ਹੀ ਖਰਾਬ ਕਰਦੇ ਹਾਂ, ਆਪਣੀਆਂ ਆਦਤਾਂ ਆਪਾਂ ਆਪ ਹੀ ਬਣਾਉਂਦੇ ਹਾਂ। ਤੁਸੀਂ ਕੋਈ ਵੀ ਕੰਮ ਕਰਨਾ ਉਹਨੂੰ ਜਦੋਂ ਦੂਜੇ ਦਿਨ 'ਤੇ ਛੱਡਦੇ ਹਾਂ ਕਿ ਅੱਜ ਨਹੀਂ ਕਰਨਾ, ਚੱਲ ਕੱਲ੍ਹ ਨੂੰ ਸਹੀ, ਉਹ ਚੀਜ਼ ਨਹੀਂ ਇਹਨੂੰ ਕਰਨੀ, ਕਿਉਂਕਿ ਇਹਨੇ ਤੁਹਾਨੂੰ ਇਹ ਬਦਲ ਦੇਣਾ। ਤੁਹਾਡਾ ਮਾਇੰਡ ਸੈੱਟ ਤਾਂ ਇੱਦਾਂ ਦਾ ਹੋਣਾ ਚਾਹੀਦਾ ਕਿ ਮੰਨ ਲਓ ਵੀ ਜੇ ਤੁਹਾਡਾ ਬ੍ਰੇਨ ਕੁਛ ਕਹਿ ਰਿਹਾ ਕਿ ਯਾਰ ਐਕਸਰਸਾਈਜ਼ ਨਹੀਂ ਕਰਨੀ, ਉਹਨੂੰ ਬਸ ਉਹ 'ਤੇ ਉਲਟ ਤੁਸੀਂ ਐਕਸ਼ਨ ਲੈਣਾ। ਤੁਸੀਂ ਕਹਿਣਾ ਵੀ ਨਹੀਂ ਮੈਂ ਅੱਜ ਕਰਨੀ ਆ, ਖਾਣ ਦੀ ਆਦਤ ਆ ਤੁਹਾਡੀ ਠੀਕ, ਅੱਜ ਗਲਤ ਖਾ ਰਹੇ ਹੋ, ਉਹ ਚੀਜ਼ਾਂ ਵਾਰ ਵਾਰ ਤੰਗ ਕਰਨਗੀਆਂ, ਕਰੇਵਿੰਗ ਹੋਊਗੀ, ਪਰ ਉਹਦੇ ਤੁਸੀਂ ਐਕਸ਼ਨ ਉਲਟ ਲੈਣਾ, ਕਿਉਂਕਿ ਤੁਹਾਨੂੰ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਕਿ ਮੇਰੇ ਲਈ ਕਿਹੜੀ ਚੀਜ਼ ਮਾੜੀ ਆ ਕਿਹੜੀ ਚੰਗੀ ਆ। ਪਰ ਇੱਕ ਐਕਸ਼ਨ ਜਿਹੜਾ ਆਪਾਂ ਨਹੀਂ ਲੈ ਪਾਉਂਦੇ, ਤੁਸੀਂ ਥੋੜ੍ਹਾ ਇਹ ਆ ਕਿ ਤੁਸੀਂ ਉਹ ਦਿਨ ਨੂੰ 10-15 ਦਿਨ ਲਗਾਤਾਰ ਕਰੋ, ਤੁਸੀਂ ਚੇਂਜ ਦੇਖੇਗਾ ਆਪਣੇ ਆਪ 'ਚ, ਫਿਰ ਤੁਹਾਨੂੰ ਲੱਗੂ ਯਾਰ ਆਹੀ ਗੱਲ ਸੀਗੀ, ਹੈ ਨਾ, ਵੀ ਯਾਰ ਇਹ ਮੈਂ ਤਾਂ 5-7 ਦਿਨ ਕਰਕੇ ਛੱਡ ਦਿੰਦਾ ਸੀ। ਪਰ ਇਹਨੂੰ ਚੀਜ਼ ਨੂੰ ਲੰਬੀ ਲੈ ਕੇ ਜਾਓ, ਰਿਜ਼ਲਟ ਨਾ ਦੇਖਦੇ ਹੋਏ, ਕੋਈ ਵੀ ਚੀਜ਼ ਕਰਨੀ ਆ ਲਾਈਫ 'ਚ ਉਹਨੂੰ ਟਾਈਮ ਦੇ ਦਿਓ, ਕਰੀ ਚਲੋ ਠੀਕ ਆ, ਪਹਿਲਾਂ ਬੋਡੀ ਨਹੀਂ ਰਿਸਪੋਂਸ ਕਰਦੀ, ਰੋਜ਼ ਇਹ ਜਿੰਮ ਲਾਈ ਚੱਲੀ, ਆਪਾਂ ਕਦੇ ਐਕਸਰਸਾਈਜ਼ ਨਹੀਂ ਕਰੀ, ਮੰਨ ਲਓ ਪਹਿਲਾ ਮਹੀਨਾ ਰੋਜ਼ ਸੀਸੇ 'ਚ ਖੜ ਕੇ ਦੇਖੀਏ ਜਿੰਮ ਤੋਂ ਆ ਕੇ, ਕੁਛ ਨਹੀਂ ਤੁਹਾਨੂੰ ਕੁਛ ਜ਼ਿਆਦਾ ਡਿਫਰੈਂਸ ਨਹੀਂ ਆਊਗਾ, ਪਰ ਜਦੋਂ ਤੁਸੀਂ ਉਹਨੂੰ 3-4 ਮਹੀਨੇ ਬਾਅਦ ਦੇਖੇਂਗੇ ਫਿਰ ਤੁਸੀਂ ਦੇਖ ਕੇ ਆਪ ਹੈਰਾਨ ਰਹਿ ਜਾਏਗੇ ਕਿ ਯਾਰ ਇਹ ਮੈਂ ਆ। ਸਾਡਾ ਇੱਕ ਮਿੱਤਰ ਹੁੰਦਾ ਸੀ ਅਤੇ ਉਹ ਇੱਦਾਂ ਬੈਠਾ ਛੇੜਦਾ ਸੀ ਨਾ, ਕਹਿੰਦਾ ਉਹ ਦੇਖ ਉਸ ਮੁੰਡੇ ਦਾ ਭਾਰਾ ਸਰੀਰ ਸੀ, ਹੈ ਨਾ, ਚੰਗਾ, ਅਤੇ ਜੰਗ ਚੁੰਗ ਵੀ ਚਲੋ ਖਾ ਲੈਂਦਾ ਸੀ, ਕਹਿੰਦਾ ਸੀ ਉਹ ਦੇਖ ਕਿੰਨਾ ਡਿਸਿਪਲਿਨ ਡੇ ਆਪਣੀ ਹੈਲਥ ਨੂੰ ਲੈ ਕੇ। ਮੈਂ ਕਿਹਾ ਯਾਰ ਉਹਦਾ ਟੈਟੂਡ ਨਿਕਲਿਆ, ਹੈ ਨਾ, ਧੋਣ ਵੀ, ਮੈਂ ਕਿਹਾ ਇੰਨੀ ਮੋਟੀ ਹੋਈ ਉਹ ਮੋਟਾ, ਕਹਿੰਦਾ ਉਹ ਡਿਸਿਪਲਿਨ ਹੈਗਾ ਆ ਪਰ ਬਰਗਰ ਪੀਜ਼ਿਆਂ 'ਤੇ ਆ, ਡਿਸਿਪਲਿਨ ਉਹ 'ਚ ਹੈਗਾ ਵੀ ਮੈਂ ਰੋਜ਼ ਬਰਗਰ ਪੀਜ਼ੇ ਖਾਣੇ ਆ। ਸਿਹਤ ਉਹਨੇ ਡਿਸਿਪਲਿਨ ਕਰਕੇ ਗਲਤ ਪਾਸੇ ਨੂੰ ਜਾ ਕੇ, ਗਲਤ ਪਾਸੇ ਨੂੰ, ਨੈਗੇਟਿਵ ਪਾਸੇ ਨੂੰ ਡਿਸਿਪਲਿਨ ਦੇ ਵਿੱਚ ਆ, ਜੇ ਉਹੀ ਡਿਸਿਪਲਿਨ ਉਹਨਾਂ ਆਪਣਾ ਵਧੀਆ ਕੋਈ, ਹੈ ਨਾ, ਡਾਇਟ ਖਾ ਕੇ ਵਧੀਆ ਕੋਈ ਕੰਮ ਕਰਕੇ ਕਰੇ, ਉਹ ਜ਼ਿਆਦਾ ਵਧੀਆ ਹੋ ਸਕਦਾ ਆ। ਹਾਂਜੀ, ਯਾ ਕਿਉਂਕਿ ਹੁਣ ਉਹ ਨੋਰਮਲ ਆਪਾਂ, ਹੁਣ ਜਿਵੇਂ ਤੁਸੀਂ ਕਿਹਾ ਕਿ ਪੀਜ਼ੇ ਬਰਗਰ ਖਾ ਕੇ ਰਾਏ, ਸੋ ਇਹਨੇ ਤੁਰਨਾ ਤਾਂ ਕਿਸੇ ਪਾਸੇ ਨੂੰ ਹੈਗਾ ਹੀ ਆ। ਜਿਹੜੇ ਬੰਦੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਉਹ ਬੰਦੇ ਦਿਨ 'ਚ 2-3 ਪੋਡਕਾਸਟ ਵਧੀਆ ਸੁਣ ਲੈਂਦੇ ਨੇ, ਵਧੀਆ ਲੈਕਚਰ ਸੁਣ ਲੈਂਦੇ ਨੇ, ਸਿੱਖ ਲੈਂਦੇ ਨੇ, ਉਹ ਹੋਰ ਵੀ ਬੰਦੇ ਕੱਢਦੇ ਨੇ 3-4 ਘੰਟੇ, ਉਹ ਬਸ ਫਾਲਤੂ ਦੀਆਂ ਚੀਜ਼ਾਂ। ਕਹਿਣ ਦਾ ਮਤਲਬ ਵੀ ਤੁਹਾਨੂੰ ਪਤਾ ਵੀ ਆ ਪਰ ਤੁਸੀਂ ਨਿਕਲ ਨਹੀਂ ਸਕਦੇ। ਹਰ ਇੱਕ ਬੰਦੇ ਨੂੰ ਪਤਾ ਸੋਸ਼ਲ ਮੀਡੀਆ ਦੇ ਨੁਕਸਾਨ, ਕਿਹਨੂੰ ਨਹੀਂ ਪਤਾ ਹੋਊਗਾ, ਪਰ ਨਿਕਲ ਨਹੀਂ ਸਕਦੇ। ਇੱਦਾਂ ਹੀ ਕਿ ਇਹਨੇ ਕਿਸੇ ਪਾਸੇ ਨੂੰ ਤੁਰਨਾ ਹੀ ਆ ਬ੍ਰੇਨ ਨੇ, ਤੁਹਾਨੂੰ ਪਤਾ ਕਿ ਮਾੜਾ ਪਾਸਾ ਕੀ ਆ, ਚੰਗਾ ਪਾਸਾ ਕੀ ਆ, ਪਰ ਤੁਹਾਨੂੰ ਉਹ ਇੱਕ ਜਿਹੜੀ ਹੈਬਿਟ ਆ ਉਹ ਬ੍ਰੇਕ ਕਰਨੀ ਪੈਣੀ ਆ। ਬਸ ਜਿੰਮ 'ਚ ਪੈਰ ਪਾਉਣਾ ਹੀ ਔਖਾ, ਖੋਲਣੀ ਹੈ ਔਖੀ ਆ, ਉਹ ਰੋਜ਼ ਜਾਣ ਲੱਗ ਜਾਓ, ਫਿਰ ਬਾਕੀ ਕੰਮ ਤਾਂ ਤੁਸੀਂ ਆਪ ਹੀ ਕਰ ਦੇਣਾ। ਜਿਹੜੀ ਚੇਨ ਤੁਹਾਡੀ ਬਣ ਗਈ ਨਾ ਉਹਨੂੰ ਜ਼ਿਆਦਾ ਪੱਕੀ ਨਾ ਹੋਣ ਦਿਓ ਰਜਿੰਦਰ ਵੀਰੇ, ਤੁਹਾਨੂੰ ਪਤਾ ਲੱਗਦਾ ਕਿ ਯਾਰ ਆਹ ਮੈਂ ਬਹਿਣ ਲੱਗ ਗਿਆ, ਤੁਹਾਨੂੰ ਪਤਾ ਹੁੰਦਾ, ਉਹਨੂੰ ਤੋੜੋ ਕਿ ਯਾਰ ਆਹ ਚੀਜ਼ ਮੇਰੇ ਲਈ ਗਲਤ ਆ ਬਾਈ, ਮੈਂ ਬਾਹਰੋਂ ਖਾਣ ਜ਼ਿਆਦਾ ਲੱਗ ਗਿਆ। ਸੋਚੋ ਬਹਿ ਕੇ ਕਿ ਯਾਰ ਕਿਹੜੀ ਚੀਜ਼ ਹੈ ਨਾ ਵੀ ਮੈਂ ਕਰ ਰਿਹਾ ਜਿਹਦੇ ਨਾਲ ਮੈਨੂੰ ਆਹ ਪ੍ਰੋਬਲਮ ਆ, ਨਹੀਂ ਜਾਂ ਮੈਂ ਓਵਰ ਵੇਟ ਹਾਂ ਜਾਂ ਮੈਂ ਅੰਡਰ ਵੇਟ ਹਾਂ,
ਜਾਂ ਮੈਂ ਜ਼ਿੰਦਗੀ 'ਚ ਸਟਰਗਲ ਕਰ ਰਿਹਾ ਕਿਸੇ ਵੀ ਕਾਈਂਡ ਆਫ ਤੋਂ, ਅਤੇ ਬਸ ਫਿਰ ਉਹ ਤੁਹਾਨੂੰ ਆਪ ਹੀ ਤੁਹਾਡਾ ਬ੍ਰੇਨ ਦੱਸੂਗੀ। ਹਾਂ ਇੱਕ ਹੁਣ ਅੱਜ ਕੱਲ੍ਹ ਨਾ ਆਪਣੇ ਬਹੁਤ ਕੈਨੇਡਾ 'ਚ ਤਾਂ ਮੈਨੂੰ ਲੱਗਦਾ ਵੀ ਹੁਣ ਵਿੰਟਰ ਸਟਾਰਟ ਹੋਣ ਲੱਗੀ ਆ, ਹੈ ਨਾ, ਇਹ ਪ੍ਰੋਬਲਮ ਦੇਖਿਓ ਬਹੁਤ ਆ ਜਾਣੀ ਆ ਵੀ ਅਸੀਂ ਸੀਜ਼ਨਲ ਡਿਪਰੈਸ਼ਨ ਹੋ ਗਿਆ ਸਾਨੂੰ, ਹੈ ਨਾ, ਵੀ ਸਾਡਾ ਮਾਇੰਡ ਸੈੱਟ ਸਹੀ ਨਹੀਂ ਹੈਗਾ। ਉਹ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਰਿਲੇਟਡ ਹੈ ਆਪਣੀ, ਹੈ ਨਾ, ਖਾਣ ਪੀਣ ਦੇ ਨਾਲ ਜਾਂ ਫਿਜ਼ੀਕਲ ਹੈਲਥ ਦੇ ਨਾਲ? ਯਾ ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਕਾਫੀ ਆ। ਇੱਕ ਤਾਂ ਇਹਦੇ ਲਈ ਥੋੜ੍ਹਾ ਜਿਹਾ ਪ੍ਰਪੇਅਰ ਰਹੋ, ਹਰ ਇੱਕ ਬੰਦੇ ਨੂੰ ਆ, ਇਹ ਨਾ ਸੋਚੋ ਕਿ ਮੈਨੂੰ ਆ ਜਿਹੜਾ, ਮੈਂ ਤਾਂ ਹੀ ਕਹਿੰਦਾ ਉਹਨੇ ਨੇਚਰ ਨਾਲ ਜੁੜ ਕੇ ਰਹੋ। ਤੁਸੀਂ ਬਾਹਰ ਇੱਕ ਵਾਰ ਫਰੈਸ਼ ਏਅਰ 'ਚ ਵਾਕ ਕਰਕੇ ਆਓ ਮੋਰਨਿੰਗ, ਹੈ ਨਾ, ਸਨਲਾਈਟ ਦਾ ਚੱਕਰ ਪੈਂਦਾ ਇਹ ਧੁੱਪ ਦਾ, ਬ੍ਰੇਨ ਲਈ ਜਿਹੜੀ ਸੂਰਜ ਦੀ ਰੋਸ਼ਨੀ ਉਹ ਦੇਖਣੀ ਬਹੁਤ ਜ਼ਰੂਰੀ ਆ। ਜਦੋਂ ਚੇਂਜ ਹੁੰਦਾ, ਹਨੇਰੀ ਹਨੇਰਾ ਲੱਗਦਾ, ਹਰ ਇੱਕ ਬੰਦੇ ਨੂੰ ਡਿਪਰੈਸਿੰਗ ਜੀ ਹੁੰਦੀ ਆ ਯਾਰ ਆਹ ਕੀ ਹੋ ਗਿਆ, ਹੈ ਨਾ। ਉਹਦੇ ਲਈ ਇੱਕ ਤਾਂ ਤੁਸੀਂ ਆ ਜਿਹੜੀਆਂ ਆਪਣੀਆਂ ਸਰਦੀਆਂ ਨੇ, ਵਿਟਾਮਿਨ D3 ਪੱਕਾ ਹੀ ਐਡ ਕਰਕੇ ਰੱਖੋ, ਕਿਉਂਕਿ ਆਪਾਂ ਨੂੰ ਬਹੁਤ ਘੱਟ ਮਿਲਦਾ ਫੂਡਾਂ ਦੇ ਵਿੱਚ ਵੀ, ਐਸਾ ਵੈਸਾ ਹੀ ਆ। ਅਤੇ ਬਾਕੀ ਹੋਰ ਹੋ ਸਕਦਾ ਕਿ ਮੈਂ ਤਾਂ ਕਰਦਾ ਹੁੰਦਾ ਕਿ ਉਹ ਪਹਿਲੇ, ਜਿਵੇਂ ਮੈਂ ਕਿਹਾ ਵੀ ਪਹਿਲੇ 10-15 ਦਿਨ ਆ, ਫਿਰ ਤੁਹਾਡੀ ਬੋਡੀ ਯੂਜ਼ ਟੂ ਹੋ ਜਾਂਦੀ ਆ, ਹੈ ਨਾ। ਪਹਿਲੇ ਤੁਹਾਨੂੰ ਪ੍ਰਪੇਅਰ ਹੋ ਕਿ ਯਾਰ ਜੇ ਹੋ ਵੀ ਗਿਆ ਤਾਂ ਓਕੇ, ਉਹਦੀ ਟੈਨਸ਼ਨ ਨਹੀਂ ਲੈਣੀ, ਉਹ 20-25 ਦਿਨ 'ਚ ਠੀਕ ਹੋ ਜਾਂਦਾ ਜਦੋਂ ਮੌਸਮ ਚੇਂਜ ਹੁੰਦਾ, ਹੈ ਨਾ, ਬੋਡੀ ਨੂੰ ਝਟਕਾ ਜਿਹਾ ਲੱਗਦਾ ਹੀ ਆ। ਅਤੇ ਥੋੜ੍ਹੀ ਬਹੁਤੀ ਤੁਸੀਂ ਲਾਈਟ ਥੈਰੇਪੀ ਲੈ ਸਕਦੇ ਹੋ, ਐਮਾਜ਼ੋਨ 'ਤੇ ਕਲੈਟ ਆਉਂਦੀ ਆ, ਯੂਵੀ ਫਰੀ ਲਾਈਟ, ਆਈ ਥਿੰਕ ਉਹਦਾ ਨਾਮ ਆ, ਤੁਸੀਂ ਸ਼ਾਇਦ ਉਹਦੀ ਦੇਖਦੇ ਹੋ ਫੋਟੋ ਉੱਤੇ ਕਰਦੇ ਹੋ, ਯੂਵੀ ਫਰੀ ਲਾਈਟ। 10 ਘੰਟਾ ਜਾਂ 20 ਘੰਟਾ ਔਫ 'ਚ ਬਹਿ ਕੇ ਕੰਮ ਕਰਦੇ ਹੋ, ਉਹਦੀ ਥੈਰੇਪੀ ਲੈ ਲਓ, ਉਹਨੂੰ ਵਿੰਡੋ 'ਚ ਰੱਖ ਦੇਣਾ, ਥੋੜ੍ਹਾ ਜਿਹਾ ਲਾਈਟ ਮਾਰਦੀ ਆ ਉਹ, ਤੁਹਾਨੂੰ ਫੀਲਿੰਗ ਜੇ ਹੈ ਉਹ ਵੀ ਧੁੱਪ ਆ ਰਹੀ ਆ ਬਾਹਰੋਂ। ਸੋ ਉਹ ਵੀ ਬਹੁਤ ਵਧੀਆ ਅੱਜ ਕੱਲ੍ਹ ਦੇ ਜਿਹੜੇ ਡਾਕਟਰ ਨੇ, ਸਾਇੰਟਿਸਟ ਨੇ ਰੈਕਮੈਂਡ ਕਰਦੇ ਨੇ ਕਿ ਚਲੋ ਥੋੜ੍ਹੀ ਬਹੁਤੀ 10-15 ਮਿੰਟ, ਜ਼ਿਆਦਾ ਨਹੀਂ, ਸਟ੍ਰੈਸ ਕਰਦੀ ਆ ਉਹ, ਕਿਉਂਕਿ ਲਾਈਟ ਤੁਹਾਡੇ ਜ਼ਿਆਦਾ ਤੇਜ਼ ਆ, ਬੋਡੀ ਨੂੰ ਸਟ੍ਰੈਸ ਕਿਰਾਂ ਤੁਹਾਡੇ ਇਨਕਰੀਜ਼ ਹੋਊਗਾ, ਪਰ ਉਹਦੇ ਨਾਲ ਇੱਕ ਤੁਹਾਨੂੰ ਇਫੈਕਟ ਜਿਹਾ ਮਿਲ ਜੂਗਾ ਕਿ ਉਹ ਜਿਹੜੀ ਡਾਰਕਨੈਸ ਆ ਤੁਹਾਡੀ ਬੋਡੀ, ਅਲਰਟਨੈਸ ਜੀ ਚਾਹੂਗੀ। ਅਤੇ ਬਸ ਥੋੜ੍ਹੀ ਜਿਹੀ ਇੱਕ ਓਮੇਗਾ 3 ਬਹੁਤ ਜ਼ਰੂਰੀ ਆ ਬ੍ਰੇਨ ਲਈ। ਜਿਹੜੇ ਤਾਂ ਮੁੰਡੇ ਫਿਸ਼ ਓਇਲ ਜਾਂ ਫਿਸ਼ ਖਾ ਲੈਂਦੇ ਨੇ ਓਕੇ ਆ, ਨਹੀਂ ਤੁਸੀਂ ਵਾਲਨਟ ਵਗੈਰਾ ਖਾ, ਖਰੋੜ ਖਾਓ, ਹੈ ਨਾ, ਬਦਾਮ ਖਾਓ, ਜਾਂ ਫਿਰ ਓਮੇਗਾ 3 ਦੇ ਵਿੱਚ ਅਲਸੀ 'ਚ ਬਹੁਤ ਹੁੰਦਾ। ਸੋ ਇੱਦਾਂ ਦੇ ਫੂਡ ਐਡ ਕਰਕੇ ਰੱਖੋ, ਇਹ ਬ੍ਰੇਨ ਲਈ ਜ਼ਰੂਰੀ ਨੇ। ਉਹੀ ਨਾ, ਸਿਆਲ ਆ ਗਿਆ ਹੁਣ, ਆਪਣੇ ਤਾਂ ਪਿੰਨੀਆਂ ਪੁੰਨੀਆਂ ਬਣੀ ਵਧੀਆ ਬਣੀਆਂ ਹੁੰਦੀਆਂ, ਅਤੇ ਉਹ ਕੋਸ਼ਿਸ਼ ਕਰੋ ਕਿ ਥੋੜ੍ਹਾ ਹੈਲਥੀ ਰੱਖੋ, ਆਟਾ ਉੱਟਾ ਘੱਟ ਪਾਓ ਵਿੱਚ। ਹਾਂ, ਪਿੰਨੀਆਂ ਆ, ਪਿੰਨੀਆਂ ਦੇ ਵਿੱਚ ਅਲਸੀ ਪਾ ਲਓ, ਦੇ ਕੇ ਆਟਾ ਘੱਟ ਰੱਖ ਲਓ, ਹੋਰ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ, ਦੇਸੀ ਘਿਓ ਹੋ ਗਿਆ, ਜਾਂ ਜਿਹਦੇ ਵਿੱਚ ਨਟ ਸੀਡ ਜਿੰਨਾ ਮਰਜ਼ੀ ਪਾ ਲਓ, ਦੇਸੀ ਚੀਜ਼ਾਂ ਵੀ ਪਾ ਲੈਂਦੇ ਨੇ, ਹੈ ਨਾ, ਉਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਸੀਂ ਵਧੀਆ। ਪਰ ਉਹੀ ਆ ਨਾ ਵੀ ਮੈਂ ਹੁਣ ਇਹ ਚੀਜ਼ਾਂ ਕਿਉਂ, ਪਿੰਨੀਆਂ ਠੀਕ ਆ, ਮੈਂ ਪਿੰਨੀ ਨੋਰਮਲ ਮੇਰੀ ਲਾਈਫ ਦੇ ਵਿੱਚ ਨਹੀਂ ਹੁੰਦੀ ਹੈਗੀ ਡੇਜ਼ ਦੇ ਵਿੱਚ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਖਾਂਦਾ ਇਹ, ਪਰ ਮੈਂ ਆਪਣੇ ਫੂਡ ਅੱਡ ਤਰ੍ਹਾਂ ਦੇ ਫੂਡ 'ਚੋਂ ਲੈਂਦਾ। ਪਰ ਜਿਹੜੇ ਬੰਦੇ ਠੀਕ ਆ ਨਹੀਂ ਲੈ ਸਕਦੇ, ਫਿਰ ਉਹ ਬਣਾ ਕੇ ਰੱਖੋ, ਜਿਹੜਾ ਉਹਨਾਂ ਦਾ ਟਾਈਮ ਬਚੇ ਕਿ ਚੱਕੀ 1 ਜਾਂ 2 ਖਾ ਲਈ, ਪਰ ਉਹ ਲਿਮਿਟਡ, ਇਹ ਨਹੀਂ ਹੈਗਾ ਵੀ ਆਪਾਂ, ਹੈ ਨਾ, ਵੀ ਪਿੰਨੀਆਂ ਬਣਾਈਆਂ ਉਹ ਸਾਰੀ ਖਾਲੀ ਕਰਦੀਆਂ, ਖਾਲੀ ਕਰਦੀਆਂ ਚਾਹ ਨਾ, ਇਹ ਚੀਜ਼ ਨਹੀਂ। ਚਲੋ, ਤੁਸੀਂ ਨੋਨ ਵੈਜ ਅਤੇ ਵੈਜ ਵਾਲੀ ਗੱਲ ਕੀਤੀ, ਹਾਂ, ਪਹਿਲਾਂ ਵੀ ਤੁਸੀਂ ਪਹਿਲੇ ਨੋਨ ਵੈਜ ਸੀ, ਹੁਣ ਵੈਜੀਟੇਰੀਅਨ ਹੋ ਗਿਆ, ਹੈ ਨਾ, ਤੁਹਾਨੂੰ ਕੀ ਲੱਗਦਾ ਵੀ ਇਹ ਪਰਸਨਲ ਪ੍ਰੈਫਰੈਂਸ ਆ ਜਾਂ ਤੁਸੀਂ ਦੋਨੇ ਤਰੀਕਿਆਂ ਦੀ ਡਾਇਟ ਕੀਤੀ, ਹੈ ਨਾ? ਜੇ ਮੈਂ ਤੁਹਾਡਾ ਐਕਸਪੀਰੀਅੰਸ ਪੁੱਛਾਂ ਵੀ ਕਿਹੜੀ ਬੈਟਰ ਆ ਜਾਂ ਕਿਹੜੀ ਡਾਇਟ ਤੁਹਾਨੂੰ ਲੱਗਦਾ ਵੀ ਨੈਚੁਰਲ ਡਾਇਟ ਆ ਅਤੇ ਆਪਣੀ ਜ਼ਿੰਦਗੀ ਨੂੰ, ਆਪਣੀ ਲਾਈਫ ਸਟਾਈਲ ਨੂੰ ਅੱਗੇ ਲੈ ਕੇ ਜਾ ਸਕਦੀ ਆ? ਇਹਦੇ ਵਿੱਚ ਗੁਰਜਿੰਦਰ ਵੀਰੇ, ਮੈਂ ਦੇਖੋ ਵੀ ਹੁਣ ਕਈ ਵੀਰ ਮੈਨੂੰ ਕਹਿੰਦੇ ਨੇ ਕਿ ਬਾਈ ਤੁਸੀਂ ਆਪ ਟ੍ਰੇਨਰ ਹੋ, ਤੁਸੀਂ ਪਿਓਰ ਵੈਜ ਹੋ ਗਏ, ਵੀ ਤੁਸੀਂ ਕੁਛ ਸੋਚ ਕੇ ਹੋਏ ਹੋਏਗੇ ਵੀ ਸ਼ਾਇਦ ਅਸੀਂ ਵੀ ਹੋ ਜਾਈਏ। ਅਤੇ ਮੈਂ ਉਹਨੂੰ ਕਹਿੰਦਾ ਨਾ ਵੀ ਜੇ ਤੁਹਾਡਾ ਮਨ ਆ, ਦੇਖੋ ਹੁਣ ਸ਼ਾਇਦ ਮੈਨੂੰ ਲੱਗਦਾ ਵੀ ਮੈਨੂੰ ਮੇ ਵੀ ਜਾਨਵਰਾਂ ਨਾਲ ਮੇਰਾ ਪਿਆਰ ਥੋੜ੍ਹਾ ਜਿਹਾ ਵਧਿਆ, ਹੈ ਨਾ, ਇੱਕ ਕੋਈ ਮੈਂ ਧਾਰਮਿਕ ਰੀਜ਼ਨ ਕਰਕੇ ਵੀ ਨਹੀਂ ਕਹਿ ਰਿਹਾ, ਮੈਂ ਕਈ ਵਾਰ ਮੈਨੂੰ ਆਪਾਂ ਨੂੰ ਇਹ ਚੀਜ਼ਾਂ ਲੱਗਦੀਆਂ ਨੇ ਕਿ ਯਾਰ ਉਹ ਵੀ ਇੱਦਾਂ ਦਾ, ਹੈ ਨਾ, ਵੀ ਯਾਰ ਨਹੀਂ ਠੀਕ ਆ ਵੀ ਮੈਂ ਖਾਣਾ ਨਹੀਂ ਚਾਹੁੰਦਾ। ਮੈਂ ਕਿਹਾ ਵੀ ਜੇ ਤੈਨੂੰ ਵੀਰੇ ਇੰਨਾ ਕੁ ਵੀ ਵਹਿਮ ਹੋ ਗਿਆ ਕਿ ਯਾਰ ਨੋਨ ਵੈਜ ਨਾਲ ਸਰੀਰ ਬਣਦਾ, ਪਿਓਰ ਵੈਜ ਲਾਤੀ ਵੀਰ ਨੇ ਇਹਦੇ ਨਾਲ ਬਣਨਾ ਨਹੀਂ, ਮੈਂ ਕਿਹਾ ਫਿਰ ਪਿਓਰ ਵੈਜ ਤੇਰੇ ਸਰੀਰ ਨਹੀਂ ਬਣਾ ਸਕਦੀ, ਠੀਕ ਆ, ਜਾਂ ਤੇਰੇ ਬ੍ਰੇਨ ਦੇ ਵਿੱਚ ਇਹ ਚੀਜ਼ ਆ ਗਈ, ਵਹਿਮ ਆ ਗਿਆ, ਇੰਨਾ ਕੁ ਵੀ ਵਹਿਮ ਆ ਗਿਆ ਕਿ ਨੋਨ ਵੈਜ ਬੈਟਰ ਆ, ਬੈਟਰ ਆ, ਫਿਰ ਉਹਨੇ ਤੁਹਾਨੂੰ ਤੁਹਾਡੇ ਬ੍ਰੇਨ 'ਤੇ ਇਫੈਕਟ ਬਹੁਤ ਦੇਣਾ। ਇੱਕ ਤਾਂ ਇਹ ਪੁਆਇੰਟ ਆ, ਦੂਜੀ ਗੱਲ ਮੈਂ ਜੇ ਤੁਸੀਂ ਕੋਈ ਬੋਡੀ ਬਿਲਡਿੰਗ ਕਰਨੀ ਆ, ਪ੍ਰੋ ਤੱਕ ਜਾਣਾ, ਕੰਡੀਸ਼ਨਿੰਗ ਕਰਨੀ ਆ ਬੋਡੀ ਦੀ ਬਹੁਤ ਜ਼ਿਆਦਾ ਹਾਈ ਲੈਵਲ 'ਤੇ, ਫਿਰ ਤੁਹਾਨੂੰ ਥੋੜ੍ਹਾ ਜਿਹਾ ਪਿਓਰ ਵੈਜੀਟੇਰੀਅਨ 'ਚ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਕਿਉਂਕਿ ਪਨੀਰ ਖਾਣਾ ਤੁਹਾਨੂੰ ਉਹ 'ਚੋਂ ਫੈਟ ਆਉਣੀ ਆ, ਜਿੱਥੇ ਤੁਸੀਂ 100 ਗ੍ਰਾਮ ਪਨੀਰ ਖਾਂਦੇ ਹੋ ਤੁਹਾਨੂੰ ਉਹ 'ਚ 20 ਗ੍ਰਾਮ ਪ੍ਰੋਟੀਨ ਜੇ ਆ ਗਿਆ, 20 ਗ੍ਰਾਮ ਫੈਟ ਵੀ ਆਉਣੀ ਆ, ਜੋ ਕੈਲਰੀਜ਼ ਅਲੱਗ ਆ ਰਹੀ ਆ, ਤੁਹਾਨੂੰ ਚਾਹੀਦੀ ਨਹੀਂ ਉਹ ਬੋਡੀ ਬਿਲਡਿੰਗ ਦੇ ਟਾਈਮ। ਜੇ ਉੱਥੇ ਤੁਸੀਂ ਚਿਕਨ ਬੈਸਟ ਖਾਂਦੇ ਹੋ, ਤੁਹਾਨੂੰ ਓਨਲੀ 20 ਗ੍ਰਾਮ 25 ਜਾਂ 22 ਪ੍ਰੋਟੀਨ ਆ ਗਿਆ, ਫੈਟ 1 ਜਾਂ 2 ਗ੍ਰਾਮ, ਮਤਲਬ ਥੋੜ੍ਹਾ ਇੰਨਾ ਮੈਕਰੋ ਦਾ ਫਰਕ ਪੈ ਜਾਂਦਾ। ਜਾਂ ਤਾਂ ਤੁਹਾਨੂੰ ਉਹਦੇ 'ਚ ਐਕਟੀਵਿਟੀ ਵਧਾਉਣੀ ਪੈਣੀ ਆ ਕਿ ਜੋ ਐਕਸਟਰਾ ਕੈਲਰੀ ਆ ਰਹੀ ਆ ਉਹ ਤੁਹਾਨੂੰ ਤੁਸੀਂ ਬਰਨ ਕਰੋ, ਐਡਾ ਵੀ ਕੋਈ ਚੱਕਰ ਨਹੀਂ। ਪਰ ਜਿਵੇਂ ਕਿ
ਦੂਜੀ ਗੱਲ ਕਈ ਬੰਦੇ ਕਹਿੰਦੇ ਨੇ ਬਾਈ ਐਨਰਜੀ ਹੁੰਦੀ ਹੈ ਹਨਾ ਕਿ ਯਾਰ ਤੁਸੀਂ ਜਦੋਂ ਮਾਸ ਖਾਂਦੇ ਹੋ ਤੁਹਾਨੂੰ ਲੱਗਦਾ ਹਨਾ ਵੀ ਉਹ ਜਾਨਵਰ ਮਰਦੇ ਨੇ ਤੁਹਾਡੇ 'ਤੇ ਐਨਰਜੀ ਆਉਂਦੀ ਆ ਵੀ ਉੱਦਾਂ ਦੀ ਹਨਾ ਬੇਸਿਕਲੀ ਉਹ ਚੀਜ਼ਾਂ ਦਾ ਹਲੇ ਮੈਂ ਕੋਈ ਜ਼ਿਆਦਾ ਮਤਲਬ ਉਹਨਾਂ ਬਾਰੇ ਕੋਈ ਮੈਂ ਟਿੱਪਣੀ ਦੇਣੀ ਚਾਹੁੰਦਾ ਕਿਉਂਕਿ ਜੇ ਆਪਾਂ ਪਿਓਰ ਵੈਜੀਟੇਰੀਅਨ ਵੀ ਹਾਂ ਹੋਰ ਆਪਾਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਬੰਦੇ ਪਿਓਰ ਵੈਜੀਟੇਰੀਅਨ ਵੀ ਨੇ ਠੀਕ ਆ ਉਹ ਵੀ ਬੰਦੇ ਕੋਈ ਐਡਾ ਨਹੀਂ ਹੈਗਾ ਵੀ ਪਿਓਰ ਵੈਜੀਟੇਰੀਅਨ ਬਣ ਕੇ ਆਪਾਂ ਵੀ ਆਪਣੇ 'ਚ ਬਹੁਤ ਪੋਜ਼ਿਟਿਵ ਐਨਰਜੀ ਆ ਕਹਿਣ ਦਾ ਮਤਲਬ ਵੀ ਜਿਹੜੇ ਪੂਰੇ ਹੀ ਪਿਓਰ ਵੈਜੀਟੇਰੀਅਨ ਬੰਦੇ ਨੇ ਉਹ ਵੀ ਨੈਗੇਟਿਵ ਹੈਗੇ ਨੇ ਜਿਹੜੇ ਪਿਓਰ ਵੈਜ ਖਾ ਜਿਹੜੇ ਨੋਨ ਵੈਜ ਖਾ ਲੈਂਦੇ ਨੇ ਉਹ ਬੰਦਿਆਂ 'ਚ ਪੋਜ਼ਿਟਿਵਿਟੀ ਹੈਗੀ ਆ ਠੀਕ ਆ ਸੋ ਇਹ ਮੇਰਾ ਤਾਂ ਇਹੀ ਆ ਕਿ ਮੈਂ ਚੇਂਜ ਕਰਕੇ ਦੇਖਣਾ ਚਾਹੁੰਦਾ ਕਿ ਮੈਨੂੰ ਕਈ ਵਾਰ ਇਹ ਵੀ ਹੁੰਦਾ ਉਹ ਕਹਿੰਦੇ ਵੀ ਜਿਹੜੀ ਨੋਨ ਵੈਜ ਡਾਇਟ ਆ ਗੁਰਜਿੰਦਰ ਵੀਰੇ ਵੀ ਉਹ ਥੋੜ੍ਹੀ ਜਿਹੀ ਥੋੜ੍ਹੀ ਜਿਹੜੀ ਪਿਓਰ ਵੈਜ ਡਾਇਟ ਆ ਉਹ ਅਲਕਲਾਈਨ ਜ਼ਿਆਦੇ ਆ ਅੱਛਾ ਹੈ ਨਾ ਦੂਜੀ ਅਸੀਟਿਕ ਜ਼ਿਆਦੇ ਆ ਥੋੜ੍ਹੀ ਜਿਹੀ ਵੀ ਤੁਹਾਡੇ ਐਸੀਡਿਟੀ ਲੈਵਲ ਵਧਾਉਂਦੀ ਆ ਬੋਡੀ 'ਚ ਹੈ ਨਾ ਉਹ ਵੀ ਠੀਕ ਆ ਪਰ ਜੇ ਤੁਸੀਂ ਵੈਜੀਟੇਬਲ ਨਾਲ ਖਾਂਦੇ ਹੋ ਤੁਸੀਂ ਮਿਕਸ ਡਾਇਟ ਖਾਂਦੇ ਹੋ ਇਕੱਲਾ ਤਾਂ ਤੁਸੀਂ ਮਾਸ ਖਾਂਦੇ ਨਹੀਂ ਹੈ ਨਾ ਤੁਸੀਂ ਫਾਈਬਰ ਵੀ ਲੈਂਦੇ ਹੋ ਅਤੇ ਬਸ ਮੁੱਕਦੀ ਗੱਲ ਇਹੀ ਆ ਵੀ ਪਹਿਲਾਂ ਮੈਂ ਨੋਨ ਵੈਜ ਨੂੰ ਬਹੁਤ ਪ੍ਰਮੋਟ ਕਰਿਆ ਸੀਗਾ ਮੈਂ ਇਹਦੇ 'ਤੇ ਇੱਕ ਵੀਡੀਓ ਵੀ ਪਾਈ ਸੀ ਗੁਰਜਿੰਦਰ ਵੀਰੇ ਵੀ ਮੈਂ ਹੁਣ ਪਿਓਰ ਵੈਜੀਟੇਰੀਅਨ ਹੋ ਗਿਆ ਮੇਰਾ ਕਹਿਣ ਦਾ ਮਤਲਬ ਉਹਦੇ ਵਿੱਚ ਇਹ ਨਹੀਂ ਸੀਗਾ ਕਿ ਹਾਂਜੀ ਨੋਨ ਵੈਜ ਮਾੜੀ ਕਿਉਂਕਿ ਮੈਂ ਇਹ ਚੀਜ਼ ਪ੍ਰਮੋਟ ਕਰੀ ਸੀ ਅਤੇ ਮੈਂ ਇੱਕ ਵੀਡੀਓ ਉਹ ਬੈਕਅਪ ਲਈ ਮੈਨੂੰ ਪਾਉਣੀ ਪੈਣੀ ਸੀ ਕਿਉਂਕਿ ਜਦੋਂ ਮੈਂ ਕੋਈ ਚੀਜ਼ ਪ੍ਰਮੋਟ ਕਰੀ ਹੈ ਕਿ ਰੈਡਮੀ ਦਿਖਾਓ ਦੈਨ ਮੈਨੂੰ ਇਹ ਸ਼ੋਅ ਕਰਨਾ ਪੈਣਾ ਸੀ ਲੋਕਾਂ ਨੂੰ ਕਿ ਮੈਂ ਹੁਣ ਪਿਓਰ ਵੈਜੀਟੇਰੀਅਨ ਹਾਂ ਮੈਂ ਟਰਾਈ ਕਰ ਰਿਹਾ ਪਹਿਲਾਂ ਮੈਂ ਆਂਡੇ ਖਾਂਦਾ ਸੀ ਮੈਂ ਆਂਡੇ ਵੀ ਛੱਡੇ ਨੇ ਪਰ ਉਹ ਜਿਹੜਾ ਵੀ ਮੈਂ ਕਰ ਰਿਹਾ ਉਹ ਚੀਜ਼ ਉਹ ਥੋੜ੍ਹੀ ਜਿਹੀ ਸਾਹਮਣੇ ਲਿਆਉਣੀ ਸੀਗੀ ਵੀ ਮੈਂ ਕੀ ਕਰ ਰਿਹਾ ਜਾਂ ਮੈਂ ਟਰਾਈ ਕਰ ਰਿਹਾ ਜਾਂ ਕਿੱਦਾਂ ਪਰ ਇੱਕ ਪਰਸਨਲ ਨਹੀਂ ਮੈਂ ਕਹੂੰਗਾ ਕਿਸੇ ਨੂੰ ਹਨਾ ਵੀ ਯਾਰ ਤੁਸੀਂ ਹਾਂ ਨੋਨ ਵੈਜ ਨਹੀਂ ਖਾ ਸਕਦੇ ਜਾਂ ਤੁਸੀਂ ਪਿਓਰ ਵੈਜੀਟੇਰੀਅਨ ਹੋ ਜਾਓ ਹਾਂ ਜਿਹੜੇ ਪਿਓਰ ਵੈਜੀਟੇਰੀਅਨ ਛੱਡਦੇ ਨੇ ਉਹ ਕਹਿੰਦੇ ਨੇ ਵੀ ਦੁੱਧ ਵੀ ਮਾੜਾ ਘਿਓ ਵੀ ਮਾੜਾ ਹਨਾ ਵੀਗਨ ਵੀਗਨ ਜਿਹੜੇ ਹਾਂ ਉੱਥੇ ਤੁਹਾਨੂੰ ਨਿਊਟ੍ਰੀਸ਼ਨ ਬਹੁਤ ਘੱਟ ਸਕਦੀ ਆ ਕਿਉਂਕਿ ਤੁਹਾਨੂੰ ਬਹੁਤ ਔਖਾ ਕੰਪਲੀਟ ਪ੍ਰੋਟੀਨ ਮਿਲਣਾ ਉੱਥੇ ਤੁਹਾਨੂੰ ਜ਼ਿਆਦਾ ਕਮਜ਼ੋਰੀ ਆ ਸਕਦੀ ਆ ਉਹੀ ਆ ਨਾ ਆਪਾਂ ਦਰਖਤਾਂ ਤੋਂ ਜਾਂ ਪੌਦਿਆਂ ਤੋਂ ਵੀ ਕਿੰਨਾ ਕਿਤੇ ਲੈ ਲਵਾਂਗੇ ਪ੍ਰੋਟੀਨ ਉਹਨਾਂ ਤੁਸੀਂ ਕਿੰਨਾ ਕੁ ਲੈ ਲੇਂਗੇ ਹਾਂ ਨਿਊਟ੍ਰੀਸ਼ਨ ਵੈਲਿਊ ਵੀ ਬਹੁਤ ਘੱਟ ਹੁੰਦੀ ਬਹੁਤ ਘੱਟ ਕੰਪਲੀਟ ਪ੍ਰੋਟੀਨ ਹੀ ਤੁਹਾਨੂੰ ਮਿਲਣਾ ਦੇਖੋ ਡੈਰੀ ਤਾਂ ਹੋਣੀ ਚਾਹੀਦੀ ਆ ਪਨੀਰ ਬੇ ਪ੍ਰੋਟੀਨ ਨਹੀਂ ਉਹ 'ਚ ਤੁਸੀਂ ਲੈ ਸਕਦੇ ਦੁੱਧ ਨਹੀਂ ਪੀ ਸਕਦੇ ਦਹੀਂ ਨਹੀਂ ਲੈ ਸਕਦੇ ਫਿਰ ਪਿੱਛੇ ਕੀ ਰਹਿ ਗਿਆ ਪਿੱਛੇ ਦਾ ਉਹ ਪਲਾਂਟਸ ਤੋਂ ਵੀ ਪਲਾਂਟਸ ਰਹਿ ਗਏ ਉੱਥੇ ਵੀ ਕਿੰਨਾ ਲੈ ਸਕਦੇ ਹਾਂ ਸੋ ਮੈਡੀਟੇਸ਼ਨ ਕਦੇ ਟਰਾਈ ਕੀਤੀ ਮੈਡੀਟੇਸ਼ਨ ਕਰਦੇ ਹਾਂ ਮੈਡੀਟੇਸ਼ਨ ਗੁਰਜਿੰਦਰ ਵੀਰੇ ਮੈਂ ਡੇਲੀ ਕਰਦਾ ਅੱਛਾ ਪਰ ਮੈਂ ਬਹੁਤ ਜ਼ਿਆਦਾ ਨਹੀਂ ਕਰਦਾ ਹੁਣ ਇਹ ਧਿਆਨ ਨਾਲ ਕਈ ਵੀਰ ਸ਼ੁਰੂ ਕਰਦੇ ਨੇ ਪਹਿਲਾਂ ਬੜਾ ਸਵਾਦ ਆਉਂਦਾ ਮੈਡੀਟੇਸ਼ਨ ਕਰਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਉਹ ਬਹੁਤ ਨੇ ਆਪਾਂ ਬਹਿਨੇ ਆਪਾਂ ਨੂੰ ਸਵਾਦ ਆਉਂਦਾ ਪਰ ਜ਼ਿਆਦਾ ਮੈਡੀਟੇਸ਼ਨ ਜਦੋਂ ਤੁਸੀਂ ਕਰਨ ਲੱਗ ਗਏ ਮੰਨ ਲਓ ਕਈ ਬੰਦੇ ਫਿਰ ਘੰਟਾ ਘੰਟਾ ਨਹੀਂ ਉੱਠਦੇ ਪਰ ਤੁਹਾਨੂੰ ਥੋੜ੍ਹੀ ਬੋਡੀ ਨੂੰ ਆਦਤ ਪੈਣੀ ਆ ਉਨੀ ਮੈਡੀਟੇਸ਼ਨ ਦੀ ਵੀ ਮੈਂ ਉਨਾ ਹੀ ਸ਼ਾਂਤ ਰਹਾਂ ਕਈ ਵਾਰ ਇਹ ਹੁੰਦਾ ਤੁਹਾਡੇ ਤੋਂ 20 ਮਿੰਟ ਤੁਸੀਂ ਘੰਟਾ ਕਰਦੇ ਹੋ ਤੁਹਾਡੇ ਤੋਂ 10 ਮਿੰਟ ਹੀ ਥੋੜ੍ਹੀ ਬੋਡੀ ਮੰਗੂਗੀ ਵੀ ਬੈਠ ਕੇ ਅਤੇ ਜਾ ਕੇ ਤੁਸੀਂ ਜ਼ਿਆਦਾ ਸਟ੍ਰੈਸ ਕਰੇਂਗੇ ਹੋ ਕਿਉਂਕਿ ਤੁਹਾਡੀ ਬੋਡੀ ਨਾ ਸ਼ਾਂਤ ਜਿਹਾ ਮਾਹੌਲ ਉਨਾ ਕੀ ਮੰਗਦੇ ਵੀ ਮੈਂ ਘੰਟਾ ਬੈਠਾਂ ਇੱਕ ਹੈਕ ਆ ਜਿਹੜੇ ਨਹੀਂ ਕਰਦੇ ਕਰਨੀ ਚਾਹੀਦੀ ਆ ਇੱਕ ਤਰ੍ਹਾਂ ਦਾ ਸਿਰਫ ਬ੍ਰੇਨ ਨੂੰ ਟ੍ਰੇਨਿੰਗ ਦੇਣੀ ਆ ਕਈ ਵਾਰ ਕਈ ਕਹਿੰਦੇ ਨੇ ਧਾਰਮਿਕ ਦੇਖੋ ਆਪਣੀ ਬੋਡੀ ਨੂੰ ਆਪਣੇ ਥੋਟ ਨੂੰ ਤੁਸੀਂ ਕੋਈ ਕੰਮ ਕਰਦੇ ਹੋ ਯਾਰ ਕੋਈ ਬੰਦਾ ਕਣਕ ਵੀ ਗਾਉਂਦਾ ਉਹ ਕਿੰਨੇ ਦਿਮਾਗ ਅੱਡ ਅੱਡ ਤਰ੍ਹਾਂ ਕਿੰਨੇ ਤਰ੍ਹਾਂ ਦਾ ਬਿਜ਼ਨਸ ਕਰ ਸਕਦਾ ਕਣਕ ਤੋਂ ਉਹਨੂੰ ਕਿਵੇਂ ਵੇਚਣਾ ਕਿਵੇਂ ਉਹ ਕਰਨਾ ਜਾਂ ਕੋਈ ਹੋਰ ਵੀ ਖੇਤੀਬਾੜੀ ਦਾ ਵੀ ਤੁਹਾਡੇ ਬ੍ਰੇਨ ਹੀ ਵਰਕ ਕਰਨਾ ਇਹ ਇਹ ਕੀ ਕਰਦੀ ਆ ਜਿਹੜੀ ਮੈਡੀਟੇਸ਼ਨ ਆ ਇਹ ਤੁਸੀਂ ਆਪਣਾ ਸਾਹ 'ਤੇ ਧਿਆਨ ਰੱਖ ਪਾਉਂਦੇ ਹੋ 10 ਮਿੰਟ 15 ਮਿੰਟ ਬਹਿ ਕੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਜਿਹੜੀ ਬ੍ਰੇਨ ਦੀ ਸੋਚਣ ਸ਼ਕਤੀ ਬਹੁਤ ਵੱਧਦੀ ਆ ਕਿਉਂਕਿ ਤੁਸੀਂ ਆਪਣੀ ਬੋਡੀ ਨਾਲ ਕਨੈਕਟਡ ਰਹਿੰਦੇ ਹੋ ਆਕਸੀਜਨ ਜਾਂਦੀ ਆ ਤੁਹਾਡੇ ਬ੍ਰੇਨ ਤੱਕ ਜੋ ਕਿ ਜ਼ਰੂਰੀ ਆ ਠੀਕ ਆ ਅਤੇ ਉਹਦੇ ਨਾਲ ਕੀ ਆ ਕਿ ਤੁਸੀਂ ਇੱਕ ਕਲੀਅਰ ਸੋਚ ਸਕਦੇ ਹੋ ਕਿਉਂਕਿ ਥੋਟ ਆਪਾਂ ਨੂੰ ਖਰਾਬ ਕਰਦੇ ਆ ਜੇ ਹੁਣ ਆਪਾਂ ਕਰੀਏ ਵੀ ਚਿੰਤਾ ਹੁੰਦੀ ਆ ਜਿਹੜੀ ਆਪਾਂ ਜਦੋਂ ਸਟ੍ਰੈਸਫੁੱਲ ਲਾਈਫ ਦੇ ਵਿੱਚ ਆ ਉਦੋਂ ਆਪਾਂ ਨਹੀਂ ਡਿਸੀਜਨ ਲੈ ਸਕਦੇ ਮੈਂ ਕਈ ਫੁੱਟਬਾਲਰ ਨੂੰ ਵੀ ਦੇਖਿਆ ਰੋਨਾਲਡੋ ਦੇਖਿਆ ਮੈਂ ਜਦੋਂ ਗੋਲ ਕਰਨ ਜਾਂਦਾ ਜਾਂ ਪਲੰਟੀ ਲਾਉਣੀ ਉਹਨੇ ਇੱਦਾਂ ਬਹੁਤ ਵਾਰ ਉਹਦੇ ਵੀਡੀਓ ਦੇਖੇ ਨੇ ਉਹਨੇ ਪਹਿਲਾਂ ਇਹ ਕਰਨਾ ਲੰਬੇ ਸਾਹ ਲੈਣੇ ਸਾਰੇ ਬੰਦੇ ਖੜ ਜਾਂਦੇ 2-3 ਵਾਰ ਲੰਬੇ ਸਾਹ ਲੈਂਦਾ ਉਹ ਉਹ ਕਿਉਂ ਲੈਂਦਾ ਸਾਹ ਚੜਿਆ ਐਡਾ ਮਤਲਬ ਉਹਨਾਂ ਦਾ ਸਟੈਮਿਨਾ ਡਾਊਨ ਨਹੀਂ ਵੀ ਉਹ ਸਾਹ ਲੈ ਰਿਹਾ ਉੱਥੇ ਉਹ ਦੇਖ ਰਿਹਾ ਵੀ ਮੈਂ ਮੂਵਮੈਂਟ 'ਚ ਰਹਾਂ ਕਿਉਂਕਿ ਉੱਥੇ ਉਹਦੇ ਬ੍ਰੇਨ 'ਚ ਕਿੰਨੀਆਂ ਚੀਜ਼ਾਂ ਆਉਂਦੀਆਂ ਹੋਣਗੀਆਂ ਵੀ ਉਹ ਫਿਰ ਆਏ ਨਾ ਰੋਕ ਲਵੇ ਉਹ ਇਹ ਵਰਿੰਦਰ ਸਹਿਵਾਗ ਨੇ ਵੀ ਗੱਲ ਕਰੀ ਸੀ ਉਹ ਕਹਿੰਦਾ ਮੈਂ ਜਦੋਂ ਕਹਿੰਦਾ ਬੈਟ ਫੜਦਾ ਸੀ ਕਹਿੰਦਾ ਮੈਨੂੰ ਆਉਂਦਾ ਸੀ ਮਾਰ ਬੋਲਰ ਨੂੰ ਮਾਰ ਉੱਥੇ ਕਹਿੰਦਾ ਮੇਰੀ ਆਊਟ ਹੋਣ ਦੀ ਜ਼ਿਆਦਾ ਕਹਿੰਦਾ ਸੀਗੀ ਚਾਂਸ ਕਹਿੰਦਾ ਮੈਂ ਉੱਥੇ ਫਿਰ ਗਾਣੇ ਗਾਉਂਦਾ ਸੀ ਜਾਂ ਕਹਿੰਦਾ ਮੈਂ ਧਿਆਨ ਥੋੜ੍ਹਾ ਠੰਡਾ ਕਰਦਾ ਸੀ ਬ੍ਰੇਨ ਨੂੰ ਵੀ ਰੁਕ ਜਾ ਨਘਾਲਾ ਬੋਲ ਇਹ ਕਿਸੇ ਵੀ ਉਹਦੇ ਵਿੱਚ ਆ ਹੁਣ ਆਪਾਂ ਵੀ
ਜਦੋਂ ਪੋਡਕਾਸਟ ਵੀ ਕਰਨ ਬਹਿੰਦੇ ਆਪਾਂ ਨੂੰ ਆ ਜਾਂਦਾ ਵੀ ਯਾਰ ਆਹ ਗੱਲਾਂ ਕਰਨੀਆਂ ਨੇ, ਇਹਦੇ ਵਿੱਚ ਵੀ ਜੇ ਆਪਾਂ ਥੋੜ੍ਹਾ ਬਹੁਤਾ ਹੁਣ ਮੈਂ ਬੋਲ ਰਿਹਾ ਤੁਸੀਂ ਵਿੱਚ ਆਪਣਾ ਸਾਹ 'ਤੇ ਰੱਖ ਸਕਦੇ ਹੋ ਕਰਨ ਤੋਂ ਪਹਿਲਾਂ ਕਿ ਕੋਈ ਐਡੀ ਗੱਲ ਨਹੀਂ, ਸਾਹ ਲਓ, ਸਾਹ ਛੱਡੋ, ਦੈਟਸ ਇਟ। ਇਹਦੇ ਨਾਲ ਤੁਸੀਂ ਇੱਕ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਖਿਆਲ ਆਉਂਦੇ ਨੇ ਕੰਮ ਕਰਨ ਤੋਂ ਪਹਿਲਾਂ ਉਹ ਚਲੇ ਜਾਂਦੇ ਨੇ, ਜਿਹੜਾ ਕੰਮ ਕਰਨਾ ਹੁੰਦਾ ਉਹ ਪ੍ਰੋਪਰ ਕਰ ਪਾ ਰਹੇ ਹਾਂ। ਕਿਉਂਕਿ ਜਦੋਂ ਵੀ ਤੁਸੀਂ ਦੇਖਦੇ ਹੋਏਗੇ ਹੁਣ ਜਦੋਂ ਆਪਾਂ ਗੱਲਾਂ ਕਰਦੇ ਹਾਂ ਆਪਣਾ ਸਾਹ ਕਨੈਕਸ਼ਨ ਟੁੱਟ ਜਾਂਦਾ, ਹੈ ਨਾ, ਜਿੰਨਾ ਜਿੰਨਾ ਟਾਈਮ ਮੈਂ ਹੁਣ ਤੁਹਾਡੇ ਨਾਲ ਬੋਲ ਰਿਹਾ ਮੇਰਾ ਹੁਣ ਸਾਹ 'ਤੇ ਧਿਆਨ ਨਹੀਂ ਗਾ, ਮੈਂ ਬੋਲ ਰਿਹਾ, ਮੇਰੇ 'ਚ ਆਕਸੀਜਨ ਵੀ ਘੱਟ ਰਹੀ ਆ, ਸਟ੍ਰੈਸ ਵੀ ਵੱਧ ਰਿਹਾ, ਹੋਰ ਬੋਲੀ ਜਾਊਂਗਾ ਹੋਰ ਵੱਧ ਜੂਗਾ, ਪਰ ਜਦੋਂ ਹੁਣ ਮੈਂ ਚੁੱਪ ਕਰੂੰਗਾ ਤਾਂ ਮੈਂ ਉਦੋਂ ਦੋ ਵਾਰ ਸਾਹ ਲਊਂਗਾ ਇੱਦਾਂ। ਹੁਣ ਕੀ ਹੋਇਆ, ਹੁਣ ਮੇਰੀ ਬੋਡੀ ਫਿਰ ਕਨੈਕਟਡ ਹੋ ਗਈ, ਪੁਆਇੰਟ ਹੋ ਗਈ। ਜਦੋਂ ਠੀਕ ਆ, ਕਈ ਬੰਦੇ ਪਲਸੀਬੋ ਇਫੈਕਟ ਆ, ਠੀਕ ਆ, ਤੁਸੀਂ ਤੁਹਾਡੇ ਤੋਂ ਨਹੀਂ ਤੁਹਾਡੇ ਥੋਟ ਕੰਟਰੋਲ ਹੁੰਦੇ, ਠੀਕ ਆ। ਸੋ ਹੁਣ ਮੈਂ ਤੁਹਾਨੂੰ ਇੱਕ ਕਹਿ ਦੇਵਾਂ ਵੀ ਜੇ ਨਹੀਂ ਥੋਟ ਕੰਟਰੋਲ ਹੁੰਦੇ ਤੁਸੀਂ, ਹੈ ਨਾ, ਵਾਹਿਗੁਰੂ ਵਾਹਿਗੁਰੂ ਕਹਿ ਲਓ, ਫਿਰ ਉਹਦਾ ਨਾ ਕੀ ਥੋੜ੍ਹਾ ਕੁ ਸ਼ਬਦ ਅਤੇ ਉਹ ਸ਼ਬਦ ਦੇ ਆਪਣੇ ਦਿਮਾਗ ਦੇ ਵਿੱਚ ਕੀ ਜਿਹੜੇ ਬਣੀ ਹੋਈ ਆ ਸ਼ਬੀ ਕੀ ਬਹੁਤ ਪਾਵਰਫੁੱਲ ਮੰਤਰ ਆ, ਗੁਰਮੰਤਰ ਆ, ਫਿਰ ਤੁਹਾਨੂੰ ਉਹਦਾ ਇੱਕ ਪਲਸੀਬੋ ਇਫੈਕਟ ਵੀ ਮਿਲਦਾ ਆ, ਤੁਹਾਨੂੰ ਲੱਗਦਾ ਕਿ ਇਹ ਹੁਣ ਮੇਰੇ ਬ੍ਰੇਨ ਨੂੰ ਠੰਡਾ ਕਰ ਰਿਹਾ। ਕਿਉਂਕਿ ਸਾਹ ਬਹੁਤ ਬੰਦੇ ਸਾਹ 'ਤੇ ਨਹੀਂ ਕੰਟਰੋਲ ਰੱਖ ਪਾਉਂਦੇ, 2 ਮਿੰਟ ਰੱਖਦੇ ਆ ਬ੍ਰੇਨ ਕਿਤੇ ਚਲੇ ਜਾਂਦਾ, ਪਰ ਜਦੋਂ ਬੰਦੇ ਫਿਰ ਬੋਲਦੇ ਨੇ ਜਾਂ ਹੈ ਨਾ ਸ਼ਬਦ ਉਚਾਰਨ ਕਰਦੇ ਨੇ ਫਿਰ ਉਹਨਾਂ ਦਾ ਉਹ 'ਤੇ ਧਿਆਨ ਚਲੇ ਜਾਂਦਾ। ਉਹ ਵੀ ਹੋਈ ਕਿ ਬੰਦਾ ਕਹਿ ਦਿੰਦਾ ਜਿਵੇਂ ਵਾਹਿਗੁਰੂ, ਬੰਦਾ ਸਾਹ 'ਤੇ ਧਿਆਨ ਰੱਖਦਾ, ਉਹ ਚੀਜ਼ ਵੀ ਕਰ ਸਕਦੇ ਹੋ, ਠੀਕ ਆ ਤੁਸੀਂ। ਕਿਉਂਕਿ ਉਹਦੇ ਵਿੱਚ ਇਹ ਆ ਵੀ ਤੁਹਾਨੂੰ ਜਿਵੇਂ ਹੁਣ ਗੁਰਬਾਣੀ ਆ ਉਹ ਇੱਕ ਤਰ੍ਹਾਂ ਦੀ, ਉਹਨੂੰ ਵਿੱਚੋਂ ਸਿੱਖਣਾ ਚਾਹੀਦਾ ਕਿ ਉਹ ਚੀਜ਼ਾਂ ਕੀ ਨੇ, ਹੈ ਨਾ, ਸਾਨੂੰ ਕੀ ਦੱਸ ਰਹੀਆਂ ਨੇ। ਫਿਰ ਜਦੋਂ ਤੁਹਾਡੇ ਤੁਸੀਂ ਰੋਜ਼ ਪੜ੍ਹਦੇ ਹੋ ਤਾਂ ਤੁਹਾਡੇ ਬ੍ਰੇਨ ਦੇ ਵਿੱਚ ਇੱਕ ਚਲੋ ਠੀਕ ਆ ਚਲੇ ਜਾਣੀਆਂ ਨੇ, ਪਰ ਜਿਹੜੀ ਮੈਡੀਟੇਸ਼ਨ ਆ ਇਹ ਤੁਹਾਨੂੰ ਨੋਰਮਲ ਲਾਈਫ ਸਟਾਈਲ 'ਚ ਹੈਲਪ ਕਰਦੀ ਆ ਕਿ ਆਪਾਂ ਹੁਣ ਕਿੰਨੇ ਹੁਣ ਸਟ੍ਰੈਸ ਕਿੰਨਾ ਲੋਕਾਂ 'ਤੇ, ਦਿਮਾਗ ਦੇ ਵਿੱਚ ਬਹੁਤ ਥੋਟ ਨੇ, ਇਹਨਾਂ ਨੂੰ ਕੰਟਰੋਲ ਕਰਨਾ ਤਾਂ ਫਿਰ ਮੈਡੀਟੇਸ਼ਨ ਹੈਲਪ ਕਰੂ ਆਪਣੀ ਸਾਹ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਮਤਲਬ ਆਪਣੀ ਬੋਡੀ ਨੂੰ ਹਿੱਟ ਕਰਦੀ ਆ। ਉਹੀ ਮਾਇੰਡ ਸੈੱਟ ਦੀ ਗੱਲ ਆ ਨਾ, ਹੁਣ ਜਿੱਦਾਂ ਮੌਸਮ ਜਿਹਾ ਚੇਂਜ ਹੋ ਰਿਹਾ, ਘਰ 'ਚ ਮਾੜਾ ਮੋਟਾ ਜੇ ਕਿਸੇ ਦਾ ਨੱਕ ਵਗਣ ਲੱਗ ਪਿਆ ਨਾ, ਬਾਕੀ ਘਰਦਿਆਂ ਨੂੰ ਫਿਕਰ ਪੈ ਜਾਂਦੀ, ਹਾਏ ਮੈਨੂੰ ਲੱਗਦਾ ਮੈਨੂੰ ਵੀ ਹੋਣ ਲੱਗਾ। ਮਾਇੰਡ ਸੈੱਟ ਦੇ ਉੱਤੇ ਆਪਾਂ ਇੰਨੀ ਗੱਲ ਕਹਿ ਲੈਂਦੇ ਵੀ ਇੱਕ ਜਣੇ ਨੂੰ ਹੋਇਆ ਵੀ ਮੈਨੂੰ ਵੀ ਜ਼ਰੂਰ ਹੋਊਗਾ, ਹੈ ਨਾ। ਸੋ ਮਾਇੰਡ ਸੈੱਟ ਆਪਣਾ ਰਾਈਟ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ, ਜ਼ਰੂਰੀ ਆ। ਕਿਉਂਕਿ ਮੈਨੂੰ ਹੁਣ ਅੱਗੇ ਛੋਟੇ ਹੁੰਦੇ ਨੂੰ ਗੱਲ ਇੱਕ ਮਤਲਬ ਫਲਾਈ ਹੋਈ ਸੀ, ਠੰਡੇ ਬਣੀ ਨਾ ਨਹੀਂ ਜਿੰਮ ਤੋਂ ਆ ਕੇ ਬਾਹਰ ਨਾ ਨਿਕਲੀ ਤੂੰ ਬਿਮਾਰ ਹੋ ਜਾਏਗਾ, ਮੈਂ ਹੁੰਦਾ ਵੀ ਸੀ। ਹੁਣ ਮੈਂ ਰੋਜ਼ ਠੰਡੇ ਬਣੀ ਨਾ ਨਹਾਉਣਾ, ਥੋੜ੍ਹਾ ਜ਼ਿਆਦਾ ਰੱਖ ਕੇ ਬੋਡੀ ਯੂਜ਼ ਟੂ ਹੋ ਗਈ। ਹੁਣ ਜੇ ਮੈਂ ਜਿੰਮ 'ਚੋਂ ਵੀ ਬਾਹਰ ਆਉਣਾ, ਕਈ ਵਾਰ ਮੈਂ ਉਦੋਂ ਹੀ ਆਉਂਦਾ ਹੁੰਦਾ, ਕਿਉਂਕਿ ਮੈਂ ਇੱਕ ਸੀਗੀ ਇੰਟਰਵਿਊ ਦੇਖੀ ਸੀ ਗੋਰੇ ਦੀ, ਉਹ ਕਹਿੰਦਾ ਯਾਰ ਥੋੜ੍ਹੇ ਕਹਿੰਦਾ ਗਰੋਥ ਹਾਰਮੋਨ ਬੂਸਟ ਹੁੰਦੇ ਨੇ ਜਦੋਂ ਕਹਿੰਦਾ ਤੁਸੀਂ ਇੱਕ ਵਾਰ ਕਹਿੰਦਾ ਗਰਮ ਹੋਏ ਠੰਡ 'ਚ ਆਉਂਦੇ ਹੋ। ਮੈਂ ਕਿਹਾ ਚੱਲ ਇਹ ਵੀ ਬੂਸਟ ਕਰਦੇ ਹਾਂ, ਮੈਂ ਉਦਾਂ ਹੀ ਆ ਜਾਂਦਾ ਸੀਗਾ, ਪਰ ਉਹ ਮੇਰੇ ਬ੍ਰੇਨ ਨੂੰ ਆਏ ਸੀ ਵੀ ਯਾਰ ਉਹੀ ਸੀ ਵੀ ਇਹ ਤਾਂ ਕਹਿੰਦੇ ਨੇ ਇਹਨਾਂ ਤੋਂ ਛੁੰਦਾ ਨਹੀਂ ਤਾਂ ਗਰਮ ਪਾਣੀ 'ਚੋਂ ਠੰਡੇ 'ਚ ਛਾਲ ਮਾਰਦੇ ਨੇ, ਉਨੀ ਬੋਡੀ ਸਟਰੋਂਗ ਹੋ ਜਾਂਦੀ ਆ। ਉਹੀ ਆ ਮਾਇੰਡ ਸੈੱਟ ਦੀ ਮਾਇੰਡ ਸੈੱਟ ਗੱਲ ਆ ਗਈ, ਹੈ ਨਾ। ਚਲੋ ਵੀਰੇ ਇਹ ਤਾਂ ਹੋ ਗਈਆਂ ਮਾਇੰਡ ਸੈੱਟ ਦੀਆਂ ਗੱਲਾਂ ਨਾ, ਥੋੜ੍ਹੀਆਂ ਬਿਜ਼ਨਸ ਦੀਆਂ ਕਰ ਲਈ, ਹੈ ਨਾ। ਤੁਸੀਂ ਹੁਣ ਫਿਟਨੈਸ ਐਪ ਲਾਂਚ ਕੀਤੀ ਆ ਨਾ, ਉਹਦੇ ਪਿੱਛੇ ਕੀ ਥੋਟ ਪ੍ਰੋਸੈਸ ਸੀ, ਹੈ ਨਾ, ਕਿਉਂ ਕਲਾਇੰਟ ਕਹਿੰਦੇ ਸੀ ਵੀ ਕੋਈ ਟਰੈਕਿੰਗ ਸਿਸਟਮ ਹੋਣਾ ਚਾਹੀਦਾ, ਵੀ ਕੀ ਚੱਕਰ ਸੀ ਜਿਹੜੀ ਐਪ ਲਾਂਚ ਕੀਤੀ ਹੈ? ਹਾਂਜੀ, ਫਿਟਨੈਸ ਦਾ ਵੀਰੇ ਗੁਰਜਿੰਦਰ ਮੈਂ ਸ਼ੁਰੂ ਕਰਿਆ ਸੀ ਵਟਸਐਪ ਤੋਂ, ਜੋ ਕਿ ਬੇਸਿਕਲੀ ਹਰ ਇੱਕ ਬੰਦਾ ਕਰ ਲੈਂਦਾ, ਹੈ ਨਾ। ਉਹਦੇ 'ਚ ਫਿਰ ਜਦੋਂ ਕਲਾਇੰਟ ਜ਼ਿਆਦਾ ਹੋਣ ਲੱਗ ਗਏ ਉਹ 'ਚ ਪਤਾ ਨਹੀਂ ਲੱਗਦਾ ਸੀਗਾ ਯਾਰ ਕਿਹੜੇ ਬੰਦੇ ਨੂੰ ਕਹਿਣਾ ਤੂੰ ਪ੍ਰੋਗਰੈਸ ਪਾ, ਕਿਹਦੀਆਂ ਕਿਹਦਾ ਕਦ ਪਲੈਨ ਮੁੱਕਿਆ। ਫਿਰ ਮੈਂ ਵੈਬਸਾਈਟ ਬਣਾ ਲਈ, ਉਹਦੇ ਵਿੱਚ ਐਪ ਨਹੀਂ ਸੀ ਉਦੋਂ, ਉਹਦੇ ਵਿੱਚ ਇੱਕ ਪ੍ਰਾਈਜ਼ ਸੀਗਾ ਜੋ ਕਿ ਬੇਸਿਕਲੀ ਮੇਰਾ 8 ਵੀਕ ਪਲੈਨ ਆ, ਅਤੇ ਉਹਦੇ ਵਿੱਚ ਵੀ ਬਹੁਤ ਸਾਰੇ ਮੈਨੂੰ ਲੋਕ ਕਹਿਣ ਲੱਗ ਗਏ, ਹੈ ਨਾ, ਵੀ ਸਾਰੀ ਕੰਟਰੀਆਂ ਦੇ ਵਿੱਚੋਂ ਹੀ ਕਲਾਇੰਟ ਆਉਂਦੇ ਨੇ, ਕਿਉਂਕਿ ਔਨਲਾਈਨ ਕੰਮ ਆਪਣਾ ਇੱਦਾਂ ਦਾ ਹੁੰਦਾ, ਹੈ ਨਾ, ਵੀ ਕੋਈ ਏਰੀਆ ਨਹੀਂ ਹੁੰਦਾ ਤੁਹਾਡੇ ਕੋਲ, ਓਪਨਲੀ ਬਹੁਤ ਵਾਈਡ ਹੁੰਦੀ ਆ ਤੁਹਾਡੀ ਆਡੀਅੰਸ। ਉਹ ਕਹਿੰਦੇ ਬਾਈ ਤੁਸੀਂ ਰਿਪਲਾਈ ਨਹੀਂ ਕਰਦੇ ਵੀ ਪਲੈਨ ਲੈਣਾ। ਮੈਂ ਕਿਹਾ ਯਾਰ ਵੀ ਕੀ ਇੱਦਾਂ ਦੀ ਚੀਜ਼ ਕਰੀ ਜਾਵੇ ਵੀ ਥੋੜ੍ਹਾ ਜਿਹਾ ਕੰਮ ਆਟੋਮੇਟ ਹੋਵੇ, ਵੀ ਮੈਂ ਸਾਰੀ PDF ਫਿਰ ਡਿਜ਼ਾਇਨ ਕਰੇ, ਹੈ ਨਾ, ਵੀ ਇੱਕ ਤੋਂ ਲੈ ਕੇ ਲੈਵਲ ਬੇਸਡ ਬਣਾ ਲਏ ਮੈਂ ਸਾਰੀ, 16-8 ਦੇ ਵੀ, 14-7 ਦੇ ਵੀ, 18-6 ਦੇ ਵੀ। ਮੈਂ ਕਿਹਾ ਵੀ ਇੱਦਾਂ ਦੀ ਚੀਜ਼ ਕ੍ਰੀਏਟ ਕਰਦੇ ਹਾਂ ਜਿਹੜੀ ਸਸਤੀ ਵੀ ਹੋਵੇ ਉਹਦੇ ਨਾਲ, ਕਿਉਂਕਿ ਉਹਦਾ ਹੁਣ 1 ਟਾਈਮ ਫੀਸ ਘੱਟੇ ਆ ਅਤੇ ਉਦੋਂ ਬਾਅਦ ਮੰਥਲੀ ਉਹ ਘੱਟ ਕੇ ਹੋਰ ਮੈਂਬਰਸ਼ਿਪ ਬੇਸਡ ਹੋ ਜਾਂਦੀ ਆ, ਐਨੀ ਟਾਈਮ ਬੰਦਾ ਕੈਂਸਲ ਕਰ ਸਕਦਾ, ਅਤੇ ਈਵਨ ਉਹਦੇ ਵਿੱਚ ਲੋੜ ਨਹੀਂ ਹੈਗੀ ਮੇਰੀ ਆਪਣੀ, ਕਿਉਂਕਿ ਹੁਣ ਜ਼ਮਾਨਾ ਹੈਗਾ AI ਦਾ, ਬਿਲਕੁਲ ਆਟੋਮੈਟਿਕ ਆਟੋਮੈਟਿਕ। ਹੁਣ ਆਪਾਂ ਨੂੰ ਨਾ ਚੀਜ਼ਾਂ ਆਪ ਕਰਨੀਆਂ ਪੈਣੀਆਂ ਨੇ ਥੋੜ੍ਹੀਆਂ ਸਮਝ ਕੇ, AI ਆਪਾਂ ਨੂੰ ਹੈਲਪ ਕਰ ਸਕਦੀ ਆ, ਆਟੋਮੈਟਿਕ ਚੀਜ਼ਾਂ ਆਪਾਂ ਨੂੰ ਹੈਲਪ ਕਰ ਸਕਦੀਆਂ ਨੇ। ਕਿਉਂਕਿ ਕਿੱਥੇ ਜੇ ਤੁਸੀਂ ਪਲੈਨ ਕਿਸੇ ਟ੍ਰੇਨਰ ਤੋਂ ਵੀ ਲੈਂਦੇ ਹੋ, ਜੇ ਮੰਨ ਲਓ 400-500 ਵੀ ਉਹਨੇ ਤੁਹਾਡੇ ਤੋਂ ਚਾਰਜ ਫੀਸ ਕਰ ਲਈ ਅਤੇ ਉਹ 2 ਮੰਥ ਲਈ ਤੁਹਾਡਾ ਪਲੈਨ ਮੁੱਕ ਵੀ ਗਿਆ, ਠੀਕ ਆ, ਕਈ ਬੰਦੇ ਸਮਾਰਟ ਹੁੰਦੇ ਨੇ ਉਹ 'ਚ ਸਿੱਖ ਜਾਂਦੇ ਨੇ, ਉਸ ਤੋਂ ਬਾਅਦ ਤੁਸੀਂ ਦੁਬਾਰਾ ਨਹੀਂ ਪਲੈਨ ਲੈ ਸਕਦੇ,
कई बंदे ले लेंदे ने कई नहीं ले सकदे फिर वो ऐप का यह है भी उसकी मैंबरशिप इन्नी अफोर्डेबल तो आ भी वो साल का भी इन्ना नहीं बनना तो वह यह है भी खुद बंदे अपने आप को ट्रैक कर सकते हैं तो खुद अपना फूड अप डाउन कर सकते हैं ठीक है तो इस करके बनाया कि काम थोड़ा जहा आटोमेट हो कि हर एक बंदा आपे जाके प्लैन बाय करे भी ईवन मेरी लोड़ ना पवे जां मेरे कोई रिप्लाई दी ना होवे उन्हां नूं कि कोई बोलदा नहीं है ना कोई आ नहीं चीज करदा कल नूं कुछ प्लैन चेंज करना तां ट्रेनर नूं ना कहना पवे कि भाई आ कर दे खुद एक मिनट दे विच ओह प्योर वेज तों नॉन वेज 16 8 तों 14 दा उहदे विच भी इदां सारियां चीजां एंड दा मैं यही कहना हुंदा कि मैं यही कहना कि थोड़ी जेब दे विच मैं एक ट्रेनर पाता भी तुसीं चलाओ मेहनत करो रिजल्ट लाओ हाँ नहीं मेन प्रॉब्लम ट्रैकिंग से आँदी है ना आप कई वे प्लैन ले लें ट्रेनर को है ना डाइट भी वधिया करते जिम भी जान अपने पर कितने ना कितने जो ट्रैक रखना होंगे आ चेक इन करने होंगे उत्थे आके फिर अगे पिछे हो जाता काम तो उत्थों फिर आके कहानी बिगड़ जाती है उत्थे आए भी अगर जिंदर भीरे भी एक बंदा जो बहुत सारे क्लाइंट आ जाते हैं फिर वो मूहे अपनी टीम बढ़ा तुसी परसनल ट्रेनिंग तो फिर एक कहण की हो जाती है ना ठीक है बंदे बंदे रखने पैंदे ने पर स्पैशल एक थोड़ा जिहड़ा प्लैन यही होना चाहिए कि तुसी अपने आप नूं भी वधिया तरीके किसे ना ट्रेनिंग भी चलदी आ अपने आप नूं भी तुसी वधिया तरीके ना ट्रैक करो कि मेरा की फर्क पै रहा पहला नालों ठीक है सो कई बार आपां निरापुरा हो जांदे आ भी यार देखदे आ हना भी चेंज नहीं हुई बॉडी छेती हो गए बाई नूं आपां रिप्लाई भी करदे आ काली दे विच हना ट्रेनरां नूं कि बाई चेंज नहीं हो रहा उहदे नाल की हुंदा थोड़े ट्रेनर नूं भी थोड़ा जिहा हो जाता कि यार हुण मैं इहदी की चेंजेस करा वह भी हो सकता कि कन्फ्यूजन च आके थोड़ा प्लैन बदले पर किसी भी चीज़ नूं चलाओ टाइम लैंदी है बॉडी पर इफेक्ट थोड़े सामने बहुत जल्दी आउणगे सो भाई जिदा हुण अजकल है ना सप्लीमेंटेशन का बहुत आ फलाना सप्लीमेंट लै लो वो होजूगा है ना आ लै लो है ना सप्लीमेंटेशन तो तुसी किहड़े जाने कि जे स्टार्टिंग दे विच किसी नूं रेकमेंड करने होने भी आ दो सप्लीमेंट लै लै जां एक लै लै जां कोई ना लै वो किहड़े आ सप्लीमेंट सप्लीमेंट देखो जिदा तुसीं नॉन वेज खा लैंदे हो तुहानूं कोई भी सप्लीमेंट लैण दी लोड़ नहीं जे तुसीं नॉन वेज खा लैंदे हो प्योर वेजीटेबल वधिया ने वधिया खांदे हो फल फ्रूट खांदे हो गलत बाहरों खांदे नहीं किसे भी सप्लीमेंट लैण दी लोड़ नहीं नट सीड वधिया खांदे हो दूजा जे तुसीं प्योर वेजीटेरियन हो तां लोड़ उच भी नहीं जिवें गोल दी गल आ कोई बंदा कह दो भी भाई मैं छेती ऐप कढ़ने ने जां मैं फैट लॉस करनी आ ਤਾਂ ਜਿਵੇਂ ਮੈਂ ਕਿਹਾ ਵੀ ਹੁਣ ਵੇ ਪ੍ਰੋਟੀਨ ਐਡ ਹੋ ਗਿਆ ਜਦੋਂ ਤਾਂ ਫਿਰ ਵੇ ਪ੍ਰੋਟੀਨ 'ਚ ਤੁਹਾਡੀ ਉਹ ਕੈਲਰੀ ਬਚ ਗਈ ਪ੍ਰੋਟੀਨ ਥੋੜ੍ਹਾ ਅੱਪ ਚਲਿਆ ਗਿਆ ਉਹ ਫਿਰ ਮੈਕਰੋ 'ਚ ਸੈੱਟ ਬਹਿ ਜਾਂਦਾ ਸੋ ਇਹ ਤਾਂ ਨੋਰਮਲ ਹੈ ਖਾ ਸਕਦੇ ਹਾਂ ਕਿਉਂਕਿ ਮੋਸਟਲੀ ਕੰਪਲੀਟ ਪ੍ਰੋਟੀਨ ਆਪਣੇ ਲੈਂਦੇ ਨਹੀਂ ਵੇ ਪ੍ਰੋਟੀਨ ਤਾਂ ਬੱਚਿਆਂ ਨੂੰ ਵੀ ਤੁਹਾਨੂੰ ਪਤਾ ਹੀ ਆ ਫਾਰਮੂਲੇ 'ਚ ਹੀ ਪੈਂਦਾ ਸੋ ਇਹ ਬੇਸਿਕਲੀ ਆ ਬਸ ਤੁਹਾਨੂੰ ਦੂਜਾ ਨਾ ਮਿਲੇ ਜਿਵੇਂ ਹੁਣ ਕਿ ਇੰਡੀਆ 'ਚ ਮੁੰਡੇ ਨਾਲ ਗੱਲ ਹੋਈ ਸੀ ਉਹਨਾਂ ਆਟਾ ਹੀ ਪਾ ਕੇ ਦੇਤਾ ਆਟਾ ਹੀ ਪਾ ਕੇ ਦੇਤਾ ਫਿਰ ਬਾਇਓਅਵੇਲੇਬਿਲਟੀ ਕਿੰਨੀ ਆ ਨਾ ਪ੍ਰੋਟੀਨ ਦੇ ਵਿੱਚ ਹੈ ਨਾ ਹਾਂ ਵੀ ਪ੍ਰੋਟੀਨ ਕਿੱਦਾਂ ਦਾ ਹੈ ਨਾ ਯਾਨੀ ਕਿ ਜ਼ਰੂਰੀ ਨਹੀਂ ਪਰ ਜਿਵੇਂ ਮੈਂ ਕਿਹਾ ਪਿਓਰ ਵੈਜੀਟੇਰੀਅਨ ਤਾਂ ਲੈ ਸਕਦੇ ਹੋ ਜੇ ਗੋਲ ਆ ਕੋਈ ਸਪੈਸ਼ਲ ਵੀ ਜਿਮ ਬਹੁਤ ਮਸਲ ਤੋੜਦੇ ਹੋ ਠੀਕ ਆ ਜਿਹੜੇ ਮਲਟੀ ਵਿਟਾਮਿਨ ਨੇ ਮਲਟੀ ਵਿਟਾਮਿਨ ਵੀ ਆਪਾਂ ਬੰਦੇ ਕਹਿੰਦੇ ਹੈਵ ਟੂ ਆ ਦੇਖੋ ਜੇ ਵਧੀਆ ਵੈਜੀਟੇਬਲ 'ਚ ਤੁਹਾਨੂੰ ਕੀ ਮਿਲਦਾ ਮੈਂ ਚਾਰ ਚੀਜ਼ਾਂ ਨਹੀਂ ਗੁਰਜਿੰਦਰ ਵੀਰ ਇੱਕ ਵੀਡੀਓ 'ਚ ਦੱਸੀਆਂ ਸਪਿਰੀਲੀਨਾ ਮੋਰਿੰਗਾ ਮੋਰਿੰਗਾ ਮਲਟੀ ਵਿਟਾਮਿਨ ਆ ਜਿਹੜੇ ਤੁਸੀਂ ਪਿਲ ਲੈਂਦੇ ਹੋ ਤੁਹਾਨੂੰ ਉਹਦੀ ਬਾਇਓਬਿਲਟੀ ਨਹੀਂ ਪਤਾ ਹੁੰਦੀ ਸਪਲੀਮੈਂਟ 'ਚ ਫਰਕ ਆਉਂਦਾ ਨਾ ਗੁਰਜਿੰਦਰ ਵੀਰੇ ਸਪਲੀਮੈਂਟ ਦੇਖ ਲਓ ਵਾਲਮਾਰਟ ਜਾਂ ਸਾਰੇ ਕਿਤੇ ਅੱਡ ਅੱਡ ਪਏ ਠੀਕ ਆ ਇੱਕ ਹੁੰਦਾ ਰੀਅਲ ਫੂਡ ਮੋਰਿੰਗਾ ਹੋ ਗਿਆ ਮੋਰਿੰਗਾ ਪਾਊਡਰ ਹੋ ਗਿਆ ਆਮਲਾ ਪਾਊਡਰ ਹੋ ਗਿਆ ਵਿਟਾਮਿਨ ਸੀ ਇਹ ਬੈਸਟ ਨੇ ਕਿਉਂਕਿ ਬੋਡੀ ਨੂੰ ਇਹਨਾਂ ਦਾ ਪਤਾ ਮੈਂ ਕੀ ਕਰਨਾ ਇਹਨਾਂ ਨਾਲ ਇੱਕ ਸਿੰਥੈਟਿਕ ਚੀਜ਼ਾਂ ਹੁੰਦੀਆਂ ਨੇ ਕਈ ਇਹਨਾਂ ਨੂੰ ਬੋਡੀ ਨੂੰ ਨਹੀਂ ਸਮਝ ਨਹੀਂ ਲੱਗਦੀ ਠੀਕ ਆ ਸੋ ਬਹੁਤ ਘੱਟ ਸਪਲੀਮੈਂਟ ਨੇ ਜਿਹੜੇ ਆਪਾਂ ਦੇਖਦੇ ਹਾਂ ਡਾਕਟਰਾਂ ਦੇ ਬਣਾਏ ਨੇ ਕਈਆਂ ਦੇ ਹੈ ਨਾ ਬਹੁਤ ਜ਼ਿਆਦਾ ਨਹੀਂ ਘੱਟ ਨੇ ਡਾਇਟ 'ਤੇ ਧਿਆਨ ਰੱਖੋ ਜਾਂ ਫਿਰ ਜੇ ਥੋੜ੍ਹੀ ਜਿਹੀ ਪਾਵਰ ਵਧਾਉਣੀ ਇੱਕ ਸਪਲੀਮੈਂਟ ਮੈਂ ਰੈਕਮੈਂਡ ਜ਼ਰੂਰ ਕਰਦਾ ਕਿਰੀਟੇਨ ਜੇ ਕੋਈ ਸਪਲੀਮੈਂਟ ਐਡ ਕਰਨਾ ਸਪਲੀਮੈਂਟ ਜਿਹੜਾ ਡਾਇਟ ਤੋਂ ਨਹੀਂ ਮਿਲਦਾ ਜ਼ਿਆਦਾ ਉਹ ਕਿਰੀਟੇਨ ਆ ਪਹਿਲਾਂ ਹੁਣ ਕਰੋਨਾ ਦੀ ਮੈਡੀਸਨ 'ਚ ਬਹੁਤ ਪਿਆ ਮਹਿੰਗਾ ਹੋ ਗਿਆ ਜੀ ਨਾ ਪਿੱਛੇ ਜੇ ਕਿਰੀਟੇਨ ਕਿਰੀਟੇਨ ਬ੍ਰੇਨ ਲਈ ਵੀ ਵਧੀਆ ਇਮਿਊਨ ਸਿਸਟਮ ਲਈ ਵਧੀਆ ਥੋੜ੍ਹੀ ਮਸਲ ਪਾਵਰ ਵੀ ਵਧਾਉਂਦਾ ਕਈ ਬੰਦੇ ਕਹਿੰਦੇ ਫੈਟ ਸਟੋਰ ਕਰਦਾ ਫੈਟ ਸਟੋਰ ਨਹੀਂ ਕਰਦਾ ਮਸਲਾਂ ਮਸਲ ਸੈੱਲ ਦੇ ਵਿੱਚ ਵਾਟਰ ਹੋਲਡ ਕਰਦੇ ਹੋ ਤੁਸੀਂ ਇਹਦੇ ਨਾਲ ਥੋੜ੍ਹੀ ਪਾਵਰ ਵਧੂਗੀ ਮਸਲਾਂ ਦੀ ਅਤੇ ਕਾਰਬ ਵੀ ਮਸਲਾਂ 'ਚ ਜ਼ਿਆਦਾ ਵਧੀਆ ਹੈਂਡਲ ਹੋ ਸੋ ਕਿਰੀਟੇਨ ਮੈਂ ਕਹਿੰਦਾ ਵੀ ਲਓ ਬਾਕੀ ਕੋਈ ਬਾਹਲੇ ਜ਼ਿਆਦਾ ਜ਼ਰੂਰੀ ਨਹੀਂ ਗੇ ਚਲੋ ਇਹ ਵੀਡੀਓ ਆਪਣਾ ਪੋਡਕਾਸਟ ਇਹ ਨਾ ਆਪਣੀਆਂ ਮਾਵਾਂ ਅਤੇ ਹੈ ਨਾ ਭੈਣਾਂ ਵੀ ਦੇਖਣੀ ਆ ਅਤੇ ਉਹਨਾਂ ਲਈ ਫਿਰ ਇੱਕ ਪ੍ਰੋਟੀਨ ਲੈ ਸਕਦੇ ਵੇ ਪ੍ਰੋਟੀਨ ਹੈ ਨਾ ਕੋਈ ਪ੍ਰੋਬਲਮ ਨਹੀਂ ਮਾਵਾਂ ਭੈਣਾਂ ਆਪਣੀਆਂ ਹਾਂਜੀ ਪ੍ਰੋਟੀਨ ਲੈ ਸਕਦੀਆਂ ਨੇ ਕਈ ਕੁੜੀਆਂ ਕਹਿੰਦੀਆਂ ਨੇ ਕਿ ਵੂਮਨ ਵਾਲਾ ਪ੍ਰੋਟੀਨ ਪ੍ਰੋਟੀਨ ਮੈਨ ਵੂਮਨ ਵਾਲਾ ਕੋਈ ਨਹੀਂ ਹੁੰਦਾ ਬੱਚਿਆਂ ਨੂੰ ਵੀ ਸੇਮ ਇਹ ਵੇਹ ਪੈਂਦਾ ਠੀਕ ਹੈ ਵੇਹ ਪ੍ਰੋਟੀਨ ਲੈ ਲਓ ਸਿੰਪਲ ਈਵਨ
ਕੋਈ ਜ਼ਿਆਦਾ ਆਈਸੋਲੇਟਡ ਵੀ ਕੋਈ ਐਡਾ ਚੱਕਰ ਨਹੀਂ ਗਾ ਜਿੰਨਾ ਤਾਂ ਤੁਹਾਨੂੰ ਲੈਕਟੋਸ ਦੀ ਪ੍ਰੋਬਲਮ ਨਹੀਂ ਉਹ ਵੀ ਦਿਨ ਦੇ ਵਿੱਚ ਇੱਕ ਸਕੂਪ ਤਾਂ ਲਈ ਸਕਦੇ ਆ ਕਿਉਂਕਿ ਜੇ ਤੁਹਾਨੂੰ ਕੰਪਲੀਟ ਪ੍ਰੋਟੀਨ ਕਿਉਂਕਿ ਹੁਣ ਜਿਹੜੀ ਡਾਇਰੀ ਆ ਜੇ ਮੀਨੋ ਮੋਨੋ ਵਧੀਆ ਹੁੰਦੇ ਨੇ ਜੇ ਇੱਕ ਸਕੂਪ ਤੁਹਾਨੂੰ ਮਿਲ ਗਿਆ ਤੁਹਾਨੂੰ ਚਲੋ 20-25 ਗ੍ਰਾਮ ਪ੍ਰੋਟੀਨ ਮਿਲਦਾ ਬਾਕੀ ਤੁਸੀਂ ਡਾਇਟ ਤੋਂ ਲਓ ਜਿਵੇਂ ਤੁਸੀਂ ਟਰਾਈ ਕਰੋਗੇ ਪਨੀਰ ਖਾਣਾ ਠੀਕ ਆ ਸੋਇਆਬੀਨ ਖਾਓ ਪਰ ਥੋੜ੍ਹੀ ਲਿਮਿਟਡ ਕੁਆਂਟਿਟੀ 'ਚ ਜਾਂ ਚਿਕਨ ਫਿਸ਼ ਖਾ ਸਕਦੇ ਨੇ ਓਕੇ ਆ ਦਹੀਂ 'ਚੋਂ ਆ ਗਿਆ ਦੁੱਧ 'ਚੋਂ ਆ ਗਿਆ ਸੋ ਤੁਹਾਨੂੰ ਇਹ ਚੀਜ਼ਾਂ ਤੋਂ ਦਾਲਾਂ ਸਬਜ਼ੀਆਂ 'ਚੋਂ ਹਾਂ ਕੰਪਲੀਟ ਨਹੀਂ ਹੁੰਦਾ ਪਰ ਸਮ ਆਫ ਅਮੀਨੋ ਤੁਹਾਨੂੰ ਮਿਲ ਜਾਣਗੇ ਹੈ ਨਾ ਨਟ ਸੀਡ 'ਚੋਂ ਮਿਲ ਜਾਣਗੇ ਤੁਸੀਂ ਬਸ ਇਹ ਚੀਜ਼ਾਂ 'ਤੇ ਆਪਣਾ ਜ਼ਿਆਦਾ ਧਿਆਨ ਰੱਖੋ ਬਸ ਮੇਨ ਬਾਹਰੋਂ ਨਹੀਂ ਕੁਛ ਵੀ ਖਾਣਾ ਕਿਉਂਕਿ ਫਿਰ ਤੁਹਾਡੀ ਬਾਡੀ ਨਾਲ ਤੁਹਾਡੀ ਕਰੇਵਿੰਗ ਵਧੂਗੀ ਇਨਫਲਮੇਸ਼ਨ ਹੋਊਗੀ ਠੀਕ ਆ ਬਾਡੀ ਦੇ ਹਾਰਮੋਨ ਨਹੀਂ ਵਧੀਆ ਕੰਮ ਕਰਨੇ ਅਤੇ ਪ੍ਰੋਬਲਮ ਆ ਓਕੇ ਮੈਂ ਹੈ ਨਾ ਦੇਖ ਰਿਹਾ ਸੀ ਸਾਡੇ ਜਿਹੜੇ ਤੁਸੀਂ ਆਪਣਾ ਹੈ ਨਾ ਨੈਚੁਰਲ ਮਸਲ ਦਾ ਵੇ ਪ੍ਰੋਟੀਨ ਲਾਂਚ ਕੀਤਾ ਨਾ ਉਹਦੇ ਨਿਊਟ੍ਰੀਸ਼ਨ ਫੈਕਟ ਬੜੇ ਕਲੀਨ ਸੀਗੇ ਹੈ ਨਾ ਉਨੇ ਕੇ ਸੀਗੇ ਜਿੰਨੇ ਕੁ ਆਪਾਂ ਨੂੰ ਚਾਹੀਦੇ ਆ ਜਿਹੜੇ ਜੋ ਇਨਗਰੀਡੀਐਂਟ ਸੀ ਕੋਈ ਵਾਧੂ ਫਿਲਰ ਨਹੀਂ ਕੋਈ ਫਲਾਨਾ ਨਹੀਂ ਕੋਈ ਮੈਲਟਾਡੈਕਸਰ ਨਹੀਂ ਹੈ ਨਾ ਸੋ ਉਹ ਪ੍ਰੋਟੀਨ ਲਾਂਚ ਕਰਨ ਦੇ ਪਿੱਛੇ ਕੀ ਥੋਟ ਪ੍ਰੋਸੈਸ ਸੀ ਵੀ ਆ ਇੱਦਾਂ ਦਾ ਕੁਛ ਪ੍ਰੋਡਕਟ ਬਣਾਇਆ ਜਾਵੇ ਪ੍ਰੋਟੀਨ ਦਾ ਜਿਵੇਂ ਸ਼ੁਰੂ ਤੋਂ ਮੈਂ ਜਿੱਦਾਂ ਪ੍ਰੋਟੀਨ ਲਿਆ ਮੈਂ ਛੱਡਿਆ ਨਹੀਂ ਕਦੇ ਵੀ ਇੱਕ ਸਕੂਪ ਤਾਂ ਹੁੰਦਾ ਹੀ ਆ ਹੈ ਨਾ ਜਾਂ ਫਿਰ ਇਹਨਾਂ ਦੀ ਰੈਸਪੀਆਂ ਬਹੁਤ ਲੋਕ ਬਣਾਉਂਦੇ ਆ ਕਿ ਮੈਨੂੰ ਪਹਿਲਾਂ ਓਟਮੀਲ ਹੁਣ ਮੈਂ ਖਾਂਦਾ ਨਹੀਂ ਮੈਨੂੰ ਖਰਾਬ ਕਰਦੀ ਮੈਂ ਓਟਮੀਲ 'ਚ ਬਣਾ ਕੇ ਬਹੁਤ ਖਾਂਦਾ ਪੈਨਕੇਕ 'ਚ ਬਣਾ ਕੇ ਖਾਂਦਾ ਜਦੋਂ ਮੈਂ ਜ਼ਿਆਦਾ ਹੀ ਡਾਇਟ ਦਾ ਹੋਇਆ ਮੈਂ ਆਰਟੀਫਿਸ਼ਲ ਇਨਗਰੀਡੀਅੰਟ ਬਾਰੇ ਪੜ੍ਹਿਆ ਜਦੋਂ ਮੈਂ ਇਹ ਚੀਜ਼ਾਂ ਬਾਰੇ ਪੜ੍ਹਿਆ ਕਿ ਯਾਰ ਇਹ ਤਾਂ ਫੇਕ ਮਿੱਠਾ ਪਾ ਰਹੇ ਨੇ ਵੀ ਜੀਭ ਨੂੰ ਬਹੁਤ ਲੱਗਦਾ ਵੀ ਪਰ ਆਫਟਰ ਟੇਸਟ ਵੀ ਬਹੁਤ ਆਉਂਦਾ ਫਿਰ ਮੈਂ ਕੋਈ ਇੱਦਾਂ ਦਾ ਪ੍ਰੋਟੀਨ ਬਣਾਉਣਾ ਚਾਹੁੰਦਾ ਸੀ ਵੀ ਕਿਸੇ ਲਈ ਨਹੀਂ ਵੀ ਪਹਿਲਾਂ ਮੈਂ ਤਾਂ ਕੁਛ ਇੱਦਾਂ ਦਾ ਬਹੁਤ ਪ੍ਰੋਟੀਨ ਲੱਭੇ ਮੈਂ ਗੁਰਜਿੰਦਰ ਵੀਰੇ ਪਰ ਉਹਨਾਂ ਦੇ ਵਿੱਚ ਜਿਵੇਂ ਕਿ ਕਹਿੰਦੇ ਸੀ ਜੀਰੋ ਸ਼ੂਗਰ ਪਰ ਮਿੱਠਾ ਟੇਸਟ ਬਹੁਤ ਆਫਟਰ ਟੇਸਟ ਬਹੁਤ ਫਿਰ ਮੈਂ ਕਿਹਾ ਵੀ ਇੱਕ ਤਾਂ ਮੈਂ ਪ੍ਰੋਟੀਨ ਇੱਦਾਂ ਦਾ ਬਣਾਉਣਾ ਵੀ ਜਿਹੜਾ ਲੈਸ ਪ੍ਰੋਸੈਸ ਹੋਵੇ ਤਾਂ ਹੀ ਮੈਂ ਫਿਰ ਉਹ ਆਈਸੋਲੇਟ ਨਹੀਂ ਕਰਿਆ ਮੈਂ ਕਿਹਾ ਵੀ ਆਈਸੋਲੇਟ ਦੇ ਵਿੱਚ ਇਹ ਹੁੰਦਾ ਕਿ ਜਿਵੇਂ ਮੈਂ ਕਿਹਾ ਜ਼ਿਆਦਾ ਪ੍ਰੋਟੀਨ ਨੂੰ ਡੀਨੇਚਰ ਕਰ ਦਿੰਦੇ ਆ ਸੋ ਕੌਨਸਨਟ੍ਰੇਟ ਰੱਖਿਆ ਆ ਜਿਹਦੇ ਵਿੱਚ 1-2 ਗ੍ਰਾਮ ਫੈਟ ਵੀ ਆਉਂਦੀ ਆ ਹੈਲਦੀ ਇਨਗਰੀਡੀ ਕੋਈ ਤੁਹਾਨੂੰ ਤੁਸੀਂ ਦੇਖੇ ਨੇ ਇਨਗਰੀਡੀ ਕੋਈ ਵੀ ਕੋਈ ਮੈਂ ਕਿਹਾ ਵੀ ਹੋਰਾਂ ਦੀ ਲੋੜ ਵੀ ਕੀ ਆ ਤੁਹਾਨੂੰ ਪ੍ਰੋਟੀਨ ਚਾਹੀਦਾ ਤੁਹਾਨੂੰ ਉਹਦੇ ਵਿੱਚ ਹੋਰ ਕੋਈ ਮਿੱਠਾ ਠੀਕ ਆ ਜਾਂ ਫਿਰ ਤੁਹਾਨੂੰ ਉਹਦੇ ਵਿੱਚ ਪ੍ਰੋਟੀਨ ਕੰਪਨੀਆਂ ਦਾ ਬਈ ਚੱਕਰ ਪਤਾ ਕੀ ਹੁੰਦਾ ਜੀ ਇਹ ਜਿਹੜੇ ਜਿਹੜੇ ਫਲੇਵਰ ਹੁੰਦੇ ਆ ਬਨਾਨਾ ਕੁਕੀ ਕਰੀਮ ਇਹ ਆਪਣੇ ਬ੍ਰੇਨ ਨੂੰ ਟ੍ਰਿਗਰ ਕਰਦੇ ਆ ਬਿਲਕੁਲ ਕਈ ਬੰਦੇ ਬਹੁਤ ਬਾਈ ਤੂੰ ਚੋਕਲੇਟ ਇਹ ਕਰਿਆ ਹੋਇਆ ਤੂੰ ਆਹ ਫਲੇਵਰ ਕਰਦੇ ਮੈਂ ਕਿਹਾ ਵੀ ਉਹ ਪਰਪਜ ਇਹ ਨਹੀਂ ਹੈਗਾ ਮੇਰਾ ਮੇਰਾ ਫਲੇਵਰ ਲਾਂਚ ਕਰਨ ਨੂੰ ਕੀ ਆ ਮੈਂ ਕਰ ਸਕਦਾ ਪਰ ਮੈਂ ਕਕਾਓ ਪਾ ਕੇ ਸੈਂਪਲ ਚੋਕਲੇਟ ਰੱਖਿਆ ਹੋਇਆ ਕਿਉਂਕਿ ਇਹਦੇ ਆਪ ਦੇ ਥੋੜ੍ਹੇ ਜਿਹੇ ਬੈਨੀਫਿਟ ਨੇ ਕਕਾਓ ਦੇ ਉਹੀ ਆ ਵੀ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਤੁਸੀਂ ਸਿੰਪਲ ਬੇ ਪ੍ਰੋਟੀਨ ਸਿੰਪਲ ਇਨਗਰੀਡੀਅੰਟ ਕੋਈ ਆਫਟਰ ਟੇਸਟ ਨਹੀਂ ਕੋਈ ਬਾਰ ਬਾਰ ਉੱਪਰ ਨੂੰ ਨਹੀਂ ਆਉਂਦਾ ਖਾ ਕੇ ਹੈ ਨਾ ਸੋ ਜੇ ਤੁਸੀਂ ਫਲੇਵਰ ਚਾਹੁੰਦੇ ਹੋ ਤੁਸੀਂ ਬਨਾਨਾ ਐਡ ਕਰ ਲਓ ਨੈਚੁਰਲ ਸਟ੍ਰਾਬੇਰੀ ਚਾਹੁੰਦੇ ਸਟ੍ਰਾਬੇਰੀ ਐਡ ਕਰ ਲਓ ਨੈਚੁਰਲ ਬਲੂਬੇਰੀ ਐਡ ਕਰ ਲਓ ਸਮੂਦੀ ਕੁਛ ਵੀ ਮਤਲਬ ਫੇਕ ਇਨਗਰੀਡੀਅੰਟ ਨਹੀਂ ਚਾਹੀਦੇ ਆਪਾਂ ਨੂੰ ਆਰਟੀਫਿਸ਼ਲ ਚੀਜ਼ਾਂ ਨਹੀਂ ਬਾਡੀ ਨੂੰ ਪਤਾ ਲੱਗਦਾ ਉਦੋਂ ਦਾ ਸ਼ੱਕਰ ਦਾ ਚਮਚਾ ਪਾ ਲਓ ਹਾਂ ਨਹੀਂ ਉਹ ਵਧੀਆ ਰੀਅਲ ਤਾਂ ਹੈ ਹਾਂ ਉਹੀ ਆ ਨਾ ਜੇ ਹੁਣ ਆਪਾਂ ਕਿਤੇ ਉਹ ਵੀ ਲੈਣ ਜਾਈਏ ਪ੍ਰੋਟੀਨ ਪਾਊਡਰ ਹੈ ਨਾ ਅਤੇ 2-3 ਚੀਜ਼ਾਂ ਉਹ 'ਚ ਚਾਹੀਦੀਆਂ ਹੁੰਦੀਆਂ ਜਿੰਨਾ ਪ੍ਰੋਟੀਨ ਪਾਊਡਰ ਬਣ ਜਾਂਦਾ ਉਹ 20-20 ਪਈਆਂ ਹੁੰਦੀਆਂ ਵਿੱਚ ਇੰਨੇ ਪੈਰਾ ਲਿਖਿਆ ਹੁੰਦਾ ਵੀ ਕੀ ਹੈ ਇਹਦੇ ਵਿੱਚ ਹੈ ਨਾ ਸੋ ਉਹ ਵੀ ਆਰਟੀਫਿਸ਼ਲ ਸਵੀਟਨਰ ਹੋਏ ਹੈ ਨਾ ਹੁਣ ਸਟੱਡੀਜ਼ ਸ਼ੋ ਆ ਰਹੀਆਂ ਸਾਹਮਣੇ ਵੀ ਕੈਂਸਰ ਦਾ ਇੱਕ ਮੇਨ ਰੀਜ਼ਨ ਆ ਜੇ ਤੁਸੀਂ 150 ਖੰਜੂਰ 'ਚੋਂ ਸ਼ੂਗਰ ਲੈਂਦੇ ਹੋ ਠੀਕ ਆ ਤੁਹਾਨੂੰ ਆਇਰਨ ਵੀ ਮਿਲੂਗਾ ਤੁਸੀਂ ਸ਼ੱਕਰ 'ਚੋਂ ਲੈਂਦੇ ਹੋ ਤੁਹਾਨੂੰ ਕੋਈ ਪੋਟਾਸ਼ੀਅਮ ਵੀ ਆ ਰਿਹਾ ਤੁਹਾਨੂੰ ਜੇ ਸ਼ੂਗਰ ਵੀ ਤੁਸੀਂ ਲੈਂਦੇ ਹੋ ਤੁਸੀਂ ਮਿੱਠਾ ਹੀ ਚਾਹੁੰਦੇ ਹੋ ਤੁਸੀਂ ਆਰਟੀਫਿਸ਼ਲ ਨਾ ਲਓ ਕੈਲਰੀ ਦਾ ਚੱਕਰ ਆ ਕੈਲਰੀ ਹੁਣ ਮੰਨ ਲਓ ਮੈਂ 1 ਚਮਚਾ ਜੇ ਦਿਨ ਦੇ ਵਿੱਚ ਮੈਂ ਸ਼ੱਕਰ ਦਾ ਸ਼ੌਕੀਨ ਹਾਂ ਮੈਂ 1 ਚਮਚਾ ਸ਼ੱਕਰ ਦਾ ਪਾ ਲਿਆ ਤਾਂ ਮੈਨੂੰ ਪਤਾ 20-30 ਕੈਲਰੀ ਆਜੂਗੀ ਮੇਰੇ ਕੋਲ ਫਿਰ ਬਾਕੀ ਦਿਨ 'ਚ ਐਕਟੀਵਿਟੀ ਵੀ ਮੈਂ ਕਰ ਸਕਦਾ ਨਾ ਜੇ ਮੈਂ ਕੁਛ ਖਾਣ ਦਾ ਸ਼ੌਕੀਨ ਹਾਂ ਤਾਂ ਮੈਂ ਮਿਹਨਤ ਵੀ ਉਨੀ ਕਰਾਂ ਨਾ ਇਹੀ ਰੀਜ਼ਨ ਆ ਕਿ ਜੇ ਤੁਸੀਂ ਖਾਣ ਦੇ ਸ਼ੌਕੀਨ ਹੋ ਫਿਰ ਬਾਡੀ ਨੂੰ ਉਨਾ ਆ ਕੇ ਥੋੜ੍ਹਾ ਦੁੱਖ ਵੀ ਦਿਓ ਤੁਹਾਨੂੰ ਪਤਾ ਲੱਗੇ ਕਿ ਇੱਥੇ ਹੁਣ ਆਹ ਖਾ ਕੇ ਆਇਆ ਵੀ ਐਕਸਰਸਾਈਜ਼ ਕਿੰਨੀ ਔਖੀ ਆ ਇਹਦਾ ਇਹ ਹੁਣ ਮੇਰੀ ਇਹ ਨਾ ਥੋੜ੍ਹਾ ਘਰੋਂ ਕੁਐਸਚਨ ਸੀ ਇਹ ਕਹਿੰਦੇ ਜਦੋਂ ਵੀ ਕਿਸੇ ਡਾਇਟ ਹੈ ਨਾ ਵੀ ਲਓ ਤੁਸੀਂ ਕਿਸੇ ਤੋਂ ਵੀ ਪਲਾਨ ਲਓ ਹੈ ਨਾ ਸਭ ਤੋਂ ਪਹਿਲਾਂ ਟ੍ਰੇਨਰ ਛਡਾਉਂਦੇ ਆ ਚਾਹ ਅਤੇ ਰੋਟੀ ਹੈ ਨਾ ਮੇਰੀ ਮੰਮੀ ਕਹਿੰਦੀ ਕਹਿੰਦੀ ਰੋਟੀ 'ਚ ਮੁੰਡੇ ਆਪੇ ਪ੍ਰਾਣ ਹੁੰਦੇ ਆ ਤੂੰ ਰੋਟੀ ਛੱਡੀ ਬੈਠਾ ਹੈ ਨਾ ਜੇ ਕਦੋਂ ਮੈਂ ਕਦੇ 8-20 ਕਰ ਲੈਂਦਾ ਵੀ ਹਾਰਡ ਥੋੜ੍ਹਾ ਕਰ ਲਈਏ ਢਿੱਡ ਜਾਂ ਅੰਦਰ ਕਰ ਲਈਏ ਉਦੋਂ ਫਿਰ ਰੋਟੀ ਛੱਡਣੀ ਪੈਂਦੀ ਹੈ ਨਾ ਉਹ ਮੇਰਾ ਚੱਲ ਵੀ ਜਾਂਦਾ ਅੰਦਰ ਅਸਲ ਦੇ ਵਿੱਚ ਸੋ ਉਹ ਕੀ ਚੱਕਰ ਆ ਵੀ ਟ੍ਰੇਨਰ ਕਹਿ ਦਿੰਦੇ ਵੀ ਰੋਟੀ ਛੱਡੋ ਰੋਟੀ ਟ੍ਰੇਨਰਾਂ ਵੱਲੋਂ ਜੇ ਮੈਂ ਬੋਲਾਂ ਰੋਟੀ ਛਡਾਉਣ ਦਾ ਉਹਨਾਂ ਦਾ ਇਹ ਕਾਰਨ ਹੁੰਦਾ ਕਿਉਂਕਿ ਟ੍ਰੇਨਰ ਜ਼ਿਆਦਾ ਲਾਉਂਦੇ ਨੇ ਮਿਣੀਆਂ ਥੁਣੀਆਂ ਚੀਜ਼ਾਂ ਜਾਂ 100 ਗ੍ਰਾਮ ਬਰਾਊਨ ਰਾਈਸ ਲੈ ਲਾ 150 ਗ੍ਰਾਮ ਬਰਾਊਨ ਰਾਈਸ ਲੈ ਲਾ ਆਫਟਰ ਕੁੱਕ ਵੀਟ ਕਰਨਾ ਰੋਟੀ ਦਾ ਸਿਸਟਮ ਇਹ ਆ ਕਿ ਰੋਟੀ ਕਿਸੇ ਦੀ ਮੋਟੀ ਆ ਕਿਸੇ ਦੀ ਪਤਲੀ ਆ ਇੱਕ ਆਪਣੀ ਇਮੋਸ਼ਨਲ ਜੁੜੀ ਹੋਈ ਆ ਰੋਟੀ ਨਾਲ ਆਪਾਂ ਇੱਕ ਤਾਂ ਇੱਕ ਆ ਨਾ ਇੱਕ ਰੋਟੀ ਯਾਰ ਹੈ ਨਾ ਸੋ ਇੱਕ
आटे भी ऐसे वैसे ने हुण आपां नूं फाइबर आटा बहुत घट मिलता जिहड़ा होल वीट आ वह भी लोग पसंद नहीं करते कहिंदे हार्ड रोटी बनदे चिट्टा जिहा आटा ज़्यादा यूज़ करदे आ रोटी की एक तो मैजरमेंट करनी ट्रेनर लई एकोरेट नहीं हैगी मैं गुरजिंदर भी कह दवा भी वीरे मैं भी 20 ग्राम कार्ब लाने पर मील मैं ब्राउन राइस लाते तुम 80 ग्राम 100 ग्राम ठीक है हुण तुसीं रोटी ले ली उहदी जगह रोटी थोड़ी मोटी है पूरी है ना हो सकता कि 50 ग्राम कार्ब होण ते जो मैं थोड़ा 2 वीकां बाद रिजल्ट देखना तो मैं तो अपने हिसाब नाल उन्ना के देखी बैठा कि मैं इन्ना फूड लाया तुसीं शायद रोटी भी मोटियां जां ज्यादा खा लिया एक तो यह कारण ठीक है भी रोटी तो बचाउंदे ने चाह दा सिस्टम ब्लैक कॉफी क्यों मैं कहना हुंदा चाह की करती है चाह जस्ट आपां नूं एक आपां नशा जिहा लैणा हुंदा कॉफी च इदों वधदे हुंदा सगों क्योंकि कैफीन हुंदी है ज्यादा ही हुंदी है पर उहदे विच की है कि आपां दुध ते शुगर नहीं पाउंदे जिहड़े कि दोनों इकट्ठिया होकर केर अपने ब्रेन नूं बूस्ट मार दियां ने भी केर खिड़ जांदा शरीर पर लोंग लास्टिंग नहीं गा कदे ट्राई करके देखियो कॉफी तुहानूं थोड़ा स्लो कर दूगी पर लंबा जाऊगी 3-4 घंटे थोड़ा ध्यान फोकस जिहा तुहानूं रहूगा चाह ना की हुंदा ठीक आ चाह नहीं माड़ी विच तुसीं मिल्क पा लिया मिल्क भी ऑरगैनिक बहुत घट यूज करदे ने मिल्क बाले वधिया नहीं हैगे है ना सो फिर चीनी पा ली फिर होया ना उही चीज कि ਤੁਸੀਂ ਇੱਕ ਤਰ੍ਹਾਂ ਦੀ ਟੇਸਟ ਨੂੰ ਬਣਾ ਲਈ ਜੀ ਚਾਹੀਦੀ ਆਪਾਂ ਨੂੰ ਇੱਕ ਫੋਕਸ ਵਾਲੀ ਐਨਰਜੀ ਆ ਤਾਂ ਕਰਕੇ ਉਹਨੂੰ ਬਲੈਕ ਕੌਫੀ ਦੇ ਕਰੋ ਚਾਹ ਤਾਂ ਹੀ ਜ਼ਿਆਦਾਤਰ ਕਹਿੰਦੇ ਉਹਨਾਂ ਨੂੰ ਪਤਾ ਵੀ ਜੇ ਚਾਹ ਲੈ ਕੇ ਬੈਠਾਂਗੇ ਤਾਂ ਚਾਹ ਨਾਲ ਫਿਰ ਬਿਸਕੁਟ ਵੀ ਆਉਣੇ ਨੇ ਇਕੱਲੀ ਚਾਹ ਤਾਂ ਹਾਂ ਇੱਦਾਂ ਇੱਕ ਰੋਟੀ ਨਾਲ ਕਹਿੰਦਾ ਬਣਦਾ ਕੁਛ ਨਹੀਂ ਉਹਦੇ ਯਾਰ ਇੱਕ ਰੋਟੀ ਨਾਲ ਤਾਂ ਵਾਰਮ ਅਪ ਹੋਈਦਾ ਵੀ ਹੁਣ ਹੋਰ ਲਿਆਓ ਇਹ ਸਵਾਸ ਉਹ ਦੇਖਣ ਨੂੰ ਹੁੰਦੀ ਹੈ ਮਾਤਾਰੀਆਂ ਨੇ ਕਹਿੰਦਾ ਸਬਜ਼ੀ ਬਣਾਈ ਵੀ ਦੇਖ ਕੇ ਟੇਸਟ ਕਰ ਲੈਣਾ ਇੱਕ ਰੋਟੀ ਦੇ ਉੱਤੇ ਭੁੱਕੇ ਵੱਟ ਕੇ ਖਾ ਲਓ ਹੈ ਨਾ ਜਦੋਂ ਬਰਾਊਨ ਰਾਈਸ ਲੱਗ ਜਾਂਦੇ ਨੇ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਇਮੋਸ਼ਨਲੀ ਵਧੀਆ ਨਹੀਂ ਲੱਗਦੇ ਉਹ ਖਾ ਕੇ ਜੇ ਕਹਿੰਦੇ ਨੇ ਠੀਕ ਯਾਰ ਮੁੱਕੇ ਮੁੱਕੇ ਹਾਂ ਠੀਕ ਆ ਕਦੇ ਕਦੇ ਕੋਈ ਇਸ਼ੂ ਨਹੀਂ ਹਫ਼ਤੇ 'ਚ 1-2 ਵਾਰ ਰੋਟੀ ਮਾੜੀ ਚੀਜ਼ ਨਹੀਂ ਆਪਣੇ ਇਹ ਹੁਣ ਆਪਣੇ ਕਿੰਨੇ ਸਾਲ ਜੀਂਦੇ ਨੇ ਵਧੀਆ ਨੇ ਬਜ਼ੁਰਗ 90 ਬਾਈ ਜੀ ਦੀ ਕਰੀ ਖਾਂਦੇ ਨੇ ਰੋਟੀ ਪਰ ਲਿਮਿਟਡ ਖਾਂਦੇ ਨੇ ਬਹੁਤ ਜੇ ਉਹਨਾਂ ਨੇ ਇੱਕ ਖਾਣੀ ਆ ਤਾਂ ਇੱਕੇ ਖਾਣੀ ਆ ਹੋਰ ਚੀਜ਼ਾਂ ਬਹੁਤ ਖਾਂਦੇ ਨੇ ਪੰਜੀਰੀ ਰਲਾ ਲਈ ਆ ਹਾਲਾ ਮੁੰਡੇਰਾ ਪਰ ਰੋਟੀਆਂ ਤੇ ਨਹੀਂ ਬਸ ਜ਼ੋਰ ਅਸਲ 'ਚ ਆਪਾਂ ਫੂਡ ਨੂੰ ਨਾ ਐਜ਼ ਅ ਪਲੇਜ਼ਰ ਲੈਣ ਲੱਗ ਪਏ ਕੋਈ ਲੋੜ ਹੁੰਦੀ ਨਹੀਂ ਆਪਾਂ ਨੂੰ ਐਡੀ ਖਾਣ ਦੀ ਸਵੇਰ ਨੂੰ ਉੱਠ ਕੇ ਦੇਖੀਦਾ ਅੱਛਾ ਹੁਣ ਬ੍ਰੇਕਫਾਸਟ ਕਰਨਾ ਕੋਈ ਚੱਕ ਲਓ ਜੋ ਮਰਜ਼ੀ ਚੱਕ ਲਓ ਹੈ ਨਾ ਜਦੋਂ ਪਲੇਜ਼ਰ ਲੈਣ ਲੱਗ ਪਏ ਆਪਣੀ ਬੋਡੀ ਨੂੰ ਕੀ ਨੀਡ ਆ ਹੈ ਨਾ ਬੋਡੀ ਨੂੰ ਆਪਾਂ ਨੂੰ ਕੀ ਚਾਹੀਦਾ ਆ ਉਹ ਨਹੀਂ ਆਪਾਂ ਦੇਖਦੇ ਆਪਾਂ ਲੋੜ ਕੀ ਆ ਉਹ ਨਹੀਂ ਦੇਖਦੇ ਆਪਾਂ ਨੂੰ ਚਾਹੀਦਾ ਕੀ ਆ ਆਪਣੀ ਚਾਹਤ ਤੇ ਕਰ ਕਰਕੇ ਪਰੌਂਠੇ ਵੀ ਖਾ ਲਈਦੇ ਆ ਅਤੇ ਚਾਹਾਂ ਵੀ ਪੀ ਲਈਦੀਆਂ ਇੱਕ ਗੱਲ ਆ ਵੀਰੇ ਜਿੱਦਾਂ ਹੁਣ ਆਪਾਂ ਸੋਚੀਦਾ ਵੀ ਆਪਣੀ ਹੈ ਨਾ ਲਾਈਫ ਜੇ ਤੁਸੀਂ ਲੌਂਗ ਕਰਨੀ ਆ ਤੁਹਾਡਾ ਬੇਸ ਸਟਰੋਂਗ ਹੋਣਾ ਚਾਹੀਦਾ ਹੈ ਨਾ ਜੇ ਹੁਣ ਆਪਾਂ ਜਵਾਕਾਂ ਦੀ ਗੱਲ ਕਰੀਏ ਨਾ ਜਵਾਕਾਂ ਦੀ ਜੇ ਆਪਾਂ ਹੈਲਥ ਦੀ ਗੱਲ ਕਰੀਏ ਤੁਹਾਡੇ ਜਵਾਕ ਵੀ ਹੈਗੇ ਮੇਰੇ ਵੀ ਹੈਗੇ ਆ ਨਾ ਜੇ ਉਹਨਾਂ ਨੂੰ ਆਪਾਂ ਗ੍ਰਾਸ ਰੂਟ ਤੋਂ ਟ੍ਰੇਨ ਕਰਨਾ ਹੋਵੇ ਵੀ ਇੱਦਾਂ ਕਦੇ ਤੁਸੀਂ ਫੂਡ ਖਾਓ ਜਾਂ ਤੁਸੀਂ ਪ੍ਰੋਸੈਸ ਫੂਡ ਤੋਂ ਪਰੇ ਰਹੋ ਉਹ ਕੀ ਰੈਕਮੈਂਡੇਸ਼ਨ ਹੈ ਉਹਨਾਂ ਲਈ ਘਰ ਦਾ ਮਾਹੌਲ ਚੇਂਜ ਕਰ ਲਓ ਜਿਹੜੀਆਂ ਚੀਜ਼ਾਂ ਧੱਕੇ ਨਾਲ ਕਰਨੀਆਂ ਨੇ ਆਪਾਂ ਇੱਕ ਤੁਹਾਡੇ ਜਵਾਕ ਦੇ ਰੋਜ਼ ਉਹ ਚੀਜ਼ਾਂ ਮੂਹਰੇ 'ਚ ਨਿਕਲਦੀਆਂ ਨੇ ਕੀ ਰਸੋਈ 'ਚ ਕੀ ਪਿਆ ਹੈ ਨਾ ਤੁਸੀਂ ਕੀ ਖਾ ਰਹੇ ਹੋ ਤੁਹਾਡੇ ਕੀ ਸੰਸਕਾਰ ਨੇ ਹੁਣ ਮੈਂ ਆਪਣੇ ਜਵਾਕਾਂ ਨੂੰ ਠੀਕ ਆ ਬਣਨਾ ਨਾ ਬਣਨਾ ਇਹਨਾਂ ਦੀ ਮਰਜ਼ੀ ਆ ਮੈਂ ਇਹਨਾਂ ਨੂੰ ਕਹਿੰਦਾ ਰਹਿੰਦਾ ਹੁੰਦਾ ਜਦੋਂ ਐਕਸਰਸਾਈਜ਼ ਕਰਦਾ ਹੁੰਦਾ ਇੱਥੇ ਕਈ ਵਾਰ ਕੋਲ ਆ ਜਾਂਦਾ ਵੀ ਦੇਖ ਹੈ ਨਾ ਡੈਡੀ ਦੇ ਡੋਲੇ ਦੇਖ ਐਂ ਕਰ ਪੋਜ ਜਿਹਾ ਮਾਰ ਕੇ ਵੀ ਆਰਨ ਆਊਟ ਮਾਂ ਦੇਖ ਕਿਉਂਕਿ ਸਾਨੂੰ ਛੋਟੇ ਹੁੰਦੇ ਨੂੰ ਸਾਡੇ ਪਾਪਾ ਦੀ ਬੋਡੀ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਉਹਨਾਂ ਦਾ ਕਬੱਡੀ ਖੇਡਦੇ ਪਰ ਉਹ ਸਪੀਡੀ ਬਹੁਤ ਰੇਡਰ ਸੀਗੇ ਉਹਨਾਂ ਦੇ ਸਾਨੂੰ ਸਰੀਰ ਬੜਾ ਵਧੀਆ ਲੱਗਦਾ ਸੀ ਸਾਨੂੰ ਪਤਾ ਨਹੀਂ ਸੀ ਹੈਗਾ ਵੀ ਕੀ ਚੀਜ਼ ਆ ਵੀ ਪਰ ਅਸੀਂ ਜਦੋਂ ਐਂ ਦੇਖਦੇ ਸੀ ਉਹਨਾਂ ਦੇ ਸਰੀਰ ਨੂੰ ਸਾਨੂੰ ਐਂ ਲੱਗਦਾ ਯਾਰ ਵੀ ਇਹ ਬੰਦੇ ਦੀ ਸ਼ੇਪ ਕਿੰਨੀ ਵਧੀਆ ਅਤੇ ਉਹ ਚੀਜ਼ਾਂ ਦੇਖੀਆਂ ਫਿਰ ਉਹ ਕੀ ਖਾਂਦੇ ਰਹੇ ਉਹ ਦੇਖੀਆਂ ਮਤਲਬ ਤੁਹਾਨੂੰ ਕੋਈ ਐਫਰਟ ਨਹੀਂ ਕਰਨਾ ਪੈਣਾ ਦੇਖੋ ਜੇ ਤਾਂ ਤੁਸੀਂ ਗਲਤ ਖਾਂਦੇ ਹੋ ਆਪ ਗਲਤ ਖਾਂਦੇ ਹੋ ਫਿਰ ਤੁਹਾਨੂੰ ਐਫਰਟ ਕਰਨਾ ਪੈਣਾ ਜਵਾਕਾਂ ਨੂੰ ਆਹ ਤੁਹਾਨੂੰ ਪਤਾ ਗਿਆ ਰਸਤਾ ਲੱਗੇਗਾ ਹੈ ਨਾ ਵੀ ਜਵਾਕਾਂ ਨੂੰ ਰੱਖੀਏ ਪਰ ਜੇ ਤੁਸੀਂ ਆਪਣੀਆਂ ਆਦਤਾਂ ਚੇਂਜ ਕਰ ਲਈਆਂ ਘਰ ਦੇ ਵਿੱਚ ਹੈ ਨਾ ਤੁਹਾਡੀ ਕਿਚਨ 'ਚ ਵਧੀਆ ਸਮਾਨ ਆਉਣ ਲੱਗ ਗਿਆ ਉਹਨਾਂ ਨੇ ਉਹੀ ਖਾਈ ਜਾਣੇ ਨੇ ਦੂਜਾ ਗੁਰਜਿੰਦਰ ਵੀਰੇ ਬਲੱਡ ਜਾਂਦਾ ਮੈਂ ਹੁਣ ਵਾਈਫ ਵੀ ਉਹ ਵੀ ਨਹੀਂ ਕੁਛ ਬਾਹਲਾ ਸ਼ੂਗਰ ਖਾਂਦੀ ਮੈਂ ਵੀ ਪਹਿਲਾਂ ਠੀਕ ਆ ਬਹੁਤ ਖਾਂਦਾ ਸੀ ਹੁਣ ਜਿੱਦਾਂ ਛੱਡਿਆ ਉਦੋਂ ਬਾਅਦ ਜਵਾਕ ਉਹਨੇ ਜਵਾਕ ਉਦੋਂ ਸਾਡੇ ਵਾਲੇ ਛੋਟੇ ਤੋਂ ਸ਼ੂਗਰ ਨਹੀਂ ਖਾਂਦੀ ਖਾਂਦਾ ਹੀ ਨਹੀਂ ਉਹ ਨਾ ਤਾਂ ਕੋਕ ਪੀ ਹੁੰਦਾ ਦੰਨੇ ਆ ਪਰ ਪੀ ਕੇ ਬਸ ਥੋੜ੍ਹਾ ਹਾਗੇ ਕਹਿੰਦਾ ਬਸ ਪਤਾ ਨਹੀਂ ਹੁਣ ਜਨੈਟਿਕ ਹੀ ਉਹਦੇ 'ਚ ਹੈ ਨਾ ਬਲੱਡ ਉਹਦੇ 'ਚ ਇੱਦਾਂ ਦਾ ਵੀ ਉਹਨੂੰ ਉਹ ਚੀਜ਼ਾਂ ਦੀ ਕਰੇਵਿੰਗ ਨਹੀਂ ਹੁੰਦੀ ਇਹ ਫਰਕ ਆ ਸਪੋਰਟਸ 'ਚ ਲਾਓ ਜਵਾਕਾਂ ਨੂੰ ਕੋਈ ਵੀ ਸਪੋਰਟਸ ਆ ਇੱਥੇ 3-4 ਚੀਜ਼ਾਂ ਮਸ਼ਹੂਰ ਨੇ ਬਾਸਕਟਬਾਲ ਆਈਸ ਹਾਕੀ ਸ਼ੌਕਰ ਇਹਨਾਂ 'ਚੋਂ ਕਿਸੇ ਵੀ ਇੱਕ 'ਚ ਲਾ ਲਓ ਠੀਕ ਆ ਖੇਡੇ ਨਾ ਖੇਡੇ ਬਾਅਦ ਦੀ ਗੱਲ ਆ ਸਕੋਪ ਤਾਂ ਤੁਹਾਨੂੰ ਪਤਾ ਹੁਣ ਸ਼ੌਕਰ 'ਚ ਤਾਂ ਬਹੁਤ ਬਹੁਤ ਹੈ ਨਾ ਪਰ ਨਹੀਂ ਵੀ ਖੇਡੂਗਾ ਤਾਂ ਆਦਤਾਂ ਉਹਦੀਆਂ ਖਾਣ ਪੀਣ ਵਾਲੀਆਂ ਐਕਸਰਸਾਈਜ਼ ਕਰਕੇ ਮਾਇੰਡ ਮੂਇੰਡ ਉਹਦਾ ਵਧੀਆ ਹੋ ਜਾਊਗਾ ਉਹੀ ਹੈ ਨਾ ਆਪਾਂ ਆਪਣੀਆਂ ਨਸਲਾਂ ਨਾਲ ਸਮਝਾਂਗੇ ਹੈ ਨਾ
ਜੇ ਸਾਂਭਾਂਗੇ ਉਹਨਾਂ ਨੂੰ ਉਹ ਨਹੀਂ ਆਪਾਂ ਕੁਛ ਨਹੀਂ ਹੈਗੇ ਲਾਈਫ ਦੇ ਵਿੱਚ, ਘੱਟੋ ਘੱਟ ਉਹਨਾਂ ਨੂੰ ਇੰਨਾ ਕੁ ਟ੍ਰੇਨ ਕਰੀਏ ਵੀ ਖਾਣ ਪੀਣ ਗਾਹਾਂ ਜਾ ਕੇ ਉਹਨੇ ਕੀ ਬਣਨਾ ਆ ਕੀ ਕਰਨਾ ਉਹ ਚਲੋ ਬਾਅਦ ਦੀਆਂ ਗੱਲਾਂ, ਘੱਟੋ ਘੱਟ ਜਿਹੜੀ ਜੀਵਨ ਦੀ ਇੱਕ ਪਹਿਲੀ ਚੀਜ਼ ਆ ਖਾਣਾ ਪੀਣਾ ਕੀ ਆ, ਸਹੀ ਖਾਣਾ ਪੀਣਾ ਤਾਂ ਉਹਨਾਂ ਨੂੰ ਟ੍ਰੇਨ ਕਰ ਸਕਦੇ ਹਾਂ ਆਪਾਂ। ਹਾਂ ਥੋੜ੍ਹਾ ਜਿਹਾ ਠੀਕ ਆ, ਚਲੋ ਹਜੇ ਤਾਂ ਛੋਟੇ ਨੇ, ਥੋੜ੍ਹਾ ਇਹਨਾਂ ਨੂੰ ਬਿਜ਼ਨਸ ਮਾਈਂਡਡ ਜਿਹਾ ਵੀ ਬਣਾਵੇ, ਹੈ ਨਾ ਵੀ ਇੱਕ ਤਰ੍ਹਾਂ ਦਾ ਬਈ ਗੱਲਾਂ ਗੱਲਾਂ 'ਚ ਕਹਿਣਾ ਹੁੰਦਾ ਕੀ ਪਤਾ ਜਵਾਕ ਦੇ ਦਿਮਾਗ 'ਚ ਕੀ, ਹੈ ਨਾ ਵੀ ਕੀ ਬਿਜ਼ਨਸ ਕੀ ਕਰੇਗਾ, ਕੀ ਕਰੇਗਾ ਤੂੰ, ਹੈ ਨਾ ਗੇਮ ਕੀ ਕਰੇਗਾ, ਮਤਲਬ ਕੋਈ ਠੀਕ ਆ ਚਲੋ ਪੜ੍ਹਾਈ ਦਾ ਬੇਸਿਕ ਆ ਉਹ ਤਾਂ ਹੋ ਹੀ ਜਾਣੀ ਆ, ਪਰ ਅੱਗੇ ਉਹਦੇ 'ਚ ਇੱਦਾਂ ਦੀਆਂ ਗੱਲਾਂ ਆ ਜਾਣ ਪਹਿਲਾਂ ਹੀ, ਹੈ ਨਾ ਵੀ ਉਹਦਾ ਕੋਈ ਥੋੜ੍ਹਾ ਜਿਹਾ ਜਦੋਂ ਜਦੋਂ ਪ੍ਰੈਸ਼ਰ ਵੀ ਨਹੀਂ ਕ੍ਰੀਏਟ ਕਰਨਾ ਆਪਣੇ ਜਵਾਕ 'ਤੇ ਕਦੇ ਵੀ, ਹੈ ਨਾ ਪ੍ਰੈਸ਼ਰ ਵੀ ਤੂੰ ਆਹ ਕਰਨਾ, ਇਹ ਚੀਜ਼ ਤਾਂ ਥੋਪਣੀ ਨਹੀਂ ਹੈਗੀ ਬਿਲਕੁਲ, ਥੋੜ੍ਹਾ ਥੋੜ੍ਹਾ ਕਹਿਣਾ ਚਾਹੀਦਾ, ਬਾਲਾ ਵੀ ਨਹੀਂ ਕਹਿਣਾ ਚਾਹੀਦਾ, ਪਰ ਦਿਮਾਗ 'ਚ ਗੱਲਾਂ ਕੱਢ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਉਹੀ ਫਿਰ ਤੁਹਾਡੇ ਡੀਪ ਅੰਦਰ ਕਦੇ ਥੋਟ ਚਲੇ ਜਾਂਦਾ ਕਿ ਮੈਂ ਆਹ ਕਰਨਾ। ਉਹੀ ਹੈ ਨਾ, ਇੱਦਾਂ ਦੇ ਸਵਾਲ ਨੇ ਜਵਾਕਾਂ ਦੇ ਦਿਮਾਗ 'ਚ ਹੋਣੇ ਚਾਹੀਦੇ ਆ, ਵੀ ਮੈਂ ਮੇਰੇ ਡੈਡੀ ਨੂੰ ਪੁੱਛਿਆ ਸੀ ਤੂੰ ਕਿਹੜੀ ਗੇਮ ਖੇਲਣੀ, ਉਹ ਸੋਚੂਗਾ ਉਸ ਬਾਰੇ ਵੀ ਮੈਨੂੰ ਕੀ ਪਸੰਦ ਆ, ਮੈਂ ਕੀ ਕਰਨਾ ਚਾਹੁੰਦਾ ਹਾਂ, ਹੈ ਨਾ, ਜਾਂ ਫਿਰ ਅੱਗੇ ਫਿਊਚਰ 'ਚ ਜਾ ਕੇ ਮੈਂ ਕੀ ਬਣਨਾ ਚਾਹੁੰਦਾ ਹਾਂ। ਅਤੇ ਉਹੀ ਆ ਵੀ ਇਹਨਾਂ ਨੂੰ ਟਾਈਮ ਦੀ ਥੋੜ੍ਹੀ, ਆਪਾਂ ਨੂੰ ਵੀ ਟਾਈਮ ਮੈਨੇਜਮੈਂਟ ਥੋੜ੍ਹੀ ਜਿਹੀ ਔਖੀ ਬਹੁਤ ਹੈ ਚੀਜ਼ ਆ, ਇਹ ਬੜੇ ਬੜੇ ਬੰਦਿਆਂ ਤੋਂ ਠੀਕ ਨਹੀਂ ਆਉਂਦੀ ਹੈਗੀ ਵੀ ਜਾਂ ਤਾਂ ਆਪਾਂ ਵਿਹਲੀ ਰਹਿ ਜਾਂਦੇ ਹਾਂ ਜਦੋਂ ਕੰਮ ਮਿਲਦਾ ਆਪਾਂ ਨੂੰ ਐਂ ਵੀ ਯਾਰ ਹੁਣ ਮਸਾਂ ਹੀ ਮਿਲਿਆ, ਹੈ ਨਾ ਵੀ ਹੁਣ ਇਹਨੂੰ ਕਰ ਲਾ ਵੀ ਹੁਣ ਛੱਡਣਾ, ਜਿਹੜੇ ਬੰਦੇ ਨੂੰ ਮਸਾਂ ਕੰਮ ਮਿਲਿਆ ਹੁੰਦਾ ਜਾਂ ਪਹਿਲਾਂ ਉਹਨੇ ਥੋੜ੍ਹਾ ਦੇਖਿਆ ਹੁੰਦਾ ਉਹ ਕਹਿੰਦਾ ਵੀ ਤੂੰ ਹੁਣ ਮੈਂ ਸਾਰੇ ਹੀ ਵੀ ਮੈਂ ਮਤਲਬ ਹੁਣ ਪਿੱਛੇ ਨਹੀਂ ਹਟਣਾ, ਪਰ ਥੋੜ੍ਹਾ ਜਿਹਾ ਜਵਾਕਾਂ ਦੀ ਫੈਮਿਲੀ ਨੂੰ ਥੋੜ੍ਹਾ ਜਿਹਾ ਟਾਈਮ ਸਰੀਰ ਨੂੰ ਟਾਈਮ, ਕਿਉਂਕਿ ਬਾਅਦ 'ਚ ਫਿਰ ਕਈ ਵਾਰ ਜ਼ਿਆਦਾ ਲੇਟ ਹੋ ਜਾਂਦਾ, ਬੈਲਸ ਜਿਹਾ ਬਣਾ ਕੇ ਚੱਲੇ ਨਾ ਲਾਈਫ 'ਚ ਵਿੱਚ, ਜਿੰਮ ਦੀ ਵੀ ਹੁਣ ਮੈਂ ਇਹ ਨਹੀਂ ਕਹਿੰਦਾ ਜਿੰਮ 'ਚ ਬੜੇ ਰਹੋ, ਕਈ ਨੂੰ ਇੰਨਾ ਜਿੰਮ ਦਾ ਕਰੇਜ਼ ਹੋ ਜਾਂਦਾ ਤਾਂ ਹੀ ਮੈਂ ਥੋੜ੍ਹੇ ਟੌਪਿਕ ਡਿਫਰੈਂਟ ਕਰਦਾ, ਉਹਨਾਂ ਨੂੰ ਵੀ ਹੋਰ ਕੁਛ ਦਿੰਦੇ ਹੈ ਕੰਮ ਹੀ ਛੱਡ ਦਿੰਦੇ, ਕਹਿੰਦੇ ਸਰੀਰ ਹੀ ਬਣਾਉਣਾ। ਉਹੀ ਨਾ ਬੰਦਾ ਜਿੰਮ ਰੇਟ ਬਣ ਜਾਂਦਾ, ਹੁਣ ਕਈ ਹੁੰਦੇ ਆ ਬਈ ਜਿੰਮ 'ਚ ਬੜੇ ਰਹਿਣੇ 6-6 ਦਿਨ, ਹੈ ਨਾ, ਅਤੇ ਉਨਾ ਕੁ ਜੇ ਉਹ ਆਪਣਾ ਸਰੀਰ ਨੂੰ ਹੈ ਨਾ ਕਿਤੇ ਰੱਖ ਲੈਣ, ਸਾਂਭ ਕੇ ਰੱਖ ਲੈਣ, 2-4 ਦਿਨ ਰੈਸਟ ਮਾਰ ਲੈਣ, ਉਹ ਜ਼ਿਆਦਾ ਸਮਾਂ ਦੇ ਫਾਇਦੇਮੰਦ, ਜ਼ਿਆਦਾ ਵਧੀਆ ਬਣਦਾ। ਮੈਂ ਓਵਰ ਟ੍ਰੇਨਿੰਗ ਕਰ ਕਰਕੇ ਸਰੀਰ ਦੇਖਿਆ ਹੋਇਆ, ਮੈਂ ਓਵਰ ਟ੍ਰੇਨਿੰਗ ਕਰ ਕਰਕੇ ਸਰੀਰ ਪਿੱਛੇ ਬਹੁਤ ਮੁੜਦਾ, ਬਣਦਾ ਨਹੀਂ ਫਿਰ ਘੱਸਦਾ ਹੀ ਨਿਗਰਾਰੀਆਂ ਮੁੜ ਕੇ, ਫਿਰ ਘਸਣ ਵੱਲ ਨੂੰ ਹੋ ਜਾਂਦਾ ਆ। ਹਾਂ ਇਹ ਨਹੀਂ, ਹਾਂ ਇਹ ਤਾਂ ਗੱਲ ਹੈ। ਅਤੇ ਚਲੋ ਜਿੰਮ ਦੀ ਹੋ ਗਈ, ਟ੍ਰੇਨਿੰਗ ਦੀ ਹੋ ਗਈ, ਆਪਣੀਆਂ ਹੁਣ ਜਿੱਦਾਂ ਘਰੇ ਬਜ਼ੁਰਗ ਹੁੰਦੇ ਆ ਨਾ, ਅਤੇ ਉਹਨਾਂ ਦੀ ਐਕਟੀਵਿਟੀ ਮਿਨੀਮਮ ਹੁੰਦੀ ਆ, ਉਹਨਾਂ ਲਈ ਕੋਈ ਟਿਪ? ਹੁਣ ਜਿਵੇਂ ਆਪਣੇ ਗ੍ਰੈਂਡਫਾਦਰ ਨੇ ਉਹ ਲੈਗ ਨੂੰ ਹੈਗੀ ਨੇ ਪ੍ਰੋਬਲਮ, ਬਾਹਰ ਘੱਟ ਜਾਂਦੇ ਨੇ, ਜਿਵੇਂ ਉਹ ਬਾਈ ਜੀ ਦੀ ਆਪਾਂ ਵੀਡੀਓ ਬਣਾਈ ਸੀ ਉਹ ਤਾਂ ਬਹੁਤ ਫਿੱਟ ਨੇ, ਪਰ ਘਰੇ ਉਹਨਾਂ ਨੂੰ ਤੁਰਦੇ ਫਿਰਦੇ ਰਹਿਣਾ ਚਾਹੀਦਾ, ਵੀ ਜੇ ਤਾਂ ਥੋੜ੍ਹਾ ਬਹੁਤਾ ਕੋਈ ਰੋਟੀ ਵਗੈਰਾ ਨਾਲ ਲੈ ਕੇ ਤੁਰ ਹੁੰਦਾ ਤਾਂ ਸਵੇਰੇ ਸ਼ਾਮ ਨੂੰ ਤੁਰਨ ਜਾਇਆ ਕਰਨਾ, ਠੀਕ ਆ, ਉਹਦਾ ਬੈਸਟ ਚੀਜ਼ ਆ ਉਹ, ਚਾਹੇ ਆਪਣੇ ਉਰੇ ਤਾਂ ਚਲੋ ਠੀਕ ਆ ਸਾਰੇ, ਹੈ ਨਾ, ਨੋਰਮਲ ਆ, ਆਪਣੇ ਪਿੰਡਾਂ 'ਚ ਕਈ ਵਾਰ ਸ਼ਹਿਰਾਂ 'ਚ ਕਹਿੰਦੇ ਵੀ ਯਾਰ ਨਹੀਂ ਕਿਵੇਂ ਜਾਵਾਂਗੇ, ਹੈ ਨਾ, ਜਾਂ ਕਈ ਵਾਰ ਉਹੀ ਜੱਕੀ ਜਾਂਦੇ ਨੇ, ਹੈ ਨਾ, ਸਵੇਰੇ ਸਾਜਰੇ ਚਲੇ ਜਾਓ ਕੋਈ ਚੱਕਰ ਨਹੀਂ, ਪਰ ਗੇੜਾ ਕੱਢ ਕੇ ਆਓ, ਜੇ ਕੱਢ ਹੁੰਦਾ ਤਾਂ ਜ਼ਰੂਰੀ ਆ ਤੁਰਨਾ, ਤੁਰਨਾ ਬਹੁਤ ਵਧੀਆ ਐਕਸਰਸਾਈਜ਼ ਆ, ਕੋਈ ਇੰਜਰੀ ਦੇ ਚਾਂਸ ਨਹੀਂ, ਥੋੜ੍ਹੀ ਬੋਡੀ ਵਧੀਆ ਖੁਰਾਕ ਨੂੰ ਵੀ ਹਾਜ਼ਮ ਕਰੀ ਜਾਊ, ਬਾਕੀ ਘਰੇ ਕੰਮ ਕਰਨੋਂ ਸਿਆਣਿਆਂ ਨੂੰ ਨਾ ਆਪਾਂ ਹਟਾਇਆ ਕਰੀਏ, ਜਿੰਨਾ ਕੁ ਕਰਦੇ ਨੇ ਨਾ, ਕਈ ਵਾਰ ਕਈ ਕਹਿੰਦੇ ਨੇ ਵੀ ਅਸੀਂ ਕੋਈ ਰੱਖਣਾ ਨਹੀਂ ਅਸੀਂ ਆਪੇ ਕਰ ਲੈਂਦੇ ਹਾਂ, ਕਰੀ ਜਾਣ ਦੇਵੇ, ਕਿਉਂਕਿ ਜਿਹੜੇ ਮੇਨ ਐਕਸਰਸਾਈਜ਼ਾਂ ਨੇ ਜਿਵੇਂ ਸਕੁਆਟ ਬਹਿਣਾ ਹੋ ਗਿਆ ਜਿੰਨਾ ਕੁ ਹੁੰਦਾ ਉਹਨਾਂ ਤੋਂ ਟਰਾਈ ਕਰਨ, ਪਰ ਬੈਲਸ ਜਾਨੀ ਕਈ ਵਾਰ ਬਣਦਾ ਆਉਂਦਾ, ਹੈ ਨਾ, ਜਾਣੀ ਵਾਕਿੰਗ ਮੈਂ ਕਹਿ ਸਕਦਾ, ਤੁਰਨਾ ਫਿਰਨਾ ਕਿਉਂਕਿ ਹੱਥ ਤੁਸੀਂ ਥੋੜ੍ਹੇ ਜਿਹੇ ਜ਼ਿਆਦਾ ਹੈ ਹੱਥ ਤੇਜ਼ ਚਲਾ ਲਓ, ਕਿਉਂਕਿ ਮੂਵਮੈਂਟ ਆ, ਜੇ ਹੁਣ ਮੈਂ ਤੁਹਾਡੇ ਕੋਲ ਬੈਠਾ ਮੇਰੇ ਕੋਈ ਹਾਰਟ ਮੈਜ਼ਰਮੈਂਟ ਕਰਨ ਵਾਲੀ ਘੜੀ ਲੱਗੀ ਆ, ਜੇ ਮੈਂ ਥੋੜ੍ਹਾ ਜਿਹਾ ਹੱਥ ਆਏ ਹਿਲਾਉਂਗਾ ਇਹ 'ਚ ਹਾਰਟ ਰੇਟ ਅੱਪ ਚਲੇ ਜਾਣੀ ਆ ਆਪਣੀ, ਨਾਲੇ 80-85 ਹੋ ਗਈ, ਜੇ ਮੈਂ ਜ਼ੋਰ ਨਾਲ ਬੋਲ ਵੀ ਪਿਆ ਤਾਂ ਵੀ ਅੱਪ ਜਾਊਗੀ, ਜਿੰਨਾ ਮੈਂ ਸ਼ਾਂਤ ਬੈਠੂੰਗਾ ਡਾਊਨ, ਉਹ ਚੀਜ਼ਾਂ। ਹੁਣ ਤੁਰਨਾ ਸਭ ਤੋਂ ਬੈਸਟ, ਹੱਥ ਹਿਲਦੇ ਨੇ ਤੁਹਾਡੇ, ਲੈਗ ਸਭ ਤੋਂ ਬੜੇ ਮਸਲ ਨੇ, ਲੈਗ ਦੀ ਮੂਵਮੈਂਟ ਹੁੰਦੀ ਆ, ਠੀਕ ਆ, ਸਾਰਾ ਕੋਈ ਕਬਜ਼ ਦੀ ਸਮੱਸਿਆ, ਤੁਰਨ ਕਹਿੰਦੇ ਬੈਠਿਆਂ ਨੂੰ ਕਬਜ਼ ਹੋ ਗਈ, ਹੈ ਨਾ, ਬਹਿਣ ਵਾਲੇ ਬੰਦੇ ਨੂੰ ਜ਼ਿਆਦਾ ਹੁੰਦੀ ਆ, ਬਾਹਰ ਤੁਸੀਂ ਫਰੈਸ਼ ਹਵਾ ਲਿਆਏ, ਠੀਕ ਆ, ਤੁਹਾਡਾ ਬਲੱਡ ਸਰਕੂਲੇਸ਼ਨ ਚੱਲ ਪਿਆ, ਬਾਹਰ ਤੁਸੀਂ ਗ੍ਰੀਨਰੀ ਦੇਖਿਆ, ਨੰਗੇ ਪੈਰੀ ਤੁਰੇ ਘਾਹ 'ਤੇ, ਸਭ ਤੋਂ ਬੈਸਟ ਆ ਜੇ ਕੋਈ ਐਕਸਰਸਾਈਜ਼ ਕਰਨੀ ਆ ਤਾਂ ਘਰੇ ਵਾਹ ਕਰ ਲਓ, ਘਰੇ ਤੁਰ ਲਓ, ਠੀਕ ਆ, ਪੌੜੀਆਂ ਵੀ ਪ੍ਰੋਬਲਮ ਕ੍ਰੀਏਟ ਕਰਦੇ ਨੇ ਕਈ ਬੰਦਿਆਂ ਨੂੰ, ਯਾਨੀ ਵਾਕਿੰਗ 'ਤੇ ਬੈਸਟ ਆ, ਤੁਰ ਕੇ ਆਓ, ਸੈਰ ਕਰਕੇ ਆਓ। ਅਤੇ ਬਾਕੀ ਬਾਈ ਜਿੱਦਾਂ ਹੁਣ ਆਪਣੇ ਮੋਸਟਲੀ ਕਮਿਊਨਿਟੀ ਹੈ ਨਾ ਕੈਨੇਡਾ ਅਮੈਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਆ ਨਾ, ਅਤੇ ਉਹਨਾਂ ਨੂੰ ਹੋ ਜਾਂਦਾ ਵੀ ਯਾਰ ਸਾਡੀ ਐਕਟੀਵਿਟੀ ਘੱਟ ਹੁੰਦੀ ਆ, ਹਾਂਜੀ, ਅਤੇ ਉਹਨਾਂ ਲਈ ਕੋਈ ਐਕਸਰਸਾਈਜ਼ ਜਾਂ ਕੋਈ ਸਲਾਹ, ਕੋਈ ਡਾਇਟ? ਉਹ ਤਾਂ ਚਲੋ ਇੰਟਰਮੀਡੀਅਟ ਫਾਸਟਿੰਗ ਕਰਨ ਉਹ ਵਧੀਆ ਹੀ ਆ, ਹਾਂਜੀ, ਸੋ ਇੱਕ ਤਾਂ ਇਹੀ ਇੰਟਰਮੀਡੀਅਟ ਫਾਸਟਿੰਗ ਵਧੀਆ, ਕੀ ਘੱਟ ਖਾਓ, ਨਿਊਟ੍ਰੀਸ਼ਨ ਉਹਦੇ ਵਿੱਚ ਵੀ ਪ੍ਰੋਪਰ ਲੈਣੀ ਆ, ਇਹ ਨਹੀਂ ਕਿ ਬਹੁਤ ਘੱਟ ਖਾਣਾ ਪਰ ਫਿਰ ਬਾਹਰੋਂ ਜੋ ਮਰਜ਼ੀ ਫੜ ਲਿਆ ਉਹ ਈਟਿੰਗ 'ਚ, ਵਧੀਆ ਖਾਓ ਘੱਟ ਖਾਓ। ਐਕਸਰਸਾਈਜ਼ ਕਿਤੇ ਵੀ ਹੋ ਸਕਦੀ ਆ, ਦੇਖੋ 1-2 ਦਿਨ ਤਾਂ ਘਰੇ ਹੁੰਦਾ ਹਰ ਇੱਕ ਬੰਦਾ, 12 ਐਤਵਾਰ ਨੂੰ ਘਰੇ ਆਉਂਦਾ, 2 ਦਿਨ ਤਾਂ ਪਿੰਡ ਹੁੰਦੇ ਨੇ, ਉਦਣ ਜਿੰਮ ਲਾਇਓ ਜਾ ਕੇ ਐਕਸਰਸਾਈਜ਼ ਕਰਿਓ,
ਤੁਸੀਂ ਇਦਾਂ ਦੀ ਐਕਸਰਸਾਈਜ਼ ਕਰ ਸਕਦੇ, ਤੁਹਾਨੂੰ 20 ਮਿੰਟ ਮਿਲਣਾ 30 ਮਿੰਟ ਮਿਲਣਾ, ਜਿਵੇਂ ਸਪਾਟੇ ਹੋ ਗਏ ਇੱਕ ਡੰਡ ਇੱਕ ਬੈਠ ਕੇ ਇੱਕ ਗਿਣ ਲਿਆ, ਜੇ ਤੁਸੀਂ 25 ਦਾ ਸੈੱਟ ਲਾ ਲਿਆ 100-200 ਲਾ ਲਿਆ ਇੱਦਾਂ ਕਰਕੇ, ਠੀਕ ਆ, ਸਾਈਡਾਂ 'ਤੇ ਹੱਥ ਹੁੱਥ ਲਾ ਕੇ ਭੱਜ ਲਏ, ਇੱਕ ਲਾਈਨਾਂ ਜਿਹੀਆਂ ਖਿੱਚ ਲਿਆ ਜਾਂ ਕੁਛ ਰੱਖ ਲਿਆ ਕਿ ਇੱਧਰ ਲਾ ਕੇ ਇੱਧਰ ਭੱਜਣਾ, ਜੰਪਿੰਗ ਜੈਕ ਹੋ ਗਿਆ, ਰੱਸੀ ਟੱਪ ਲਈ, ਜੇ ਤੁਸੀਂ 30-35 ਜਾਂ 40 ਮਿੰਟ ਵੀ ਆਪਣਾ ਸਰੀਰ ਕਿਹੜਾ ਇੰਜਣ ਗਰਮ ਕਰ ਲੈਂਦੇ ਹੋ, ਚਲਾ ਲੈਂਦੇ ਹੋ, ਸਾਰੀ ਦਿਹਾੜੀ ਲਈ ਤੁਹਾਡੀ ਬੋਡੀ ਫਿੱਟ ਆ, ਕਿਉਂਕਿ ਤੁਹਾਡਾ ਬੈਠੇ ਬੈਠਿਆਂ ਦਾ ਵੀ ਅੱਧੀ ਮੈਟਾਬੋਲਿਕ ਰੇਟ ਅੱਪ ਹੋ ਜਾਂਦਾ, ਇੱਕ ਵਾਰ ਸਰੀਰ ਚਲਾਉਣਾ ਪੈਣਾ, ਕਿਉਂਕਿ ਦੂਜੇ ਲੋੜ ਕਈ ਵਾਰ ਨਹੀਂ ਉਨਾ ਜ਼ੋਰ ਲੱਗਦਾ, ਫਿਰ ਤੁਸੀਂ ਆਪਣਾ ਦਿਮਾਗ 'ਤੇ ਵੀ ਦੇਖੇਂਗੇ ਤੁਹਾਡਾ ਤੁਹਾਡਾ ਫੋਕਸ ਕਿੰਨਾ ਵਧੂਗਾ, ਅਲਰਟ ਜੇ ਰਹੇਗੇ ਉਹ ਖਾਣਾ ਵਧੀਆ ਹਜ਼ਮ ਆ ਜੂਗਾ, ਮਿਹਨਤ ਤਾਂ ਕਰਨੀ ਕਰਨੀ ਆ, ਜਿਮ ਦੀ ਗੱਲ ਪਾਸੇ ਕਰ ਦਿਓ ਬਿਲਕੁਲ, ਜਿਵੇਂ ਆਪਾਂ ਪਹਿਲੀ ਗੱਲ ਕਰੀ ਸੀ ਬਹੁਤ ਘੱਟ ਬੰਦੇ ਨੇ ਜਿਹਨਾਂ ਨੇ ਕੋਈ ਸਟੇਜ 'ਤੇ ਚੜ੍ਹਨਾ, ਗੱਲ ਅੰਦਰੋਂ ਬਾਹਰੋਂ ਬਰੇਨ ਦੀ ਗੱਡੀ ਚਲਾਉਣ ਦੀ ਕਰਨੀ ਆ, ਜਿਵੇਂ ਖੜੀ ਗੱਡੀ ਦੀ ਕਹਿੰਦੇ ਨੇ ਕੁਛ ਵੀ ਨਾ ਲਓ ਕੁਛ ਨਾ ਕੁਛ ਤਾਂ ਹੋ ਹੀ ਜਾਂਦਾ, ਠੀਕ ਆ, ਕੋਈ ਇੱਥੇ ਚੂਹਾ ਵੜ ਕੇ ਕੁਛ ਕਰਿਆ ਗਏ ਤੇ ਟਾਇਰ ਖੜੀ ਦੇ ਹਵਾ ਨਿਕਲ ਗਈ, ਗੱਡੀ ਨੂੰ ਚਲਾਓ 40-50 ਮਿੰਟ ਕੁਛ ਵੀ ਕਰ ਲਓ, ਮੈਂ ਤਾਂ ਕਹਿੰਦਾ ਵੀ ਕੰਧਾਂ ਨੂੰ ਫਟਾਫਟ ਇਹ ਧੱਕਾ ਮਾਰੀ ਚਲੋ, ਚਾਹੇ ਵੀ ਕੰਧ ਢਾਉਣੀ ਆ ਜਾਂ ਜ਼ੋਰਦਾਰ ਟਾਇਰ ਨੂੰ ਲਾ ਕੇ ਮਾਰ ਲਓ, ਕੁਛ ਕਰ ਲਓ ਭਰਾਵੋ, ਕੁਛ ਬਸ 40-50 ਮਿੰਟ ਕੱਢੋ ਫਿਰ ਕੰਮ ਠੀਕ ਹੈ, ਠੀਕ ਆ। ਹਾਂ, ਇੱਕ ਉਹ ਮੈਨੂੰ ਤੁਹਾਨੂੰ ਰੀਲ ਬੜੀ ਵਧੀਆ ਲੱਗੀ, ਮੈਨੂੰ ਲੱਗਦਾ ਕੱਲ੍ਹ ਖਰੇ ਪਰਸੋਂ ਪਾਈ ਤੁਸੀਂ ਵੀ ਮੀਡੀਅਮ ਅਤੇ ਲਾਰਜ ਸਾਈਜ਼ ਵਾਲੇ ਬਣੋ। ਹਾਂ ਵੀ ਹਾਂ, ਮੀਡੀਅਮ ਅਤੇ ਲਾਰਜ ਵਿੱਚ ਆਈਏ ਆਪਾਂ, ਹਾਂ ਵੀ XL ਡਬਲ XL ਉਹ ਆਪਾਂ ਨਹੀਂ ਕੰਮ ਕਰਨਾ, ਉਹ ਬੋਡੀ ਲਈ ਹੈਲਦੀ ਨਹੀਂ ਹੈਗਾ। ਹਾਂਜੀ ਹਾਂਜੀ, ਸਮਾਲ ਵਾਲੇ ਆ ਉਹ ਵੀ ਮੀਡੀਅਮ 'ਚ ਹੀ ਆਉਣਾ ਹੈ ਨਾ, ਉਹ ਵੀ ਮੀਡੀਅਮ, ਇੰਨਾ ਹਲਕਾ ਵੀ ਨਹੀਂ ਬੰਦਾ ਚਾਹੀਦਾ ਹੈ ਨਾ, ਉਹ ਜਵਾਕਾਂ ਵਾਲੇ ਕੱਪੜੇ ਮੈਂ ਕਿਹਾ ਸੀ ਆਈ ਜਾਂਦੇ ਨੇ, ਉਹ ਚੀਜ਼ ਵੀ ਨਹੀਂ ਕਰਨੀ। ਹਾਂਜੀ ਹਾਂਜੀ, ਨਹੀਂ ਚਲੋ ਬਾਈ ਤੁਸੀਂ ਆਏ ਹੈ ਨਾ, ਬਹੁਤ ਬਹੁਤ ਥੈਂਕ ਯੂ, ਧੰਨਵਾਦ ਵੀਰੇ, ਬਹੁਤ ਬਹੁਤ ਤੁਹਾਡਾ, ਅਤੇ ਵੀਰ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਰ, ਬਹੁਤ ਵਧੀਆ ਤੁਹਾਡੀ ਹੈ ਨਾ ਵੀ ਹੁਣ ਵਧੀਆ ਉਪਰਾਲਾ, ਤੁਸੀਂ ਵਧੀਆ ਵਧੀਆ ਟੋਪਿਕ ਲੈ ਕੇ ਆਉਂਦੇ ਹੋ, ਗੁਰਸਿਆਂ ਵੀਰ ਜੀ ਦੇ ਚੈਨਲ ਦਾ ਨਾਂ ਆ, ਜ਼ਰੂਰ ਸਾਰੇ ਵੀਰੇ ਸਬਸਕ੍ਰਾਈਬ ਕਰਿਓ, ਅਤੇ ਵੀਰ ਹੋਣੀ ਬਹੁਤ ਵਧੀਆ ਹੁਣ ਵੀਡੀਓ ਲੈ ਕੇ ਆਉਂਦੇ ਨੇ, ਇੱਦਾਂ ਦੀਆਂ ਗੱਲਾਂ ਜਿਹਦੇ ਵਿੱਚ ਸਾਰੀ ਤੁਹਾਨੂੰ ਮਿਕਸ ਕੰਟੈਂਟ ਮਿਲਣਾ, ਕਿ ਮੰਨ ਲਓ ਡਾਇਟ ਦਾ ਹੋ ਗਿਆ, ਬਿਜ਼ਨਸ ਮਾਈਂਡਡ ਬਹੁਤ ਵਧੀਆ ਨੇ ਵੀਰ ਜੀ, ਉਹ ਤੁਹਾਨੂੰ ਟਿਪਸ ਹੋ ਗਏ, ਅਤੇ ਹੋਰ ਵੀ ਜਿਹੜੀਆਂ ਹੁਣ ਮੇਨ ਗੱਲਾਂ ਨੇ ਜਿਹੜੀਆਂ ਆਪਣੇ ਕੰਮ ਆਉਣੀਆਂ ਨੇ ਗੱਲਾਂ ਨੇ, ਹੈ ਨਾ, ਸਾਰੀਆਂ ਵੀਰ ਉਹਨਾਂ ਦੀ ਵਧੀਆ ਵੀਡੀਓ ਹੁੰਦੀਆਂ ਨੇ, ਧੰਨਵਾਦ ਵੀਰ ਜੀ ਤੁਹਾਡਾ, ਅਗੇਨ ਬਹੁਤ ਬਹੁਤ ਸਾਰੇ ਦੇਖਣ ਵਾਲੇ ਵੀਰਾਂ ਦਾ ਵੀ। ਹਾਂਜੀ ਚਲੋ, ਦੱਸਿਓ ਸਾਨੂੰ ਕਮੈਂਟ ਕਰਕੇ, ਬਾਈ ਦੇ ਚੈਨਲ ਦੇ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਇੰਸਟਾਗ੍ਰਾਮ ਦਾ, ਯੂਟਿਊਬ ਬਾਈ ਨੂੰ ਜਾ ਕੇ ਫੋਲੋ ਕਰ ਲਿਓ, ਜੇ ਕੋਈ ਬਾਈਕ ਤੋਂ ਡਾਇਟ ਪਲਾਨ ਚਾਹੀਦਾ, ਬਾਈ ਦੀ ਐਪ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਹੈ ਨਾ, ਹੈਰੀ ਮਡੇਰ ਫਿਟਨੈਸ, ਤੁਸੀਂ ਐਪਲ ਗੂਗਲ ਸਟੋਰ ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹੋ, ਬਾਈ ਦੀ ਐਪ ਟ੍ਰੈਂਡਿੰਗ ਦੇ ਵਿੱਚ ਆ ਅਤੇ ਆਪ ਹੀ ਤੁਹਾਨੂੰ ਲੱਭ ਜਾਣੀ ਹੈ, ਬੜਾ ਖੇਚਲ ਕਰਨ ਦੀ ਲੋੜ ਨਹੀਂ, ਸੋ ਬਾਈ ਦੀ ਐਪ ਜ਼ਰੂਰ ਡਾਊਨਲੋਡ ਕਰਿਓ, ਬਾਈ ਦੇ ਸਪਲੀਮੈਂਟਸ ਨੇ ਨਾ ਉਹ ਵੀ ਜਾ ਕੇ ਜ਼ਰੂਰ ਦੇਖਿਓ, ਲਿੰਕ ਡਿਸਕ੍ਰਿਪਸ਼ਨ 'ਚ ਹੋਣਗੇ। ਪੋਡਕਾਸਟ ਕਿੱਦਾਂ ਦਾ ਲੱਗਿਆ ਕਮੈਂਟ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਚੈਨਲ ਨੂੰ ਜੇ ਇੱਥੇ ਤੱਕ ਦੇਖ ਲਿਆ ਤੁਸੀਂ ਸਬਸਕ੍ਰਾਈਬ ਤਾਂ ਆਪ ਹੀ ਕਰ ਲੈਣਾ ਆ, ਤਾਂ ਮਿਲਦੇ ਹਾਂ ਅਗਲੇ ਪੋਡਕਾਸਟ ਵਿੱਚ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਜੀ, ਧੰਨਵਾਦ ਸਾਰੇ।